ਅਸੀਂ ਆਏ ਹਾਂ ਦੇਸ਼ ਪੰਜਾਬ ਤੋਂ ਜਿੱਥੋਂ ਸੱਥ ਵਿੱਚ ਬਾਬੇ ਬਹਿੰਦੇ ਨੇ, ਖੇਤਾਂ ਵਿੱਚ ਫਸਲਾਂ ਹਸਦੀਆਂ ਨੇ, ਪਿੜ ਵਿੱਚ ਗਿੱਧੇ ਪੈਂਦੇ ਨੇ, ਤੋੜ ਮਟੱਕੜੀ ਮਟਿਆਰਾਂ ਦੀ ਸਿਰੋਂ ਦੁਪੱਟੇ ਨਾ ਕਦੇ ਲੈਂਦੇ ਨੇ, ਜਿੱਥੇ ਗੱਭਰੂ ਸ਼ੈਲ ਛਬੀਲੇ ਘੋਲ ਛਿੰਜਾਂ ਦੇ ਪੈਂਦੇ ਨੇ, ਚੜਖੜੀਆਂ ਤੇ ਚੜ ਜਾਂਦੇ ਸੀ ਨਾ ਮੂੰਹੋਂ ਕਹਿੰਦੇ ਨੇ, ਵੈਰੀ ਦਾ ਸਿਰ ਵੱਢ ਲਿਆਉਂਦੇ ਜ਼ੁਲਮ ਨਾ ਮੂੜੋਂ ਸਹਿੰਦੇ ਨੇ, ਸਾਡੇ ਗੀਤ ਪੰਜਾਬੀ ਸੰਗੀਤ ਪੰਜਾਬੀ ਮਾਖਿਓ ਮਿੱਠੀ ਬੋਲੀ ਸਾਡੀ ਕਹਿੰਦੇ ਨੇ, ਢੋਲ ਵੱਜਦੇ ਜਦੋਂ ਪੰਜਾਬ ਅੰਦਰ ਲੰਡਨ ਵਿੱਚ ਭੰਗੜੇ ਪੈਂਦੇ ਨੇ, ਸਾਡਾ ਵਿਰਸਾ ਸਾਡਾ ਗੌਰਵ ਸਾਡੇ ਪੈਰ ਤਨਚਨੋਂ ਰਹਿੰਦੇ ਨੇ, ਪਿੰਡ ਦਾ ਸਾਡਾ ਲਤਾਲਾ ਲੋਕੀ ਬਿੱਟੂ ਬਿੱਟੂ ਕਹਿੰਦੇ ਨੇ। ਦੇਸੀ ਰੇਡੀਓ 1602 AM ਤੇ ਹਾਜ਼ਰ ਹੈ ਤੁਹਾਡਾ ਆਪਣਾ ਬਿੱਟੂ। ਸਭ ਤੋਂ ਪਹਿਲਾਂ ਕਬੂਲ ਕਰੋ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਹੋਰ ਕੀ ਹਾਲ ਚਾਲ ਹੈ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮਤ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ੍ਰੀ ਮੁਖਵਾ ਭਣੇ ਉਹ ਗਰੀਬ ਨਿਵਾਸ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਮੈਂ ਧਰਮ ਚਲਾ ਹੈ, ਧਰਮ ਬਿਨਾ ਸਭ ਨੇ ਮਲੇ ਹੈ। ਪੰਜਾਬੀਆਂ ਨੇ ਆਪਣੇ ਪਿੰਡੇ ਤੇ ਬਹੁਤ ਕੁਛ ਹੰਡਾਇਆ। 1947 ਇੱਕ ਅਜਿਹਾ ਸਾਲ ਹੈ ਜਾਂ ਇੱਕ ਅਜਿਹਾ ਵਾਕਿਆ, ਇੱਕ ਅਜਿਹਾ ਹਿਸਟਰੀ ਆ, ਇੱਕ ਫਿਨੋਮਨਾ ਜਿਹੜਾ ਕਿ ਅਸੀਂ ਸਾਰੀ ਉਮਰ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਭੁੱਲ ਨਹੀਂ ਸਕਦੀਆਂ। ਉਹਦੇ ਸੰਬੰਧ ਵਿੱਚ ਗੱਲਬਾਤ ਕਰਨ ਲਈ ਆ ਸਾਡੇ ਕੋਲ ਹਰਮੀਤ ਸਿੰਘ ਭਕਨਾ ਜੀ, ਮਨਜੀਤ ਸਿੰਘ ਸ਼ਾਲਾਪੁਰੀ ਤੇ ਸਰਦਾਰਨੀ ਕੁਲਜੀਤ ਕੌਰ ਜੀ ਆਏ ਹੋਏ ਨੇ। ਮਨਜੀਤ ਸਿੰਘ ਜੀ, ਹਰਮੀਤ ਔਰ ਕੁਲਜੀਤ ਕੌਰ ਜੀ, ਦੇਸੀ ਰੇਡੀਓ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਹਰਮੀਤ ਸਿੰਘ ਜੀ, ਇਹ ਜਿਹੜੀ 47 ਹੈ, ਭਾਵੇਂ ਕਿ ਸਾਡੀ ਬਹੁਤ ਜਿਹੜੀ ਹੁਣ ਦੀ ਜਨਰੇਸ਼ਨ ਆ, ਅਸੀਂ ਮਤਲਬ ਬਾਅਦ ਵਿੱਚ ਜੰਮੇ ਹਾਂ, ਅਸੀਂ ਬਜ਼ੁਰਗਾਂ ਤੋਂ ਸੁਣਿਆ ਵਾ, ਪਰ ਇੰਨਾ ਜ਼ਿਆਦਾ ਸਾਨੂੰ ਕਿਉਂ ਟੁੰਬਦੀ ਹੈ ਇਹ? ਵੀਰ ਜੀ, 1947 ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਜਿਹੜਾ ਵਾ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਜਿਹੜਾ ਉਹ ਪੰਜਾਬੀਆਂ ਦਾ ਉਜਾੜਾ ਵਾ 1947 ਦਾ, ਤੇ ਇਹਦੇ ਤੋਂ ਪ੍ਰਭਾਵਿਤ ਜਿਹੜੇ ਆ ਉਹ ਤਕਰੀਬਨ ਸਾਰੇ ਹੀ ਪੰਜਾਬੀ ਹੋਏ ਆ, ਡਾਇਰੈਕਟਲੀ ਔਰ ਇਨਡਾਇਰੈਕਟਲੀ 100% ਪੰਜਾਬੀ ਅੱਜ ਕੱਲ ਜਿਹੜੇ ਸਾਰੀ ਦੁਨੀਆਂ ਚ ਵੱਸਦੇ ਆ, ਸਾਰੇ ਹੀ ਪ੍ਰਭਾਵਿਤ ਹੋਏ ਆ। ਤੇ ਪੀੜੀ ਦਰ ਪੀੜੀ ਜਿਹੜਾ DNA ਆ ਜੀ, ਥਰੂ DNA ਇਹ ਜਿਹੜੀ ਪੀੜ ਆ ਇਹ ਟਰਾਂਸਫਰ ਹੁੰਦੀ ਰਹਿੰਦੀ ਆ, ਔਰ ਇਸ ਕਰਕੇ ਜਦੋਂ ਵੀ ਇਹ ਮਹੀਨਾ ਅਗਸਤ ਆਉਂਦਾ ਵਾ, ਤੇ ਜਿਸ ਤਰ੍ਹਾਂ ਜੂਨ ਦਾ ਮਹੀਨਾ ਆਉਂਦਾ ਵਾ ਤੇ ਸਾਨੂੰ 84 ਯਾਦ ਆਉਂਦੀ ਆ,
ਤੇ 84 ਦੇ ਜਿਹੜੇ ਜ਼ੁਲਮ ਆ ਉਹ ਸਾਨੂੰ ਬੜੀ ਦੁੱਖ ਤਕਲੀਫ ਦਿੰਦੇ ਆ। ਇਸੇ ਤਰ੍ਹਾਂ ਸਾਨੂੰ 47 ਦੇ ਜਿਹੜੀ ਜ਼ਖਮ ਆ ਉਹ ਵੀ ਬੜੀ ਤਕਲੀਫ ਦਿੰਦੇ ਆ ਜਦੋਂ ਅਗਸਤ ਦਾ ਮਹੀਨਾ ਆਉਂਦਾ ਵਾ। ਤੇ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ 84 ਨੂੰ ਭੁੱਲ ਜਾਓ, ਤੇ ਉਹ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਤੇ 47 ਵੀ ਨੀ ਭੁੱਲੇ ਤੇ 84 ਨੂੰ ਕਿੱਥੋਂ ਭੁੱਲਾਂਗੇ। ਤੇ ਇਸ ਕਰਕੇ 47 ਦਾ ਜਿਹੜੀ ਪੀੜ ਆ ਨਾ ਜੀ, ਉਹ ਪੀੜੀ ਦਰ ਪੀੜੀ ਚੱਲਦੀ ਰਹੀ ਆ ਤੇ ਚੱਲਦੀ ਰਹਿਣੀ ਆ। ਲੇਕਿਨ ਉਹਨੂੰ ਘੱਟ ਕਰਨ ਵਾਸਤੇ ਜਿਹੜਾ ਵਾ ਉਹ ਪੰਜਾਬੀ ਜਿਹੜੇ ਇੱਥੋਂ ਦੇ ਬ੍ਰਿਟਿਸ਼ ਪੰਜਾਬੀ ਆ ਉਹ ਪੂਰਾ ਜ਼ੋਰ ਲਾ ਰਿਹਾ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਅਪੋਲੋਜੀ ਬ੍ਰਿਟਿਸ਼ ਸਰਕਾਰ ਕਰੇ ਤਾਂ ਕਿ ਉਸ ਪੀੜ ਨੂੰ ਥੋੜਾ ਘੱਟ ਕੀਤਾ ਜਾ ਸਕੇ। ਖਤਮ ਤਾਂ ਨਹੀਂ ਹੋ ਸਕਦੀ ਪਰ ਘੱਟ ਕੀਤੀ ਜਾ ਸਕਦੀ ਹੈ। ਸੋ ਮਨਜੀਤ ਸਿੰਘ ਸ਼ਾਲਾਪੁਰੀ ਜੀ, ਤੁਸੀਂ 47 ਨੂੰ ਕਿੱਦਾਂ ਡਿਫਾਈਨ ਕਰਦੇ, ਤੁਸੀਂ ਕੀ ਸਮਝਦੇ 47 ਕੀ ਆ ਸਾਡੇ ਲਈ? ਭਾਈ 47 ਜਿਹੜੀ ਹੈਗੀ ਆ ਉਹ ਇੱਕ ਪੰਜਾਬ ਦੇ ਸੀਨੇ ਦੇ ਉੱਤੇ ਇੱਕ ਬੜਾ ਵੱਡਾ ਜ਼ਖਮ ਹੈਗਾ। ਉਹ 47 ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਸੀ, ਭਾਵੇਂ ਉਹ ਸਿੱਖ ਭਾਵੇਂ ਹਿੰਦੂ ਭਾਵੇਂ ਮੁਸਲਮਾਨ, ਉਹਨਾਂ ਨੇ ਆਪਣੇ ਇਕੱਲੀ ਜ਼ਮੀਨ ਨਹੀਂ ਖੋਈ, ਬੜਿਆਂ ਨੇ ਆਪਣੇ ਜਿਹੜੇ ਪਰਿਵਾਰ ਆਪਦੇ ਬੱਚੇ, ਸਾਡੇ ਬਜ਼ੁਰਗਾਂ ਨੇ ਕਈਆਂ ਨੇ ਆਪਦੀਆਂ ਅੱਖਾਂ ਦੇ ਸਾਹਮਣੇ ਛੋਟੇ ਛੋਟੇ ਬੱਚੇ ਆਪਦੇ ਜਿਹੜੇ ਉਹ ਵੀ ਉੱਥੇ ਮਰਦੇ ਦੇਖੇ। ਤੇ ਇੱਕ ਬੜਾ ਵੱਡਾ ਜਿਹੜਾ ਇੱਕ ਪੰਜਾਬ ਦਾ ਕਹਿ ਲਓ ਕਿ ਫੇਰ ਬਦਲ ਹੋਇਆ, ਤੇ ਸਪੈਸ਼ਲੀ ਇਹਦੇ ਵਿੱਚ ਸਾਰੇ ਪੰਜਾਬੀਆਂ ਦਾ ਜਿੰਨਾ ਨੁਕਸਾਨ ਹੋਇਆ, ਮੈਂ ਮੰਨਦਾ ਕਿ ਉਹਦੇ ਵਿੱਚ ਜੇ ਅਸੀਂ ਦੇਖਦੇ ਕਿ ਇੱਕ ਸਿੱਖ ਕਮਿਊਨਿਟੀ ਸਾਡਾ ਜਿਹੜਾ ਉਹਦੇ ਵਿੱਚ ਇੱਕ ਨਾਂ ਪੂਰਾ ਹੋਣ ਵਾਲਾ ਨੁਕਸਾਨ ਹੋਇਆ। ਜਿੱਦਾਂ ਕਿ ਅਸੀਂ ਦੇਖਦੇ ਕਿ ਸਾਡਾ ਨਨਕਾਣਾ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ, ਸਾਡਾ ਪੰਜਾਬ ਸਾਹਿਬ, ਸਾਡਾ ਜਿਹੜੇ ਕਹਿ ਲਓ ਕਿ ਸਾਡੀ ਜਿਹੜੀ ਸੀਗੀ ਪੰਜਾਬ ਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸਾਡੀ ਰਾਜਧਾਨੀ ਸੀਗੀ ਲਾਹੌਰ, ਸਾਡਾ ਜਿਹੜਾ ਉਹ ਸਦਾ ਵਾਸਤੇ ਸਾਡੇ ਕੋਲ ਖੋਹ ਲਿਆ ਗਿਆ। ਜਿਹੜੇ ਇਹ ਜਿਹੜੇ ਘਾਟੇ ਹੈਗੇ ਨਾ ਪੂਰੇ ਹੋਣ ਵਾਲੇ ਘਾਟੇ ਆ, ਤੇ ਇਹ ਇੱਕ ਬੜਾ ਵੱਡਾ ਦੁਖਾਂ ਤਾਂ ਪੰਜਾਬ ਨੂੰ ਕਹਿ ਲਓ ਕਿ ਇੱਕ ਸਰੀਰ ਸੀ, ਪੰਜ ਦਰਿਆਵਾਂ ਦੀ ਧਰਤੀ, ਉਸਦੇ ਵਿੱਚ ਲੀਕ ਖਿੱਚ ਕੇ ਇੱਕ ਸਰੀਰ ਨੂੰ ਦੋ ਫਾੜ ਕਰ ਦਿੱਤਾ ਗਿਆ। ਇਹ ਇੱਕ ਬੜਾ ਬਹੁਤ ਵੱਡਾ ਜ਼ਖਮ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਦਿੱਤਾ ਗਿਆ, ਔਰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਦਿੱਤਾ ਗਿਆ ਕਿ ਇਹ ਜਿਹੜੇ ਪੰਜਾਬੀ ਹੈਗੇ ਆ ਇਹ ਦੁਨੀਆਂ ਦੇ ਵਿੱਚ ਇੱਕ ਬੜੀ ਜੁਝਾਰੂ ਹੈਗੇ। ਜਦੋਂ ਅਸੀਂ ਜਾਤ ਪਾਤ ਨੂੰ ਛੱਡ ਕੇ ਧਰਮ ਤੋਂ ਉੱਚੇ ਉੱਠ ਕੇ ਇੱਕ ਪੰਜਾਬੀ ਦੇ ਤੌਰ ਦੇ ਉੱਤੇ ਵਿਚਰਦੇ ਹੈਗੇ ਆ, ਫਿਰ ਅਸੀਂ ਇੱਕ ਬੜੀ ਜੁਝਾਰੂ ਕੌਮ ਹੈਗੇ ਦੁਨੀਆਂ ਦੇ ਵਿੱਚ। ਤੇ ਉਸ ਜੁਝਾਰੂ ਕੌਮ ਨੂੰ ਦੁਫਾੜ ਕਰਨ ਲਈ ਪਾੜਨ ਵਾਸਤੇ ਇਹ ਇੱਕ ਜਿਹੜੀ ਵੰਡ ਕੀਤੀ ਗਈ ਆ, ਤੇ ਇੱਕ ਬੜੀ ਦਰਦਨਾਕ ਵੰਡ ਜਿਹੜੀ ਹੈਗੀ ਸਾਡੇ ਵਾਸਤੇ। ਸਰਦਾਰਨੀ ਕੁਲਜੀਤ ਕੌਰ ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਵੀ ਉਜਾੜਾ ਹੁੰਦਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ, ਚਾਹੇ ਪਰਿਵਾਰ 'ਚ ਵਾਪਰਦੀ ਆ, ਸਾਡੇ ਪਿੰਡ 'ਤੇ ਵਾਪਰਦੀ ਆ, ਸ਼ਹਿਰ 'ਤੇ, ਦੇਸ਼ 'ਤੇ, ਦੁਨੀਆਂ 'ਤੇ, ਤਾਂ ਸਭ ਤੋਂ ਪਹਿਲਾਂ ਜਿਹੜਾ ਉਹਦਾ ਇਫੈਕਟ ਔਰਤ 'ਤੇ ਹੁੰਦਾ, ਮਾਂ 'ਤੇ ਹੁੰਦਾ, ਭੈਣ 'ਤੇ ਹੁੰਦਾ, ਸਭ ਤੋਂ ਪਹਿਲਾਂ ਕਿਉਂਕਿ ਉਹ ਘਰ ਦਾ ਮੁੱਢ ਉਹ ਹੁੰਦੀ ਹੈ। ਤੁਸੀਂ ਇੱਕ ਲੇਡੀ ਦੇ ਤੌਰ 'ਤੇ, ਔਰਤ ਦੇ ਤੌਰ 'ਤੇ ਜੀ 47 ਦੀ ਵੰਡ ਨੂੰ ਕਿੱਦਾਂ ਸੋਚਦੇ? ਹਾਂਜੀ, ਜਿਵੇਂ ਕਿ ਦੋਨਾਂ ਵੀਰਾਂ ਨੇ ਹੁਣੇ ਗੱਲਬਾਤ ਕੀਤੀ ਵੀ ਹੈ ਕਿ ਜਦੋਂ ਪੰਜਾਬ ਜਦੋਂ ਵੰਡ ਹੋਈ ਹੈ ਤੇ ਸਭ ਤੋਂ ਜ਼ਿਆਦਾ ਅਸਰ ਪੰਜਾਬ ਤੇ ਹੀ ਹੋਇਆ। ਦੇਖੋ, ਮੈਂ ਬਹੁਤ ਸਾਰਿਆਂ ਲੋਕਾਂ ਨਾਲ ਗੱਲਬਾਤ ਕਰਦੀ ਹਾਂ, ਪਾਕਿਸਤਾਨੀ ਵੀ ਤੇ ਇੰਡੀਆ ਦੇ ਵੀ, ਔਰ ਜਦੋਂ ਇਹਨਾਂ ਨਾਲ ਗੱਲ ਕਰਦੇ ਹਾਂ ਅਸੀਂ ਇਹ ਆਪਣੇ ਆਪ ਨੂੰ ਜਾਂ ਪਾਕਿਸਤਾਨੀ ਜਾਂ ਹਿੰਦੁਸਤਾਨੀ ਇੰਡੀਅਨ ਨਹੀਂ ਸਮਝਦੇ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ। ਔਰਤਾਂ, ਕਈ ਔਰਤਾਂ ਦੇ ਬੱਚੇ, ਅਸੀਂ ਕੱਲ ਹੀ ਗੱਲਬਾਤ ਕੀਤੀ ਸੀਗੀ ਕਿਸੇ ਦੇ ਨਾਲ ਪਾਰਟੀਸ਼ਨ ਬਾਰੇ, ਔਰ ਇੱਕ ਲੇਡੀ ਦੱਸ ਰਹੇ ਸੀਗੇ ਕਿ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਸੀਗੇ, ਉਹਨਾਂ ਦੇ ਨਾਨਾ ਨਾਨੀ ਜੀ, ਉਹਨਾਂ ਦੇ ਦੋ ਬੱਚੇ ਸੀ, ਉਹਨਾਂ ਨੂੰ ਦੇਖੋ ਇੱਕ ਇੱਕ ਬੱਚਾ ਉਹ ਲੈ ਕੇ ਸੀਗੇ, ਇੱਕ ਬੱਚਾ ਮਾਤਾ ਕੋਲੇ ਰਹਿ ਗਿਆ ਸੀ ਤੇ ਇੱਕ ਬੱਚਾ ਪਿਤਾ ਕੋਲੇ ਪਾਰਟੀਸ਼ਨ ਦੇ ਸਮੇਂ ਦੇ। ਸੋ ਇੱਕ ਔਰਤ ਹੀ ਸਮਝ ਸਕਦੀ ਹੈ ਇਹ ਪੀੜ ਕੇ ਬੱਚੇ ਤੋਂ ਵਿਛੜਨ ਦੀ ਜਾਂ ਆਪਣੇ ਪਰਿਵਾਰ ਤੋਂ। ਔਰ ਸਾਨੂੰ ਇਹ ਵੀ ਪਤਾ ਹੈ ਕਿ ਪਾਰਟੀਸ਼ਨ ਦੇ ਟਾਈਮ ਤੇ ਸਭ ਤੋਂ ਜ਼ਿਆਦਾ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਮੁੱਢ ਤੋਂ ਹੀ ਸਮਝਦੇ ਹਾਂ ਕਿ ਇੱਜ਼ਤ ਜਿਹੜੀ ਹੁੰਦੀ ਆ ਉਹ ਇੱਕ ਔਰਤ ਦੇ ਹੱਥ 'ਚ ਹੀ ਹੁੰਦੀ ਹੈ, ਪਰਿਵਾਰ ਦੀ ਜਾਂ ਕਮਿਊਨਿਟੀ ਦੀ। ਸੋ ਔਰਤ ਦੀ ਇੱਜ਼ਤ ਤੇ ਵੀ ਹਮਲਾ ਕੀਤਾ ਗਿਆ ਸੀਗਾ ਪਾਰਟੀਸ਼ਨ ਦੇ ਦੌਰ ਤੇ। ਥੋੜੀ ਜਿਹੀ ਗੱਲਬਾਤ ਆਪਾਂ ਇਹਦੀ ਵੀ ਕੀਤੀ ਹੈ ਕਿ ਜਦੋਂ ਪੰਜਾਬ ਦੀ ਵੰਡ ਹੋਈ ਆ, ਜਿਵੇਂ ਸਾਡੇ ਦਰਿਆ ਵੀ ਅੰਦਰ ਅੱਧੇ ਉੱਧਰ ਰਹਿ ਗਏ ਸੀ ਤੇ ਅੱਧੇ ਇੱਧਰ, ਥੋੜੇ ਕਈ ਚੀਜ਼ਾਂ ਲਹਿੰਦੇ ਪੰਜਾਬ ਦੇ ਵਿੱਚ ਤੇ ਕਈ ਚੀਜ਼ਾਂ ਚੜ੍ਹਦੇ ਪੰਜਾਬ ਦੇ ਵਿੱਚ, ਇੱਥੇ ਤੱਕ ਕਿ ਜਦੋਂ ਰੈਡਕਲਿਫ ਲਾਈਨ ਖਿੱਚੀ ਗਈ ਸੀਗੀ, ਸ਼ਾਇਦ ਸਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੋਏਗਾ ਕਿ ਪਾਰਟੀਸ਼ਨ ਦੀ ਸਰਹੱਦ ਨੂੰ ਰੈਡਕਲਿਫ ਲਾਈਨ ਕਿਹਾ ਜਾਂਦਾ ਹੈਗਾ, ਜਦੋਂ ਇਹ ਲਾਈਨ ਵੀ ਖਿੱਚੀ ਗਈ ਸੀਗੀ ਸਿਰਫ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ, ਇੱਥੇ ਤੱਕ ਕਿ ਕਈ ਕਈ ਘਰਾਂ ਦੇ ਵਿੱਚ ਦੀ ਵੀ ਲਾਈਨ ਕੱਢੀ ਗਈ ਸੀ ਕਿ ਕਈ ਲੋਕਾਂ ਦੇ ਘਰ ਦਾ ਅੱਧਾ ਹਿੱਸਾ ਇੰਡੀਆ ਵੱਲ ਤੇ ਅੱਧਾ ਘਰ ਦਾ ਹਿੱਸਾ ਪਾਕਿਸਤਾਨ ਵੱਲ, ਕਿ ਮਤਲਬ ਕਿ ਕਮਰੇ ਦੇ ਵਿੱਚ ਵੰਡ ਕੀਤੀ ਗਈ ਸੀਗੀ। ਤੁਸੀਂ ਖੁਦ ਹੀ ਸੋਚੋ ਕਿ ਇਹਦਾ ਇਹ ਕਿੰਨਾ
प्रभाव पिया होगा लोकां ते उस समय ते। और जिहड़ी वीर जी ने गलबात कीती है कि पीढ़ी दर पीढ़ी दी जिन्हों असीं अंग्रेजी दे विच अजकल कहने आ जनरेशनल ट्रोमा, अपन नूं इह वी पता हैगा रिसर्च ने दिखाया कि जनरेशनल ट्रोमा इज अ वेरी रियल थिंग। एंड जिहड़े साडे सैकंड या थर्ड जनरेशन पंजाबी ने इस कंट्री दे विच खास करके, देखो हिस्ट्री दे विच स्कूलां दे विच पार्टीशन बारे नहीं सिखाया जांदा और जो सानू किताबां दे विच पढ़न नू मिलदा है वो ज्यादातर पोलिटिकल तौर ते पोलिटिकल चीजां सानू मिलदियां ने पढ़न लिखण नू सुनण नू। सो जिहड़ी असली जो रियल स्टोरी सीगियां लोकां दे जिन्हां नू अपने घर छड्डणे पए वो सिर्फ एक मूह जबानी ही सुनिया जांदियां ने जो असी अपने दादियां तो परदादियां तो नानियां तो परनानियां तो असी सुनदे हां ते उस चीज का किवें साडे ते प्रभाव पैंदा है वो जाहिर है बिलकुल अपने सामने है वो असी उस तो छुप नहीं सकते। हरमीत सिंह जी जी रीसेंटली एक बड़ी इंपॉर्टेंट गल हुई है कि कॉमनवेल्थ गेम्स दे विच राष्ट्रमंडल खेडां दे 125 किलोग्राम वर्ग दे कुश्ती मुकाबले च चारे दे चारे मेडल पंजाबियों ने जीते। हाँ जी बिल्कुल बड़ी मतलब एक बड़ी विचित्र घटना, एक पंजाबी कैनेडा तो शायद ते एक पंजाबी लहिंदे पंजाब तो एक पंजाबी हरियाणे तो जिहड़ा कि वह भी मतलब पंजाब का ही हिस्सा वा ते एक इथों। सो एक बड़ी दिलचस्प घटना वा चारे दे चारे पंजाबी ओ जदों तुसी फोटो देखो इदां लगदा जिदां जिदां सके भरा हुंदे जिदां उहनां दी शकल सूरतां उहनां दा डील डॉल सब इक्को जिहा लगदा। सो इहनूं तुसी इस 47 दे संदर्भ च किदां देखदे जी? इह एक्चुअली जिहड़ी कोशिश ओह इसे करके कीती गई सी पंजाब नूं वंड के पंजाब नूं कमजोर कीता गया सीगा ताकि पंजाब ते बंगाल ने सब तो ज्यादा कुरबानी कीती सीगी आजादी वास्ते। हुण देखो भी 121 जिहड़े फांसी ते चढ़न वाले उहनां चों 93 सिख सीगे पर जिहड़े सिख आ उह 75 साल हो गए ने इह अरदास करी जांदे आ कि ननकाणा साहिब ते पंजा साहिब दे खुले दर्शन दारे बख्शो हना। जिहड़ी कौम ने आजादी हिंदुस्तान नूं लै के दित्ती, पाकिस्तान नूं आजादी लै के दित्ती, उह लोक अजे तक अरदासां करी जांदे आ ते हल कोई नहीं निकल रहा। लेकिन आ जिहड़े तुसीं हुण गल कीती पहलवानां वाली वेख के बड़ा मन खुश हुंदा वा ते उहनां ने इह डिवाइड कीता सीगा लेकिन डिवाइड कुदरत भी कोई चीज है, कुदरत कठिया कर दिंदी है ते और मैनूं लगदा कि पंजाब कठा होना वा। हुण देखो 100 साल श्रोमणी कमेटी जिहड़ी आ उह गुरु के बाग दा 100 साल शताब्दी मना रही है। गुरु के बाग दा मोर्चा साडे वड्डियां ने 100 साल बिना लाए डेमोक्रेटिक प्योर डेमोक्रेटिक शांतिपूर्वक रह के और जितया सीगा ते हुण जिहड़ा शांतिपूर्वक रह के बहुत घट ही गल्लां जितियां आपां नहीं एडी गल गुरु शांति गुरु रह के जितया नहीं जाता जी। देखो जीती जाती गुरु अर्जन साहब जी ने शांति रख के देखो किड्डी वड्डी कुर्बानी की ना जी ते ओ जदों उन्हां नूं हुक्म सीगा कातक साहब तों शांति रख के मोर्चा जितना और जितया गया सीगा। और जे आपां जे ओ हथियारबंद संघर्ष करदे ना जी गुरु के बाग दे मोर्चे वास्ते हो सकदा सी ज्यादा नुकसान हुंदा। अच्छा ओ हुण मोड़ा इह पिया जे कि 75 साल बाद श्री अकाल तख्त साहब दे जथेदार ने पहली वारी इह प्रोग्राम लिखिया वा कि जिहड़े 1947 विच मारे गए उजाड़े गए उन्हां नूं याद करना वा, अखंड पाठ साहिब प्रारंभ करना वा 14-16 नूं अरदास होनी है, इह पहली वारी हो रहा वा। लेकिन सब तों वड्डा कैंप जिहड़ा सीगा ना जी उह दिल्ली दे विच लगा सीगा जिहड़ा जिहड़े उजड़ के आए सीगे उधरों और दिल्ली कमेटी ने अजे तक कोई ऐलान नहीं किया, पाकिस्तान गुरुद्वारा प्रबंधक कमेटी ने अजे तक कोई ऐलान नहीं किया। जदों सरदार मनमोहन सिंह हुणी इंडिया दे प्राइम मिनिस्टर हुंदे सीगे, नवाज शरीफ पाकिस्तान दे प्राइम मिनिस्टर हुंदे सी, दोनों ने 84 का दर्द झल्लिया पिंडे ते हंडाया, उदों बड़ा रौला रप्पा पिया सीगा, मैं भी बड़ियां चिट्ठियां लिखियां पाकिस्तान भी इंडिया भी लेकिन उदों उह कर नहीं सके। पर हुण जिहड़े इंडिया दे प्राइम मिनिस्टर नरेंद्र मोदी उन्होंने पिछले साल ऐलान कर दिता सीगा 15 अगस्त ते भी हर साल 14 अगस्त नूं जिहड़ा वा हॉरर रिमैंबरेंस डे मनाया जाया करूगा, उह दिन जिहड़ा वा उहनां लोकां नूं समर्पित होगा जिहड़े मारे गए सी उजाड़े गए सी। बड़ी वड्डी गल आ उह ऐलान करना ही बड़ी वड्डी गल आ, उहनूं अमल च किन्ना कु लिआउंदे आ उह आपां देखदे आ। लेकिन उहनां दे ऐलान दा इन्ना असर आ कि अकाल तख्त साहिब दे जथेदार ने भी बिलकुल निडर हो गए, बिच झिझक हो गए, ऐलान कर दिता वा। और बाकी भी सारे जिहड़े गुरद्वारा साहिबान जिस तरह यूके दे विच आ जां होर दुनिया दे जिन्ने भी गुरद्वारा साहिबान उहनां विच घट तो घट 14 तरीक नूं 15 तरीक नूं 16 तरीक नूं 10 तरीक तों लै के 16 तरीक तक जां जिहड़ा ऐतवार आ रिहा ऐतवार दे दीवान तों बाद अरदास जरूर होऊगी और होनी चाहीदी वी आ। इह आपां बहुत लेट कीता वा लेकिन फिर भी चलो देर आए दुरुस्त आए, यह एक बड़ी वड्डी डिवेलपमेंट है। मैनू लगता कि हुण जिहड़ा अरदास है ना जी जिहड़ी सिख कौम जां जिहड़े सारे मनुखी
ਕਰਦੇ ਆ ਰਹੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਿ ਖੁੱਲੇ ਦਰਸ਼ਨ ਦੁਆਰੇ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਦੇ ਬਖਸ਼ੋ, ਉਹ ਅਰਦਾਸ ਦਾ ਫਲ ਆ ਕਿ ਆਪਾਂ ਜਿਹੜਾ ਵਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਇਹ ਕਦਮ ਚੁੱਕਿਆ ਵਾ ਕਿ ਉਹਨਾਂ ਨੂੰ ਯਾਦ ਕੀਤਾ ਜਾਵੇ। ਤੁਸੀਂ ਦੇਖਿਓਗੇ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਉਹ ਤੇ ਸਿੱਖ ਪੰਥ ਕੱਲਿਆਂ ਨੇ ਲਾਇਆ ਸੀਗਾ, ਲੇਕਿਨ ਜੇ ਹੁਣ ਕਿਤੇ ਮੋਰਚਾ ਲੱਗਾ ਡੈਮੋਕਰੈਟਿਕ ਪੀਸਫੁਲੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਖੁੱਲੇ ਦਰਸ਼ਨ ਦਾਰਿਆਂ ਦਾ, ਤੇ ਅੰਮ੍ਰਿਤਸਰ ਵਾਲਾ ਪੰਜਾਬ ਹੈ ਉੱਥੋਂ ਵੀ ਹਿੰਦੂ ਜਥੇ ਜਿਹੜੇ ਅਟਾਰੀ ਵਾਹਗਾ ਬਾਰਡਰ ਨੂੰ ਜਾਇਆ ਕਰਨਗੇ, ਤੇ ਲਾਹੌਰ ਵਾਲੇ ਪੰਜਾਬ ਤੋਂ ਵੀ ਜਿਹੜੇ ਮੁਸਲਮਾਨ ਪੰਜਾਬੀ ਉਹ ਆਪਣੇ ਜਥੇ ਲੈ ਕੇ ਵਾਹਗਾ ਬਾਰਡਰ ਨੂੰ ਲੈ ਕੇ ਆਇਆ ਕਰਨਗੇ ਵੀ ਇਹ ਜੇ ਤੁਸੀਂ ਬਾਰਡਰ ਖਤਮ ਨਹੀਂ ਕਰ ਸਕਦੇ ਨਾ ਤੇ ਇਹਨੂੰ ਘੱਟ ਤੋਂ ਘੱਟ ਯੂਜ਼ਲੈਸ ਕਰ ਦਿਓ, ਬੇਅਸਰ ਕਰ ਦਿਓ, ਤਾਂ ਕਿ ਜਿਹੜੇ ਖੁੱਲੇ ਦਰਸ਼ਨ ਦਾਰੇ ਹੋ ਸਕਣ ਤੇ ਸਾਰੇ ਪੰਜਾਬ ਦੇ ਪੰਜਾਬੀ ਜਿਹੜੇ ਆਪਸ ਵਿੱਚ ਗੱਲ ਵੱਕੜੀ ਪਾ ਕੇ ਮਿਲ ਸਕਣ। ਹਾਂਜੀ, ਆਪਣੇ ਕੋਲ ਰਜ਼ਾ ਅਹਿਮਦ ਜੀ ਵੇਟ ਕਰ ਰਹੇ ਹਨ। ਹੈਲੋ, ਹਾਂਜੀ ਰਜ਼ਾ ਅਹਿਮਦ ਜੀ, ਤੁਹਾਡਾ ਸਵਾਗਤ ਹੈ ਦੇਸੀ ਰੇਡੀਓ ਤੇ। ਬਿੱਤੂ ਜੀ, ਤੁਹਾਡੇ ਸਭ ਦਾ ਸ਼ੁਕਰੀਆ। ਔਰ ਮੇਰਾ ਨਾਮ ਤੁਸੀਂ ਥੋੜਾ ਜਿਹਾ ਬਦਲ ਦਿੱਤਾ ਹੈ, ਮੈਂ ਕਰੈਕਸ਼ਨ ਤੁਹਾਡੀ ਕਰ, ਅਹਿਮਦ ਰਜ਼ਾ ਮੇਰਾ ਨਾਮ ਹੁੰਦਾ ਸੀ ਪਹਿਲੇ ਜਦੋਂ ਪ੍ਰੋਗਰਾਮ ਵਿੱਚ। ਅੱਜ ਤੁਹਾਡੇ ਹਮੀਦ ਸਿੰਘ ਭਗਨਾ ਜੀ ਨੇ ਜੋ ਸਾਨੂੰ ਲਿਖ ਕੇ ਦਿੱਤਾ ਸੀ ਪੜਦਾ ਅਹਿਮਦ ਰਜ਼ਾ। ਚਲੋ ਕੋਈ ਨੀ, ਅਹਿਮਦ ਰਜ਼ਾ ਪੰਜਾਬੀ ਹੈ ਜੀ। ਅਹਿਮਦ ਰਜ਼ਾ ਪੰਜਾਬੀ, ਠੀਕ। ਹਾਂਜੀ, ਤੋ ਅਹਿਮਦ ਰਜ਼ਾ ਜੀ, ਇਹ ਜਿਹੜਾ 47 ਦਾ ਦਰਦ ਆਪਾਂ ਹੰਡਾ ਰਹੇ ਹਾਂ ਅਜੇ ਤੱਕ, ਸੋ ਇਹ ਅੱਜ ਕੱਲ ਦੀਆਂ ਜਨਰੇਸ਼ਨ ਨੂੰ ਕਿੰਨਾ ਕੁ ਮਤਲਬ ਇੰਸਪਾਇਰ ਕਰਦਾ ਜਾਂ ਕਿੰਨਾ ਕੁ ਟੁੰਬਦਾ ਹੈ? ਦੇਖੋ, ਹਰ ਚੀਜ਼ ਦਾ, ਹਰ ਜ਼ੁਲਮ ਦਾ, ਔਰ ਉਸ ਜ਼ੁਲਮ ਦਾ ਇੱਕ ਦੌਰਾਨੀਆ ਇੱਕ ਟਾਈਮ ਪੀਰੀਅਡ ਹੁੰਦਾ, ਉਹ ਸਟੇਟਸ ਵੱਲੋਂ ਹੋਵੇ, ਲੋਕਾਂ ਵੱਲੋਂ ਹੋਵੇ, ਉਸ ਤੋਂ ਬਾਅਦ ਉਹ ਐਕਸਪੋਜ਼ ਹੋ ਕੇ ਰਹਿ ਜਾਂਦਾ। ਸੋ ਪਾਰਟੀਸ਼ਨ ਜਿਹੜੀਆਂ ਬੁਨਿਆਦਾਂ ਤੇ ਕਰਾਈ ਗਈ, ਇਹ ਵੰਡਾਂ ਜਿਸ ਬੁਨਿਆਦ ਤੇ ਕਰਾਈਆਂ ਗਈਆਂ, ਵਕਤੀ ਤੌਰ ਤੇ ਜਿਹੜੇ ਨਜ਼ਰੀਆਤ ਬਣਾਏ ਗਏ ਸਨ ਉਹ ਧਾਰਮਿਕ ਨਜ਼ਰੀਆਤ ਸਨ, ਔਰ ਉਹ 75 ਸਾਲਾਂ ਨੇ ਸਾਰਾ ਕੁਛ ਐਕਸਪੋਜ਼ ਕਰਕੇ ਪਰੇ ਮਾਰ ਦਿੱਤਾ। ਫਿਰ ਉਹਦੇ ਵਿੱਚ ਮਾਡਰਨ ਏਜ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ ਨੇ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਹੈ। ਸੋ ਅੱਜ ਦੀ ਜਿਹੜੀ ਯੂਥ ਹੈ ਉਹਦੇ ਵਿੱਚ ਬੱਲੇ, ਅਸੀਂ ਇੰਡੀਅਨ ਸਾਈਡ ਦਾ ਮੈਨੂੰ ਉਤਨਾ ਜ਼ਿਆਦਾ ਪਤਾ ਨਹੀਂ, ਮੈਂ ਪਾਕਿਸਤਾਨੀ ਸਾਈਡ ਦੀ ਗੱਲ ਕਰਾਂਗਾ। ਇਸ ਇੱਕ ਸਬਜੈਕਟ ਪੜ੍ਹਾਇਆ ਜਾਂਦਾ ਪਾਕਿਸਤਾਨ ਸਟੱਡੀਜ਼, ਉਹਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਨਿਮਤ ਔਰ ਸਭ ਤੋਂ ਵੱਡੀ ਸ਼ਹਾਦਤ ਅਗਰ ਕੋਈ ਪੜ੍ਹਾਈ ਜਾਂਦੀ ਹੈ ਨਾ, ਤਾਂ ਇਹ 47 ਦੇ ਜਿਹੜੇ ਲੋਕਾਂ ਦਾ ਕਤਲਾਮ ਇਸ ਨੂੰ ਪੜ੍ਹਾਇਆ ਜਾਂਦਾ। ਪਹਿਲੇ ਪਹਿਲੇ ਜਦੋਂ ਅਸੀਂ ਗੱਲ ਕਰਦੇ ਸੀ ਕਿ ਇਹ ਸ਼ਹਾਦਤ ਨਹੀਂ ਹੈ, ਇਹ ਕਤਲ ਹੈ, ਉਹਦੇ ਤੇ ਬਹੁਤ ਸਾਰੇ ਲੋਕ ਸਾਡੇ ਗੱਲ ਨੂੰ ਪੈਂਦੇ ਸਨ, ਲੇਕਿਨ ਅੱਜ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਕਤਲਾਮ ਜਿਹੜਾ ਪੰਜਾਬੀਆਂ ਦਾ ਹੋਇਆ ਸੀ, ਬੁਨਿਆਦੀ ਤੌਰ ਤੇ ਇਹਦਾ ਸ਼ਹਾਦਤ ਨਾਲ ਕੋਈ ਤਲਕ ਨਹੀਂ ਹੁੰਦਾ। ਸ਼ਹਾਦਤ ਉਹ ਹੁੰਦੀ ਹੈ ਜਿਹਦੇ ਵਿੱਚ ਕਿਸੇ ਦੀ ਫੀਲਿੰਗ ਆਪਣੀ ਸ਼ਾਮਿਲ ਹੋ ਗਈ। ਸੋ ਇਹ ਮਿਲੀਅਨ ਤੋਂ 1 ਮਿਲੀਅਨ ਵੱਧ ਲੋਕਾਂ ਨੂੰ ਜਿਸ ਤਰੀਕੇ ਨਾਲ ਮਰਾਇਆ ਗਿਆ, ਉਹਦੇ ਵਿੱਚ ਰਿਆਸਤ ਦੇ ਮੁਤਾਬਿਕ ਪਾਕਿਸਤਾਨ ਦੇ ਤਹਿਤ ਉਹਨਾਂ ਦੇ ਜ਼ਿਹਨਾਂ ਨੂੰ ਕਾਫੀ ਕੰਟਰੋਲ ਕੀਤਾ। ਲੇਕਿਨ ਹੁਣ ਥੋੜਾ ਥੋੜਾ ਪਤਾ ਲੱਗ ਰਿਹਾ ਕਿ ਨਹੀਂ, ਇਹ ਉਸ ਵੇਲੇ ਦੀ ਸਟੈਬਲਿਸ਼ਮੈਂਟ ਦੀ ਇੱਕ ਚਾਲ ਸੀ ਜਿਹਦਾ ਸ਼ਿਕਾਰ ਉਸ ਵੇਲੇ ਦੇ ਪੋਲੀਟੀਕਲ ਪਾਰਟੀਜ਼ ਹੋਈਆਂ, ਔਰ ਉਹਨਾਂ ਨੇ ਆਪਣੇ ਆਪਣੇ ਬੈਨੀਫਿਟ ਹਾਸਿਲ ਕਰਨ ਲਈ ਜੋ ਲੋਕਾਂ ਨੂੰ ਔਰ ਇਸ ਮਿੱਟੀ ਤੇ ਜੋ ਖੂਨ ਬਰਪਾ ਕੀਤਾ, ਉਹ ਉਸਦਾ ਹੁਣ ਕੁਛ ਨਾ ਕੁਛ ਸਾਨੂੰ ਇੱਕ ਸਾਈਡ ਤੇ ਲੈ ਕੇ ਜਾਣਾ ਪਏਗਾ, ਜੋ ਕਿ ਬੜਾ ਮੁਸ਼ਕਲ ਹੈ ਪਾਕਿਸਤਾਨ ਦੀ ਸੋਸਾਇਟੀ ਦੇ ਵਿੱਚ ਜਿਹੜੀ ਇੱਕ ਧਾਰਮਿਕ ਸੋਸਾਇਟੀ ਹੈ, ਔਰ ਬਾਅਦ ਲੋਕਾਂ ਨੂੰ ਇਸ਼ੂ ਹੁੰਦਾ, ਬਾਅਦ ਨੂੰ ਨਹੀਂ ਵੀ ਹੈ, ਆਪਣਾ ਆਪਣਾ ਜ਼ਿਹਨ ਹੈ। ਧਾਰਮਿਕ ਸੋਸਾਇਟੀ ਰਹੇ, ਮੈਂ ਸੋਸਾਇਟੀ ਦੇ ਵਿੱਚ ਰਹਿੰਦਾ ਵਾਂ, ਲੇਕਿਨ ਉਹ ਧਰਮ ਦਾ ਤਲਕ ਇੰਜ ਹੀ ਹੋਵੇ ਜਿਵੇਂ ਯੂਕੇ ਦੇ ਕਿਸੇ ਵੀ ਬੰਦੇ ਆਪਣੇ ਘਰ ਦੇ ਨਾਲ ਉਹਦੇ ਧਰਮ ਦਾ ਤਲਕ ਹੈ, ਉਹਦਾ ਰਿਆਸਤੀ ਅਮੂਰ ਦੇ ਨਾਲ ਕੋਈ ਤਲਕ ਨਾ ਹੋਵੇ, ਰਿਆਸਤੀ ਅਮੂਰ ਕਿਸੇ ਵੀ ਉਸ ਰਿਆਸਤ ਦੇ ਬਣਾਏ ਹੋਏ ਟਾਈਮ ਦੇ ਤਹਿਤ ਚੱਲਣ। ਤੇ ਇੱਥੇ ਜੋ ਕੁਛ ਹੋਇਆ ਹੈ ਉਹਦੀ ਹੁਣ ਥੋੜੀ ਬਹੁਤ ਸਮਝ ਆ ਰਹੀ ਹੈ, ਔਰ ਉਹਦੇ ਤੇ ਅਸੀਂ ਚਾਹੁੰਦੇ ਹਾਂ, ਖਾਸ ਕਰ ਜਿਹੜਾ ਸਾਡਾ ਗਰੁੱਪ ਹੈ ਜਾਂ ਸਾਡੇ ਲੋਕ ਜਿਹੜੇ ਆ ਉਹਦੇ ਮੁਖਤਲਿਫ ਯੂਨੀਵਰਸਿਟੀਜ਼ ਦੇ ਬਾਕੀ ਇੰਟਲੈਕਚੁਅਲਸ ਵੀ ਹਨ, ਕਿ ਐਟਲੀਸਟ ਪਾਰਟੀਸ਼ਨ ਦਾ ਜਿਹੜੇ ਜਿਹੜੇ ਲੋਕ ਸਨ ਉਹਨਾਂ ਦਾ ਜ਼ਿੰਮੇਦਾਰ ਜਿਹੜੇ ਸਨ ਜਿਹਨਾਂ ਨੇ ਕਤਲਾਮ ਕਰਾਇਆ ਉਹਨਾਂ ਦਾ ਆਈਡੈਂਟੀਫਾਈ ਹੋਣਾ ਜ਼ਰੂਰੀ ਹੈ, ਔਰ ਪਾਕਿਸਤਾਨ ਦੇ ਵਿੱਚ ਉਹ ਆਈਡੈਂਟੀਫਾਈ ਹੋ ਨਹੀਂ ਸਕਦੇ ਕਿਉਂਕਿ ਉਹੀ ਹਨ ਜਿਹਨਾਂ ਨੂੰ ਰਿਆਸਤ ਪੂਜਦੀ ਹੈ। ਇੱਥੇ ਉਹਨਾਂ ਦੇ ਨਾਮ ਤੇ ਆਇਨ ਬਣਾਏ ਗਏ, ਉਹਨਾਂ ਦੇ ਨਾਮ ਤੇ ਹੀ ਸਾਰਾ ਕੁਝ ਇੱਥੇ ਚੱਲ ਰਿਹਾ ਹੈ। ਸੋ ਪਾਕਿਸਤਾਨ ਦੇ ਵਿੱਚ ਅਜੇ ਕੰਪਲੀਕੇਸ਼ਨ ਰਹਿਣਗੀਆਂ, ਜਿਸ ਤਰੀਕੇ ਨਾਲ ਮੈਂ ਹਰਮੀਤ ਸਿੰਘ ਬੱਖਰਾ ਜੀ ਦੀ ਮੈਂ ਗੱਲਬਾਤ ਸੁਣ ਰਿਹਾ ਸੀ, ਗੱਲਬਾਤ ਸੁਣਨ ਨੂੰ ਬਹੁਤ ਚੰਗੀ ਲੱਗਦੀ ਹੈ ਕਿ ਬਾਰਡਰ ਇਸ ਤਰੀਕੇ ਨਾਲ ਹੋ ਜਾਣ, ਬਿਲਕੁਲ ਹੋਣੇ ਚਾਹੀਦੇ। ਮੈਂ ਤੇ ਅਕਸਰ ਇਹ ਕਹਿੰਦਾ ਨਾ ਕਿ ਦੋਨੋਂ ਪੰਜਾਬਾਂ ਦੀ ਟ੍ਰੇਡ ਜਦੋਂ ਵਧੇਗੀ ਤੇ ਉਸੇ ਵੇਲੇ ਹੀ ਇੰਡੀਆ ਔਰ ਪਾਕਿਸਤਾਨ ਦੇ ਸਿਲਕਤ ਬਿਹਤਰ ਹੋਣਗੇ, ਉਹਦੇ ਦੇ ਅੰਦਰ ਖੁਸ਼ਹਾਲੀ ਵੀ ਆਏਗੀ, ਅਮਨ ਪਸੰਦੀ ਵੀ ਆਏਗੀ। ਲੇਕਿਨ ਇਹ ਪਾਕਿਸਤਾਨੀ ਸਾਈਡ ਤੋਂ ਇਹ ਹੋਣਾ ਇਹ ਕਿਤਨਾ ਸੌਖਾ ਨਹੀਂ ਹੈ, ਕਿਉਂਕਿ ਇਹਦੇ ਅੰਦਰ ਬਹੁਤ ਸਾਰਾ ਦਬਿਆ ਹੋਇਆ ਹੈ। ਜਾਂ ਤੇ ਅਸੀਂ ਫਿਰ ਹਿੰਮਤ ਕਰੀਏ, ਸਾਡੇ ਜੇ ਲੋਕ ਤੁਹਾਡੇ ਨਾਲ ਹਨ, ਇਹਦੇ ਤੇ ਅਸੀਂ ਪ੍ਰੋਗਰਾਮ ਕਰਦੇ ਰਹੀਏ, ਉਹ ਸਾਰੇ ਲੋਕਾਂ ਨੂੰ ਪਤਾ ਚੱਲੇ, ਔਰ ਇਹ ਜਿਹੜਾ 47 ਦਾ ਇੱਕ ਫਰਾਡ ਕੀਤਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਦੀ ਜਿਹੜੀ ਆਈਡੈਂਟੀਟੀ ਹੈ ਜਿਹੜੀ ਹਮੇਸ਼ਾ ਲਈ ਬਰਬਾਦ ਕਰ ਦਿੱਤੀ ਗਈ ਸੀ, ਇਸ ਪੰਜਾਬ ਨੂੰ ਦੁਬਾਰਾ ਉਸ ਵੱਲ ਲਿਆਇਆ ਜਾਵੇ, ਔਰ ਸਰਦਾਰ ਕੇਂਦਰ ਜਾਂ ਟਿਵਾਣਾ ਜਿਹੜਾ ਆਖਰੀ ਦਮ ਤੱਕ ਜਿਹੜਾ ਲੜ ਰਿਹਾ ਸੀ
ਜਿਹੜੇ ਐਂਡ ਤੇ ਜਿਸਨੇ ਇਹ ਵੀ ਕਹਿੰਦਾ ਸੀ ਕਿ ਠੀਕ ਹੈ ਤੁਸੀਂ ਪੰਜਾਬ ਨੂੰ ਸੈਪਰੇਟ ਸਟੇਟ ਦੇ ਤੌਰ ਤੇ ਸਾਨੂੰ ਕਬੂਲ ਹੈ ਲੇਕਿਨ ਪੰਜਾਬ ਨੂੰ ਵੰਡੋ ਨਾ। ਔਰ ਜਿਹੜਾ ਜਿਨ੍ਹਾਂ ਦੇ ਅਗੇਂਸਟ ਵੀ ਖੜਾ ਸੀ ਜਿਹੜਾ ਉਸ ਵੇਲੇ ਦੀਆਂ ਸਾਰੀਆਂ ਧਾਰਮਿਕ ਉਤਾਂ ਦੇ ਅਗੇਂਸਟ ਵੀ ਖੜਾ ਸੀ ਕਿ ਪੰਜਾਬ ਇਹ ਹਿੰਦੂ ਦਾ ਵੀ ਪੰਜਾਬ ਹੈ, ਸਿੱਖ ਦਾ ਵੀ ਪੰਜਾਬ ਹੈ, ਇਹ ਕ੍ਰਿਸਚਨ ਦਾ ਵੀ ਪੰਜਾਬ ਹੈ, ਇੱਕ ਮੁਸਲਮਾਨ ਦਾ ਵੀ ਪੰਜਾਬ ਹੈ। ਸੋ ਪੰਜਾਬ ਅਗਰ ਅਸੀਂ ਦੇਖਣਾ ਹੈ ਤੇ ਪੰਜਾਬ ਫਿਰ ਸਭ ਦਾ ਸਾਂਝਾ ਪੰਜਾਬ ਦੇਖਣਾ ਹੋਏਗਾ। ਉਹਦੇ ਵਿੱਚ ਫਿਰ ਸਾਨੂੰ ਮਸੀਤਾਂ ਗੁਰਦੁਆਰਿਆਂ ਧਰਮਸ਼ਾਲਿਆਂ ਇਹਨਾਂ ਦੇ ਵਿੱਚ ਅਸੀਂ ਨਹੀਂ ਪੈਣਾ। ਸਿੱਧਾ ਸੈਕੂਲਰ ਪੰਜਾਬ ਹੋਏਗਾ ਜਿਹਦੇ ਵਿੱਚ ਹਰ ਬੰਦੇ ਨੂੰ ਉਹਦੇ ਮਜ਼ਹਬ ਦੀ ਆਜ਼ਾਦੀ ਹੋਏਗੀ, ਲੇਕਿਨ ਉਹਦੀ ਫਿਰ ਵਨ ਡੇ ਨਹੀਂ ਹੋਏਗੀ ਕਿ ਫਲਾਣਾ ਗੁਰਦੁਆਰਾ ਸਾਡਾ ਉੱਧਰ ਰਹਿ ਗਿਆ ਤੇ ਸਾਨੂੰ ਉਹ ਦੇ ਦਿੱਤਾ ਜਾਵੇ, ਜਾਂ ਫਲਾਣਾ ਕਿਸੇ ਮੁਸਲਮਾਨ ਦਾ ਦਰਬਾਰ ਉੱਧਰ ਰਹਿ ਗਿਆ ਸੀ ਉਹ ਇੱਧਰ ਦੇ ਦਿੱਤਾ ਜਾਵੇ। ਇਹ ਨਾ ਇਸ ਤਰੀਕੇ ਨਾਲ ਜੁਗਰਾਫੀਆ ਕਿਸੇ ਵੀ ਕੌਮ ਦੀਆਂ ਵੰਡਾਂ ਹੁੰਦੀਆਂ, ਪਰ ਨਾ ਕੌਮ ਅੱਗੇ ਇਸ ਤਰੀਕੇ ਨਾਲ ਵੱਧ ਸਕਦੀ। ਠੀਕ ਹੈ ਜੀ। ਹਾਂਜੀ, ਸੋ ਅਹਿਮਦ ਰਜਾ ਜੀ ਕਹਿੰਦੇ ਨੇ ਕਿ ਇਤਿਹਾਸ ਜਿਹੜਾ ਹਿਸਟਰੀ ਹੁੰਦੀ ਆ ਉਹ ਵੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੀ ਆ, ਕਿਉਂਕਿ ਉਹਦੇ ਤੋਂ ਸੇਧ ਲੈ ਕੇ ਜਾਂ ਉਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਪੁਰਖੇ ਕਿੱਦਾਂ ਦੇ ਸੀ, ਕੀ ਕੁਰਬਾਨੀਆਂ ਕੀਤੀਆਂ। ਸੋ ਇਹ ਜਿਹੜਾ ਇਤਿਹਾਸ ਆ, ਜਿਹੜੀ ਹਿਸਟਰੀ ਆ 47 ਪ੍ਰਤੀ, ਅੱਜ ਕੱਲ ਦੀ ਜਨਰੇਸ਼ਨ ਨੂੰ ਇਹਦੇ ਲਈ ਜਾਣਨਾ ਬੜਾ ਜ਼ਰੂਰੀ ਆ। ਸਰਕਾਰੀ ਤੌਰ ਤੇ ਜਿਹੜੀ ਜਾਣਕਾਰੀ ਆ ਉਹ ਬਹੁਤੀ ਪੁਖਤਾ ਨਹੀਂ ਆ, ਹੋਰ ਤਰੀਕਿਆਂ ਦਿੱਤੀ ਜਾਂਦੀ ਆ, ਪਰ ਜਿਹੜੀ ਜੋ ਅਸਲ ਸਾਡੇ ਲੋਕਾਂ ਨਾਲ ਹੋਇਆ ਉਹਦੇ ਸੰਬੰਧ ਵਿੱਚ ਕੀ ਜਿਹੜੇ ਤੁਹਾਡੇ ਵਰਗੇ ਜਾਗਰੂਕ ਲੋਕ ਨੇ ਜਿਹੜੇ ਜਿੱਦਾਂ ਤੁਸੀਂ ਐਕਟਿਵਲੀ ਕੰਮ ਕਰ ਰਹੇ ਹੋ, ਅੱਜ ਕੱਲ ਕੀ ਹੋ ਰਿਹਾ ਜੀ 47 ਦੇ ਸੰਬੰਧ ਵਿੱਚ, ਤੁਸੀਂ ਕੀ ਐਕਟਿਵਲੀ ਕਰ ਰਹੇ ਹੋ? ਸਾਡਾ ਬਿੱਤੂ ਜੀ ਜਦੋਂ ਸਟਾਰਟ ਕੀਤਾ ਸੀ ਅਸੀਂ ਤੇ ਨਹੀਂ ਕੀਤਾ, ਅਗਸਤ ਜਦੋਂ ਸਟਾਰਟ ਹੋਇਆ ਹੈ ਤੇ ਪਲਾਨ ਇਹ ਸੀ, ਉਹਦੇ ਨਾਲ ਜਿਹੜੀ ਵਰਕਿੰਗ ਸਟਾਰਟ ਹੋਈ ਸਾਡੀ ਤਨਜ਼ੀਮ ਦੀ ਪੰਜਾਬੀ ਪ੍ਰਚਾਰ ਦੀ, ਉਹ ਅਸੀਂ ਕਿਹਾ ਤੇ ਕਾਫੀ ਜ਼ਿਆਦਾ ਪਾਰਟੀਸ਼ਨ ਤੇ ਸਟੋਰੀਜ਼ ਜਿਸ ਤਰੀਕੇ ਨਾਲ ਮੈਂ ਇੱਕ ਚੈਨਲ ਚਲਾ ਰਹੀ ਹਾਂ ਪੰਜਾਬੀ ਪ੍ਰਚਾਰ ਟੀਵੀ ਯੂਟਿਊਬ ਟੀਵੀ ਅੱਛੀ ਹੈ, ਉਸਦੀ ਵਿਊਅਰਸ਼ਿਪ ਵੀ ਅੱਛੀ, ਆਮ ਲੋਕਾਂ ਤੱਕ ਉਹਨਾਂ ਦੀ ਪਬਲਿਕ ਤੱਕ ਰੀਚ ਵੀ ਹੁੰਦੀ ਜਿੱਥੇ ਜਿੱਥੇ ਕੋਈ ਪੰਜਾਬੀ ਬੈਠਾ ਉਹਦੇ ਤੱਕ ਹੈ। ਉਹਦੇ ਦੇਖੋ 50 ਤੋਂ ਵੱਧ ਪਾਰਟੀਸ਼ਨ ਸਟੋਰੀਜ਼ ਮੈਂ ਵੀ ਕੀਤੀਆਂ ਹਨ, ਸਾਡੇ ਹੋਰ ਦੋਸਤ ਹਨ ਪੰਜਾਬੀ ਲਹਿਰ ਵਾਲੇ ਨਾਸਰ ਢਿੱਲੂ ਹਨ, ਚਾਰ ਗੁਣਾ ਜ਼ਿਆਦਾ ਉਹਨਾਂ ਨੇ ਪਾਰਟੀਸ਼ਨ ਤੇ ਸਟੋਰੀਜ਼ ਕੀਤੀਆਂ, ਕੋਈ ਵਿਛੜੇ ਜਿਹੜੇ ਸਨ ਉਹ ਵੀ ਮਿਲੇ, ਸਾਰਾ ਕੁਛ ਹੋਇਆ। ਲੇਕਿਨ ਹੁਣ ਮੇਰੇ ਖਿਆਲ ਦੇ ਮੁਤਾਬਿਕ ਸਾਨੂੰ ਇਸ ਨੂੰ ਨਾ ਬਸ ਇੱਥੇ ਤੱਕ ਠੀਕ ਹੈ ਨਾਲ ਨਾਲ ਚੱਲਦਾ ਰਹੇ, ਲੇਕਿਨ ਇੱਕ ਕਦਮ ਅੱਗੇ ਜਾਣਾ ਪਏਗਾ ਕਿ ਇਹਨੂੰ ਇੰਟਲੈਕਚੁਅਲੀ ਇਸਨੂੰ ਡਿਬੇਟ ਦਾ ਹਿੱਸਾ ਬਣਾਉਣਾ ਪਏਗਾ ਕਿ ਇਹਦੇ ਇੰਪੈਕਟ ਕੀ ਕ੍ਰੀਏਟ ਹੋਏ ਪੰਜਾਬ ਦੀ ਪਾਰਟੀਸ਼ਨ ਤੋਂ ਬਾਅਦ। ਅਸਲ ਤੇ ਦੇਖ ਰਿਹਾ ਨਾ ਕਿ ਪੰਜਾਬੀ ਕੌਮ ਦਾ ਹੁਲੀਆ ਕੀ ਪਹਿਲੇ ਕੀ ਸੀ, ਹੁਲੀਆ ਬਾਅਦ ਵਿੱਚ ਕੀ ਬਣਦਾ, ਔਰ ਬਰਬਾਦ ਕਰਨ ਦੀ ਸਾਜ਼ਿਸ਼ ਕਿਹੜੀ ਸੀ ਕਿਸ ਹੱਦ ਤੱਕ ਆ। ਪੰਜਾਬ ਦੀ ਤਰੱਕੀ ਦੇ ਵਿੱਚ ਇਹਦਾ ਕੀ ਹੈ, ਸਾਈਕੋਲੋਜੀਕਲੀ ਇਸ ਨੂੰ ਕੀ ਇਫੈਕਟ ਹੋਇਆ, ਪੋਲੀਟੀਕਲੀ ਕੀ ਹੋਇਆ, ਕਿਉਂਕਿ ਪੋਲੀਟੀਕਲੀ ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕਰ ਰਿਹਾ ਸੀ ਪੰਜਾਬ ਦੀ ਤੇ ਆਪਣੀ ਪਾਰਟੀ ਸੀ ਨਾ, ਮੁਸਲਿਮ ਲੀਗ ਪੰਜਾਬ ਦੀ ਪਾਰਟੀ ਨਹੀਂ ਹੈ। ਅਗਰ ਅੱਜ ਪਾਕਿਸਤਾਨ ਦੀ ਪਾਰਟੀ ਮੁਸਲਿਮ ਲੀਗ ਬਣਾ ਕੇ ਦੱਸਿਆ ਜਾਂਦਾ ਹੈ ਤੇ ਆਖਰੀ ਪਾਰਟੀਸ਼ਨ ਤੋਂ ਆਖਰੀ 1.5 ਸਾਲ ਦੇ ਵਿੱਚ ਆ ਕੇ ਪਾਰਟੀ ਬਣਦੀ ਸੀ ਪੰਜਾਬ ਦੀ, ਔਰ ਉਸ ਵੇਲੇ ਦੀ ਐਸਟੈਬਲਿਸ਼ਮੈਂਟ ਇਸ ਨੂੰ ਪਾਰਟੀ ਬਣਵਾ ਰਹੀ ਹੈ। ਕਾਂਗਰਸ ਇੱਥੋਂ ਦੀ ਪਾਰਟੀ ਨਹੀਂ ਹੈ, ਇਸ ਤੋਂ ਪਹਿਲੇ ਦੀ ਜਿਹੜੀ ਕੋਈ ਸਾਡੀ 30-35 ਸਾਲ ਦੀ ਇੱਥੋਂ ਦੀ ਸਿਆਸਤ ਰਹੀ ਹੈ ਉਹਦੇ ਵਿੱਚ ਕਾਂਗਰਸ ਦਾ ਵੀ ਕੋਈ ਰੋਲ ਨਹੀਂ ਹੈ, ਮੁਸਲਿਮ ਲੀਗ ਦਾ ਕੋਈ ਰੋਲ ਨਹੀਂ ਹੈ, ਪੰਜਾਬੀਆਂ ਦੀ ਆਪਣੀ ਪਾਰਟੀ ਯੂਨੀਅਨ ਪਾਰਟੀ ਜਿਹੜੀ ਸੀ ਉਹਦਾ ਰੋਲ ਸੀ। ਉਹਨੂੰ ਡਿਸਕਸ ਕਰਨਾ ਚਾਹੀਦਾ ਕਿ ਯੂਨੀਅਨ ਪਾਰਟੀ ਦਾ ਥੀਮ ਕੀ ਸੀ, ਜਿਹਨੂੰ ਸੋਰੀ ਟੂ ਸੇ ਸਾਡਾ ਕੋਈ ਸਿੱਖ ਬਾਈ ਵੀ ਓਨ ਨਹੀਂ ਕਰਦਾ, ਸਾਡਾ ਮੁਸਲਮਾਨ ਵੀ ਓਨ ਨਹੀਂ ਕਰਦਾ, ਕੋਈ ਹਿੰਦੂ ਵੀ ਨਹੀਂ ਕਰਦਾ, ਉਹ ਸਭ ਦੀ ਸਾਂਝੀ ਪਾਰਟੀ ਸੀ। ਮਸਲਾ ਤੇ ਇਹੀ ਹੈ ਨਾ ਕਿ ਅਸੀਂ ਸਾਰੇ ਧਰਮਾਂ ਨੂੰ ਵੰਡ ਕੇ ਦੇਖਦੇ ਹਾਂ, ਇੱਕ ਸਿੱਖ ਪਾਰਟੀਸ਼ਨ ਤੇ ਗੱਲ ਕਰੇਗਾ ਤੇ ਉਹ ਆਪਣੀ ਪਾਰਟੀ ਸਿੱਖਾਂ ਦੀ ਸੀ, ਉਹਦੇ ਜਿਹੜੇ ਕੀਤੇ ਉਹ ਜੁਰਮ ਇਹਨਾਂ ਤੇ ਪ੍ਰਭਾਵ ਪਾਏਗਾ, ਇੱਕ ਮੁਸਲਮਾਨ ਹੈ ਉਹ ਮੁਸਲਿਮ ਲੀਗ ਲਈ ਜਿਹੜੇ ਹੁੰਦੇ ਸਨ ਜਿਹੜੇ ਜੱਥੇ ਸਨ ਉਹਨਾਂ ਤੇ ਪਰਦਾ ਪਾਏਗਾ, ਤੇ ਕਾਂਗਰਸੀ ਹੈ ਉਹ ਕਾਂਗਰਸ ਤੇ ਪਰਦਾ ਪਾਏਗਾ। ਵਾਹਿਦ ਅਮਨ ਪਸੰਦ ਜਿਹੜੀ ਉਸ ਵੇਲੇ ਪਾਰਟੀ ਸੀ ਜਿਹੜੀ ਜਿਸ ਤਰ੍ਹਾਂ ਸਰਦਾਰ ਖਿਜ਼ਰ ਜਾਂ ਟਿਵਾਣਾ 2 ਜਾਂ 3 ਮਾਰਚ ਨੂੰ ਰਿਜ਼ਾਈਨ ਕਰਦੇ ਨੇ, ਉਸ ਤੋਂ ਪਹਿਲੇ ਕੋਈ ਪੰਜਾਬ ਦੇ ਅੰਦਰ ਐਸਾ ਫਸਾਦ ਬਰਪਾ ਨਹੀਂ ਹੁੰਦਾ, ਕਮਿਊਨਲ ਫਸਾਦ ਕੋਈ ਬਰਪਾ ਨਹੀਂ ਹੁੰਦਾ, ਕੋਈ ਮਾਰਾਮਾਰੀ ਨਹੀਂ ਹੁੰਦੀ। ਪੰਜਾਬ ਦੀ ਆਪਣੀ ਹਕੂਮਤ ਉਸ ਵੇਲੇ ਕਾਇਮ ਸੀ, ਹਕੂਮਤ ਪ੍ਰੈਸ਼ਰ ਪਵਾ ਕੇ ਮੁਸਲਿਮ ਲੀਗੀਆਂ ਦਾ ਇੱਧਰ ਉੱਧਰੋਂ ਸਾਰੀ ਉਹ ਖਤਮ ਕਰਾਈ ਗਈ, ਪਰ ਉਸ ਖਤਮ ਕਰਾਏ ਤੋਂ ਬਾਅਦ ਇਹੀ ਮਾਰਚ ਸੀ ਜਿਹਦੇ ਵਿੱਚ ਦੰਗੇ ਫਸਾਦ ਉਹਦੇ ਵਿੱਚ ਅਸੀਂ ਪਿੰਡੀ ਦੇਖੀਏ, ਲਾਹੌਰ ਦੇਖੀਏ, ਅੰਮ੍ਰਿਤਸਰ ਦੇਖੀਏ, ਸਾਰੇ ਸੜਨ ਲੱਗ ਜਾਂਦੇ। ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਡੀ ਆਪਣੀ ਪਾਰਟੀ ਕਿਹੜੀ ਸੀ, ਪੰਜਾਬ ਅਗਰ ਬਚਣਾ ਹੈ ਤੇ ਉਹਨਾਂ ਬੁਨਿਆਦਾਂ ਤੇ ਬਚਣਾ ਹੈ, ਭਲੇ ਚੜ੍ਹਦੇ ਪੰਜਾਬ ਦੇ ਵਿੱਚ ਸਾਨੂੰ ਇੱਥੇ ਪਾਰਟੀਆਂ ਲਿਆਉਣੀਆਂ ਪੈਣਗੀਆਂ, ਲਹਿੰਦੇ ਪੰਜਾਬ ਦੇ ਵਿੱਚ ਇੱਥੇ ਲਿਆਉਣੇ ਪੈਣ ਜਿਹੜੇ ਸਿਰਫ ਪੰਜਾਬ ਦੀ ਗੱਲ ਕਰਨ। ਇਸ ਐਸਪੈਕਟਸ ਦੇ ਨਾਲ ਅਸੀਂ ਮੁਖਤਲਿਫ ਉਹਦੇ ਤੇ ਜਿਹੜਾ ਇੰਟਰਵਿਊਜ਼ ਹੈ ਉਹ ਕਰ ਰਹੇ ਹਾਂ, ਫਿਰ ਉਹਦੇ ਤੇ ਜਿਹੜਾ ਅਗਲਾ ਪਲਾਨ ਹੈ ਉਸ ਤੋਂ ਨੈਕਸਟ ਦੇ ਵਿੱਚ ਉਹ ਸੈਮੀਨਾਰ ਦਾ ਹੈ, ਅਸੀਂ ਇਸ ਨੂੰ 15 ਤੋਂ ਅਸੀਂ ਸਟਾਰਟ ਕਰ ਦਿਆਂਗੇ।
और एक वीक साडा सेमिनार दा होएगा और इस 31 दिसंबर ते फिर एक वड्डे लेवल दा सेमिनार जिहड़ा लाहौर दे अंदर होएगा जिंदे अंदर उसनों असीं पूरे एक पूरा जिहड़ा प्रोसेस है उसनों कंक्लूड करांगे कि अस पूरे महीने दे जिहड़े इंटरव्यू सी जिहड़े सेमिनार सी इन्हां दे अंदर की इंटेलेक्चुअल जिहड़े साडे हन साडे दिमाग हन उह की इहदा रिजल्ट की कढ़दे ने कि वे फॉरवर्ड की होएगा पंजाबी कौम वास्ते। अगर पंजाबियों ने अपना पंजाब नूं अपनी शनाख्त बनाना है अपने पंजाबी होण नूं एक्सेप्ट कर लिया तो फिर फ्यूचर किस तरीके का होगा जदों कि उधर इंडिया है इधर पाकिस्तान है इन्हां दे विचकार बार्डर दे रहिंदे होया उह सिनेरियो किवें बन सकदा है पंजाबी डायस्पोरा उहदे विच की रोल प्ले कर सकता है। सो इहदे ते बिट्टू जी काम हो गया जिहड़ा जिदां 14 अगस्त नूं पाकिस्तान अपना आजादी दिहाड़ा मनाउंदा ते 15 अगस्त नूं इंडिया अपना आजादी दिहाड़ा मनाउंदा पर जिहड़े पंजाबी ने उह जिदां कतलेआम होया पंजाबियां दा बड़ा नुकसान होया कि इहनूं इक एज अ सिग्निफिकेंस कोई असीं दिहाड़े दे तौर ते वी मनाउंदे आ जां मनाउण दी कोई संभावना जां कुछ इस तरह दा प्रोग्राम वी कुछ हो रहा जिहदे च कि इह होए कि असीं इस चीज़ नूं माफ करीए। बिल्कुल जी, इहदे विच असीं 17 अगस्त नूं काला दिहाड़ दे तौर ते ना काला दिहाड़ दो दिनां दे विच मनाया जांदा है। एक 27 मार्च 1849 जदों गोरा कब्जा कर संभालदा है लाहौर दरबार ते उस नूं काला दिहाड़ दे तौर ते दूसरा फिर 17 अगस्त नूं इस सारे जितनियां असली पंजाबी तंजीमां लैंदे पंजाब दीआं उहनां दी इक मिल के इक सांझे तौर ते इस नूं काले दिहाड़ दे तौर ते पार्टीशन दे मध्य दे विच उस नूं मुख रखदे होए आ ਉਹ ਫਿਰ 17 अगस्त। ਸੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਕੀ ਮਤਲਬ ਕੋਈ ਮੁਜ਼ਾਰਾ ਹੁੰਦਾ ਜਾਂ ਕੈਂਡਲ ਲਾਈਟ ਕੀ ਹੁੰਦਾ ਕਿਸ ਤਰ੍ਹਾਂ ਦਾ ਹੁੰਦਾ ਉਸ ਰੂਪ ਰੇਖਾ ਸਰ ਉਹਦੇ ਵਿੱਚ ਮੁਜ਼ਾਹਰਾ ਨਹੀਂ ਹੁੰਦਾ ਫਿਲਹਾਲ ਤੇ ਇਨੀਸ਼ੀਅਲੀ ਅਜੇ ਕੁਝ ਇਸ ਤਰ੍ਹਾਂ ਚੀਜ਼ਾਂ ਪੁੰਗਰਦੀਆਂ ਹਨ ਨਾ ਹਾਂਜੀ ਤੇ ਉਹ ਚੀਜ਼ਾਂ ਪੁੰਗਰ ਰਹੀਆਂ ਹਨ ਉਹਦੇ ਵਿੱਚ ਅਜੇ ਤਾਂ ਸੋਸ਼ਲ ਮੀਡੀਆ ਤੇ ਹੀ ਲੋਕ ਮੁਖਤਲਿਫ ਲੋਕ ਜਿਹੜੇ ਆਪਣੇ ਡੀਪੀ ਲਾਉਂਦੇ ਹਨ ਉਹਦੇ ਤੇ ਪੋਸਟਾਂ ਲਾਉਂਦੇ ਹਨ ਔਰ ਜਿਹੜੇ ਯਾਦ ਕਰਦੇ ਆ ਜਿਹੜੇ ਲੋਕ ਕਤਲ ਹੋਏ ਦੋਨਾਂ ਮੁਲਕਾਂ ਦੇ ਵਿਚਕਾਰ ਪੰਜਾਬ ਜਿਹੜਾ ਇੱਕ ਵੱਡਿਆ ਗਿਆ ਉਸ ਦਿਨ ਨੂੰ ਯਾਦ ਕਰਦੇ ਨੇ। ਪਾਕਿਸਤਾਨ ਦਾ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਇੰਡੀਆ ਦੇ ਵਿੱਚ ਬੈਠਾ ਹੋਇਆ ਯੂਕੇ ਦੇ ਵਿੱਚ ਬੈਠਾ ਹੋਇਆ ਕੈਨੇਡਾ ਦੇ ਵਿੱਚ ਬੈਠਾ ਹੋਇਆ ਉੱਥੇ ਹੋਰ ਤਰੀਕੇ ਦੀਆਂ ਚੀਜ਼ਾਂ ਹਨ। ਜਿਹੜੇ ਦੋਸਤ ਇੱਥੇ ਪਾਕਿਸਤਾਨ ਆਉਂਦੇ ਨੇ ਉਹਨਾਂ ਨੂੰ ਅੰਦਾਜ਼ਾ ਹੋ ਸਕਦਾ ਕਿ ਕਿਸ ਹੱਦ ਤੱਕ ਜਕੜੀ ਹੋਈ ਜਕੜਾ ਹੋਇਆ ਸਮਾਜ ਹੈ ਇਹਦੇ ਅੰਦਰ ਅਜੇ ਪੁੰਗਰਨ ਲਈ ਇੱਥੇ ਆਪਣੀ ਜਿਹੜੀਆਂ ਲਿਬਰਟੀਜ਼ ਹਨ ਔਰ ਜਿਹੜੀਆਂ ਆਪਣੀਆਂ ਸ਼ਨਾਖਤਾਂ ਹਨ ਉਹਨਾਂ ਨੂੰ ਖੁੱਲ੍ਹ ਕੇ ਜਾਣ ਲਈ ਥੋੜਾ ਟਾਈਮ ਲੱਗੇਗਾ ਲੇਕਿਨ ਅਗਰ ਅਸੀਂ ਇਸ ਤੋਂ ਪਿੱਛੇ ਹਟ ਗਏ ਤੇ ਫਿਰ ਉਹ ਚੀਜ਼ਾਂ ਖਤਮ ਹੋ ਜਾਣਗੀਆਂ ਮਰ ਜਾਣਗੀਆਂ ਇਸ ਲਈ ਇਹਨਾਂ ਨੂੰ ਜਿੰਦੇ ਰੱਖਣਾ ਚਾਹੀਦਾ ਹੈ ਲੋਕਾਂ ਦੀਆਂ ਸੋਚਾਂ ਦੇ ਵਿੱਚ ਔਰ ਆਉਣ ਵਾਲੇ ਦਿਹਾੜੇ ਕੁਛ ਐਸੇ ਹੋਣਗੇ ਕਿ ਵੱਡੀ ਪੱਧਰ ਤੇ ਇਸ ਤਰੀਕੇ ਦੇ ਕੰਮ ਹੋ ਸਕਣ। ਸੋ ਅਹਿਮਦ ਰਜ਼ਾ ਜੀ ਇਹ 47 ਜਿੱਦਾਂ ਓਬਵੀਅਸਲੀ ਆਉਣ ਵਾਲੀਆਂ ਜਨਰੇਸ਼ਨ ਤੱਕ ਸਾਨੂੰ ਇੰਸਪਾਇਰ ਕਰਦਾ ਰਹੂਗਾ ਟੁੰਬਦਾ ਰਹੂਗਾ ਜਿੱਦਾਂ ਤੁਸੀਂ ਕਹਿੰਦੇ ਕਾਲਾ ਦਿਹਾੜਾ ਮਨਾਉਂਦੇ ਆ ਜਾਂ ਹਜੇ ਇਹ ਸੋਸ਼ਲ ਮੀਡੀਆ ਤੇ ਹਜੇ ਇਨਫੈਂਸੀ ਦੇ ਵਿੱਚ ਹੈ ਤੁਸੀਂ ਇੱਕ ਮਤਲਬ ਤੁਸੀਂ ਸੋਚ ਰਹੇ ਹੋ ਕਿ ਇੱਕ ਜਿੱਦਾਂ ਕਿ ਇਸ ਮੌਜੂਦਾ ਪੋਲੀਟੀਕਲ ਸਟਰਕਚਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਭਾਵੇਂ ਕਿ ਇੰਡੀਆ ਤੇ ਪਾਕਿਸਤਾਨ ਦਾ ਇੱਕ ਹੋਣਾ ਨਿਕਟ ਭਵਿੱਖ ਦੇ ਵਿੱਚ ਸੰਭਵ ਨਜ਼ਰ ਨਹੀਂ ਆਉਂਦਾ ਪਰ ਹੋਰ ਪ੍ਰੈਕਟੀਕਲੀ ਪੰਜਾਬੀ ਮਤਲਬ ਇੱਕ ਹੋਣ ਲਈ ਕੀ ਕੀ ਕਰ ਸਕਦੇ ਨੇ? ਦੇਖੋ ਪੰਜਾਬੀ ਦਾ ਪੰਜਾਬੀਆਂ ਕੋਲ ਹੈ ਕੀ ਸਾਨੂੰ ਇਹ ਦੇਖਣਾ ਚਾਹੀਦਾ ਨਾ ਜਿਹੜਾ ਪੰਜਾਬੀ ਨੂੰ ਇੱਕ ਕਰਦਾ ਜਾਂ ਕਿਸੇ ਵੀ ਕੌਮ ਨੂੰ ਇੱਕ ਕਰਦਾ ਲੈਂਡ ਹੁੰਦੀ ਲੈਂਡ ਉਹਨਾਂ ਦੀ ਸਾਂਝੀ ਹੁੰਦੀ ਲੈਂਡ ਦੇ ਵਿੱਚੋਂ ਕੱਟ ਦਿੱਤਾ ਗਿਆ ਠੀਕ ਹੈ ਇੱਕ ਸਾਈਡ ਤੇ ਚੜ੍ਹਦਾ ਪੰਜਾਬ ਹੋ ਗਿਆ ਇੱਕ ਸਾਈਡ ਤੇ ਲਹਿੰਦਾ ਪੰਜਾਬ ਹੋ ਗਿਆ ਦੂਸਰੇ ਸਾਈਡ ਤੋਂ ਤੁਹਾਡੀ ਬੋਲੀ ਹੁੰਦੀ ਹੈ ਤੇ ਬੋਲੀ ਕਿਸ ਹੱਦ ਤੱਕ ਸੰਭਾਲੀ ਗਈ ਹੈ ਚੜ੍ਹਦੇ ਪੰਜਾਬ ਦੇ ਅੰਦਰ ਆਇਆ ਸਰਕਾਰੀ ਭਾਸ਼ਾ ਹੈ ਜਾਂ ਨਹੀਂ ਹੈ ਲਹਿੰਦੇ ਪੰਜਾਬ ਦੇ ਅੰਦਰ ਸਰਕਾਰੀ ਭਾਸ਼ਾ ਹੈ ਜਾਂ ਨਹੀਂ ਹੈ ਚੜ੍ਹਦੇ ਪੰਜਾਬ ਦੇ ਅੰਦਰ ਕਿਸੇ ਵੀ ਕੌਮ ਦੇ ਹੀਰੋ ਸਾਂਝੇ ਹੁੰਦੇ ਔਰ ਨਜ਼ਮਾਂ ਤੋਂ ਉੱਚੇ ਹੁੰਦੇ ਕਿਆ ਬਾਬਾ ਗੁਰੂ ਨਾਨਕ ਸਿਰਫ ਚੜ੍ਹਦੇ ਪੰਜਾਬ ਦੇ ਵਿੱਚ ਗਾਇਆ ਜਾਂਦਾ ਹੈ ਲਹਿੰਦੇ ਪੰਜਾਬ ਦੇ ਵਿੱਚ ਪੜਾਇਆ ਜਾਂਦਾ ਹੈ ਕਿਆ ਲਹਿੰਦੇ ਪੰਜਾਬ ਦੇ ਵਿੱਚ ਬੁੱਲੇ ਸ਼ਾਹ ਪੜਾਇਆ ਜਾਂਦਾ ਹੈ ਚੜ੍ਹਦੇ ਪੰਜਾਬ ਦੇ ਵਿੱਚ ਵਾਰਿਸ ਸ਼ਾਹ ਪੜਾਇਆ ਜਾ ਰਿਹਾ ਹੈ ਕਲਚਰਲੀ ਕੀ ਹੈ ਕਿਆ ਪੱਗ ਜਿਹੜਾ ਪੰਜਾਬੀਆਂ ਦਾ ਸਿੰਬਲ ਹੈ ਉਹ ਲਹਿੰਦੇ ਪੰਜਾਬ ਦਾ ਵੀ ਹੈ ਚੜ੍ਹਦੇ ਪੰਜਾਬ ਦਾ ਵੀ ਹੈ ਕਿਆ ਜਿਹੜੇ ਲੋਕ ਗੀਤ ਹਨ ਸ਼ਾਦੀਆਂ ਦੇ ਹਨ ਕਿਸ ਹੱਥ ਸਾਂਝੇ ਆ ਠੀਕ ਹੈ ਗੜੋਲੀਆਂ ਕਿਤਨੀਆਂ ਸਾਂਝੀਆਂ ਹਨ ਡਰੈਸਿੰਗ ਕਿਤਨੀ ਸਾਂਝੀ ਹੈ ਜਾਂ ਹੋਰ ਕਲਚਰਲੀ ਜਿਹੜੀਆਂ ਚੀਜ਼ਾਂ ਹਨ ਖਾਣ ਪੀਣ ਕਿਸ ਸਾਂਝਾ ਹੈ ਇੱਕ ਦੇ ਖੇਤ ਕਿੰਨੇ ਸਾਂਝੇ ਹਨ ਇੱਕ ਦੀ ਹਵਾਵਾਂ ਕਿਸ ਤਰ੍ਹਾਂ ਦੀਆਂ ਹਨ ਇਹ ਤੇ ਸਭ ਕੁਛ ਸਾਂਝਾ ਹੈ ਇਹੀ ਸਾਨੂੰ ਸਭ ਨੂੰ ਇੱਕ ਕਰਦਾ ਹੈ ਸਾਨੂੰ ਕੋਈ ਵੱਖ ਚੀਜ਼ਾਂ ਹੋਰ ਜਿਹੜਾ ਦੁਨੀਆਂ ਦਾ ਇੱਕ ਮਿੱਥਿਆ ਅਸੂਲ ਹੈ ਜਿਹੜਾ ਫਿਤਰੀ ਅਸੂਲ ਹੈ ਉਸ ਤੁਸੀਂ ਹਟ ਨਹੀਂ ਸਕਦੇ ਸੋ ਉਹਦੇ ਵਿੱਚ ਬੋਲੀ ਹੈ ਉਹਦੇ ਵਿੱਚ ਸਾਡਾ ਕਲਚਰ ਹੈ ਸਾਡੀ ਲੈਂਡ ਹੈ ਬਾਕੀ ਚੀਜ਼ਾਂ ਹਨ ਜਿਹੜੀਆਂ ਸਾਨੂੰ ਇੱਕ ਕਰਦੀਆਂ ਹਨ ਸਾਡੇ ਹੀਰੋਜ਼ ਹਨ ਇਹਨਾਂ ਤੇ ਹੀ ਲਾਈਨ ਤੋਂ ਸਾਨੂੰ ਚੱਲਦੇ ਹੋਏ ਪੰਜਾਬੀਆਂ ਨੂੰ ਇੱਕ ਹੋਣ ਦੀ ਇੱਕ ਸੋਚ ਦੇ ਵਿੱਚ
ਇੱਕ ਤਸਵੀ ਦੇ ਮੋਤੀਆਂ ਦੇ ਵਾਂਗਰ ਉਹ ਪਰੋਣ ਦੀ ਲੋੜ ਹੈ, ਜਿਹਦੇ ਵਿੱਚ ਮੈਂ ਬਾਰ ਬਾਰ ਇਹ ਕਹਿੰਦਾ ਕਿ ਜਿਹਦੇ ਸਭ ਤੋਂ ਜ਼ਿਆਦਾ ਕੰਮ ਕਰਨ ਦੀ ਲੋੜ ਦੁਨੀਆਂ ਦੇ ਕਿਸੇ ਵੀ ਖਿੱਤੇ ਦੀ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਹੈ, ਔਰ ਲਹਿੰਦੇ ਪੰਜਾਬ ਦੇ ਵਿੱਚ ਇਸ ਤੇ ਬਹੁਤ ਜ਼ਿਆਦਾ ਕੰਮ ਹੋ ਰਹੀ ਹੈ। ਇਹ ਨਹੀਂ ਕਿ ਕੱਲੀ ਸਾਡੀ ਤਨਜ਼ੀਮ ਹੈ, ਹੋਰ ਦਰਜਨਾਂ ਤਨਜ਼ੀਮਾਂ ਹਨ ਜਿਹੜੀਆਂ ਇਸ ਬੁਨਿਆਦ ਤੇ ਆਪਣੇ ਆਪ ਨੂੰ ਪੰਜਾਬੀ ਹੋਣ ਕਰਦੇ ਹੋਇਆ ਇਹ ਸਾਰਾ ਕੰਮ ਕਰ ਰਹੀਆਂ। ਉਹ ਕੋਈ ਧਾਰਮਿਕ ਵੰਡ ਨਹੀਂ ਕਰਦੀਆਂ, ਕੋਈ ਹੋਰ ਵੰਡ ਨਹੀਂ ਕਰਦੇ ਜਿਤਨੇ ਵੀ ਇੱਥੇ ਲੋਕ ਹਨ। ਸੋ ਪ੍ਰੋਸੈਸ ਸਟਾਰਟ ਹੈ, ਇਸ ਦਾ ਟਾਈਮ ਜਿਹੜਾ ਹੈ ਆਉਣ ਵਾਲਾ ਵੇਲਾ ਲਹਿੰਦੇ ਪੰਜਾਬ ਦੇ ਅੰਦਰ ਵੀ ਪੰਜਾਬੀਅਤ ਦਾ ਜਿਹੜਾ ਸੂਰਜ ਹੈ ਉਹ ਇੰਝ ਹੀ ਬੁਲੰਦ ਹੋਏਗਾ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਪੰਜਾਬੀ ਆਪਣੇ ਪੰਜਾਬੀ ਤੇ ਫਖਰ ਕਰਦੇ ਹਨ ਔਰ ਉਹਦਾ ਅੱਛਾ ਉਹਦਾ ਚੰਗਾ ਭਲਾ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਉਹਦੀ ਓਨਰਸ਼ਿਪ ਮਿਲਦੀ ਹੈ, ਜਿਸ ਤਰ੍ਹਾਂ ਯੂਕੇ ਦੇ ਵਿੱਚ ਹੈ। ਭਲੇ ਇਹ ਪੰਜਾਬੀ ਆਪਣੇ ਦੇਸ਼ਾਂ ਤੋਂ ਨਿਕਲ ਕੇ ਦੂਜੇ ਦੇਸ਼ਾਂ ਦੇ ਵਿੱਚ ਗਏ, ਲੇਕਿਨ ਕਿਉਂਕਿ ਉਹ ਜਮਹੂਰ ਪਸੰਦਾਂ ਦੇ ਦੇਸ਼ ਹਨ, ਇਹ ਦੇਸ਼ਾਂ ਦੇ ਅੰਦਰ ਇੱਥੋਂ ਦੇ ਤੁਹਾਨੂੰ ਪੋਲੀਟੀਕਲੀ ਜਿਹੜੇ ਸੈਨਰੀਓਜ਼ ਹਨ ਉਹਨਾਂ ਦਾ ਪਤਾ ਹੈ, ਇਸ ਲਈ ਇਹਨਾਂ ਤੋਂ ਤੁਸੀਂ ਆਪਣਾ ਆਪ ਲੈਣਾ ਉਹ ਲੰਬਾ ਪ੍ਰੋਸੈਸ ਹੈ ਔਰ ਲੰਬੀ ਜੰਗ ਹੈ, ਲੰਬੀ ਜਦੋਜਹਦ ਹੈ ਔਰ ਲੰਬਾ ਸਬਰ ਹੈ ਔਰ ਲੰਬੇ ਰਹਿਣ ਨਾਲ ਹੈ, ਔਰ ਇੱਕ ਦਿਨ ਜਿਹੜਾ ਹੈ ਉਹ ਆਏਗਾ ਕਿ ਜੇ ਪੰਜਾਬ ਅਸਲ ਰੰਗ ਦੇ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ, ਜੋ ਬਾਅਦ ਦੇ ਵਿੱਚ ਯੂਨੀਅਨ ਪਾਰਟੀ ਦੇ ਵੇਲੇ ਸੀ, ਉਹੀ ਪੰਜਾਬ ਸਾਨੂੰ ਨਜ਼ਰ ਆਏਗਾ, ਤਰੱਕੀ ਕਰਦਾ। ਅਹਿਮਦ ਰਜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ। ਥੈਂਕ ਯੂ ਜੀ, ਸਭ ਥੈਂਕ ਯੂ ਥੈਂਕ ਯੂ। ਹਾਂਜੀ, ਅਹਿਮਦ ਰਜ਼ਾ ਪੰਜਾਬੀ ਜੀ ਸੀ ਜਿਹੜੇ ਕਿ ਲਹਿੰਦੇ ਪੰਜਾਬ ਤੋਂ ਜਾਣਕਾਰੀ ਦੇ ਕੇ ਗਏ ਨੇ। ਸੋ ਮਨਜੀਤ ਸਿੰਘ ਸ਼ਾਲਾਪੁਰੀ ਜੀ, ਤੁਸੀਂ ਸਿਰਫ ਮਤਲਬ ਪੰਜਾਬੀ ਹਿਤੈਸ਼ੀ ਨਹੀਂ ਹੋ, ਪੋਲੀਟੀਕਲੀ ਵੀ ਬੜੇ ਐਕਟਿਵ ਹੋ ਔਰ ਅੱਜ ਕੱਲ੍ਹ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਹੋ ਯੂਕੇ ਦੇ, ਸੋ ਤੁਹਾਡੀ ਸਰਕਾਰ ਵੀ ਆ ਪੰਜਾਬ ਦੇ ਵਿੱਚ, ਸੋ ਤੁਹਾਡੀ ਸਰਕਾਰ ਵੱਲੋਂ ਕੀ ਕਦਮ ਚੱਕੇ ਜਾ ਰਹੇ ਨੇ ਇਸ ਸੰਬੰਧ ਵਿੱਚ? ਜੀ, ਸਾਡੀ ਸਰਕਾਰ ਵੱਲੋਂ ਇੱਕ ਤੇ ਬਹੁਤ ਵਧੀਆ ਜਿਹੜਾ ਪੰਜਾਬੀ ਸਪੈਸ਼ਲੀ ਪਹਿਲਾਂ ਤਾਂ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਆ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਇੱਕ ਜਿਹੜਾ ਹੈਗਾ ਡਿਸੀਜਨ ਲਿਆ ਗਿਆ ਕਿ ਗੌਰਮੈਂਟ ਜੋਬ ਜੇ ਤੁਸੀਂ ਕਰਨੀ ਹੈ ਤੇ ਤੁਹਾਨੂੰ ਘੱਟੋ ਘੱਟ ਜਿਹੜੀ ਹੈਗੀ ਆ ਉਹ ਮੈਟ੍ਰਿਕ ਪਾਸ ਜਿਹੜੀ ਕੀਤੀ ਹੋਣੀ ਚਾਹੀਦੀ ਆ। ਇਸ ਦੇ ਨਾਲ ਮੈਂ ਮੰਨਦਾ ਕਿ ਪੰਜਾਬੀ ਭਾਸ਼ਾ ਨੂੰ ਘੱਟੋ ਘੱਟ ਪ੍ਰਫੁੱਲਤ ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਮਿਲੂਗੀ। ਉਸ ਤੋਂ ਬਾਅਦ ਦੇ ਵਿੱਚ ਜੇ ਸਾਡੇ ਸੰਸਦ ਮੈਂਬਰ ਹੈਗੇ ਆ ਜਿਸ ਤਰ੍ਹਾਂ ਸੰਤ ਬਲਵੀਰ ਸਿੰਘ ਜੀ ਸੀਚੇ ਵਾਲੀ ਹੈ, ਉਹਨਾਂ ਨੇ ਇੱਕ ਬੜੀ ਆਪਦੀ ਕਹਿ ਲਓ ਕਿ ਸੂਝਵਾਨ ਤਰੀਕੇ ਨਾਲ ਇੱਕ ਆਵਾਜ਼ ਉਠਾਈ ਸੰਸਦ ਵਿੱਚ ਜਾ ਕੇ ਜਿਹੜਾ ਕਿ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਇੱਕ ਬੜਾ ਵੱਡਾ ਕਹਿ ਲਓ ਇੱਕ ਨਾਰਾ ਜਾਂ ਇੱਕ ਇਨਕਲਾਬੀ ਕਦਮ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਅੱਜ ਤੱਕ ਪਿਛਲੇ 75 ਸਾਲਾਂ ਦੇ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਉੱਥੇ ਜਾ ਕੇ ਇਹ ਵੀ ਮੰਗ ਕਰ ਸਕਦੇ ਕਿ ਮੈਂ ਜੋ ਬੋਲਣਾ ਉਹ ਘੱਟੋ ਘੱਟ ਮੈਨੂੰ ਮੇਰੀ ਮਾਂ ਭਾਸ਼ਾ ਵਿੱਚ ਮੇਰੀ ਮਾਂ ਬੋਲੀ ਦੇ ਵਿੱਚ ਉਹ ਲਿਖ ਕੇ ਦਿਓ। ਇਹ ਉਹਨਾਂ ਨੇ ਮੰਗ ਕੀਤੀ ਤੇ ਇਹ ਮੰਗ ਉਹਨਾਂ ਦੀ ਉੱਥੇ ਪੂਰੀ ਹੋਈ ਕਿਉਂਕਿ ਅਸੀਂ ਕੁਛ ਕਵਾਂਗੇ ਨੇ ਅਗਲੇ ਨੂੰ ਕੋਈ ਦਿਮਾਗ ਨਹੀਂ ਰੱਖਾਂਗੇ ਵੀ ਆਹ ਸਾਡੀ ਮਾਂ ਬੋਲੀ ਆ, ਜੇ ਅਸੀਂ ਆਪਦੀ ਮਾਂ ਬੋਲੀ ਦੇ ਹੱਕ ਵਿੱਚ ਵੀ ਨਹੀਂ ਬੋਲ ਸਕਦੇ ਤਾਂ ਉਦੋਂ ਗਾਂ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਝੂਠੀਆਂ ਵਾ, ਬਾਕੀ ਬੇਤੁਕੀਆਂ ਗੱਲਾਂ ਰਹਿ ਗਈਆਂ। ਇਹ ਇੱਕ ਬੜੇ ਮੈਂ ਕਹਿੰਦਾ ਕਿ ਉਹ ਉਹਨਾਂ ਦਾ ਸੰਤ ਕਹਾਉਣਾ ਜਿਹੜਾ ਹੈਗਾ ਵਾ ਉਹ ਬਿਲਕੁਲ ਜਾਇਜ਼ ਹੈਗਾ, ਆਪਾਂ ਉਹਨਾਂ ਨੂੰ ਸਲਾਮ ਕਰਦੇ ਹਾਂ। ਇਸ ਤੋਂ ਬਾਅਦ ਦੇ ਵਿੱਚ ਮੈਂ ਜਿਹੜੀ ਹੈਗੀ ਕਹਿ ਲਓ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਚੁਣੌਤੀਆਂ ਬਹੁਤ ਹੈਗੀਆਂ, ਬਟ ਜਿਹੜੀ ਕਿ ਇੱਕ ਇਹ ਸਰਕਾਰ ਬਣੀ ਹੈ ਇਹ ਕਹਿ ਲਓ ਕਿ ਇੱਕ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਬਣੀ ਹੈਗੀ ਹੈ। ਪੰਜਾਬੀਆਂ ਨੇ ਇਸ ਜਿਹੜੀ ਹੈਗੀ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਜਿਹੜਾ ਇਹ ਇਸ ਵਾਰ ਫਤਵਾ ਦਿੱਤਾ ਇਹ ਧਾਰਮਿਕ ਰੰਗਤ ਤੋਂ ਉੱਪਰ ਉੱਠ ਕੇ, ਯਾਨੀ ਕਿ ਸਾਰੇ ਪੰਜਾਬੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਆ। ਕਈ ਮੁੱਦਿਆਂ ਦੇ ਉੱਤੇ ਸਾਡੀ ਸਰਕਾਰ ਜਿਹੜੀ ਉਹ ਚੰਗੇ ਕੰਮ ਕਰਦੀ ਨਜ਼ਰ ਆ ਰਹੀ ਆ, ਬਟ ਹਲੇ ਮੈਂ 100% ਨਹੀਂ ਕਹਿੰਦਾ, ਬਟ ਬੜੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਸੁਧਾਰ ਕਰਨ ਵਾਲੀਆਂ, ਉਹ ਕਈਆਂ ਚੀਜ਼ਾਂ ਦੇ ਉੱਤੇ ਗਲਤੀਆਂ ਵੀ ਹੋ ਰਹੀਆਂ ਔਰ ਉਹਨਾਂ ਨੂੰ ਦੇਖਿਆ ਵੀ ਜਾ ਰਿਹਾ। ਚਲੋ ਗਲਤੀ ਕਰ ਲੈਣੀ ਹੋ ਜਾਣੀ ਜਿਹੜੀ ਉਹ ਸੁਭਾਵਿਕ ਆ, ਗਲਤੀ ਮੰਨ ਲੈਣੀ ਸਿਆਣਪਾ ਤੇ ਉਹਨੂੰ ਸੁਧਾਰ ਲੈਣਾ ਤਰੱਕੀ ਆ। ਸੋ ਮੇਰੀ ਅੱਗੇ ਵੀ ਅਸੀਂ ਜਿਹੜੀ ਆਪਦੀ ਲੀਡਰਸ਼ਿਪ ਨੂੰ ਇਹੀ ਕਹਿੰਦੇ ਗਾਂ ਵੀ ਇਹ ਕਹਿੰਦੇ ਕਿ ਸੋਚ ਸਮਝ ਕੇ ਚਲੋ, ਜੇ ਕਿਤੇ ਗਲਤੀ ਹੁੰਦੀ ਵੀ ਆ ਤਾਂ ਉਹਨੂੰ ਸੁਧਾਰਨ ਵਿੱਚ ਦੇਰੀ ਨਾ ਲਾਓ, ਇਹ ਮੈਂ ਫਿਲਹਾਲ ਇਹ ਕਹਿਣਾ ਚਾਹੁੰਦਾ। ਹਾਂਜੀ, ਆਪਣੀਆਂ ਗੱਲਾਂ ਬਾਤ ਏਦਾਂ ਜਾਰੀ ਰਹਿਣਗੀਆਂ, ਆਪਾਂ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ। ਹਾਂਜੀ, ਤੁਸੀਂ ਸੁਣ ਰਹੇ ਦੇਸੀ ਰੇਡੀਓ 1602 AM ਤੇ ਪਿੱਟੂ ਦੇ ਨਾਲ।
ਅੱਜ ਆਪਾਂ 1947 ਦੇ ਸੰਬੰਧ ਵਿੱਚ, ਉਸ ਵੰਡ ਦੇ ਸੰਬੰਧ ਵਿੱਚ, ਉਸ ਵੰਡ ਦੁਆਰਾ ਹੰਢਾਏ ਸੰਤਾਪ, ਜਿਹੜਾ ਪੰਜਾਬੀਆਂ ਨੇ ਸੰਤਾਪ ਹੰਢਾਇਆ, ਉਹਦੇ ਸੰਬੰਧ ਵਿੱਚ ਗੱਲਾਂ ਬਾਤਾਂ ਕਰ ਰਹੇ ਹਾਂ। ਸਾਡੇ ਕੋਲ ਸਟੂਡੀਓ 'ਚ ਹਰਮੀਤ ਸਿੰਘ ਪਕਨਾ ਜੀ, ਮਨਜੀਤ ਸਿੰਘ ਸ਼ਾਲਾਪੁਰੀ ਜੀ ਤੇ ਸਰਦਾਰਨੀ ਕੁਲਜੀਤ ਕੌਰ ਜੀ ਆਏ ਨੇ। ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਪਹਿਲਾਂ ਆਪਾਂ ਲੈਂਦੇ ਪੰਜਾਬ ਤੋਂ ਅਹਿਮਦ ਰਜ਼ਾ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਸੀ, ਹੁਣ ਆਪਾਂ ਚੜ੍ਹਦੇ ਪੰਜਾਬ ਵੱਲ ਨੂੰ ਚੱਲਦੇ ਹਾਂ। ਸਤਨਾਮ ਸਿੰਘ ਮਾਨਕ ਜੀ, ਦੇਸੀ ਰੇਡੀਓ 'ਚ ਤੁਹਾਡਾ ਸਵਾਗਤ ਹੈ ਜੀ, ਆਇਆਂ ਨੂੰ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਸਤਨਾਮ ਸਿੰਘ ਮਾਨਕ ਜੀ, ਅਸੀਂ ਅੱਜ ਜਿੱਦਾਂ ਤੁਹਾਨੂੰ ਪਤਾ ਕਿ 1947 ਦੇ ਸੰਬੰਧ ਵਿੱਚ, 1947 'ਚ ਜਿਹੜਾ ਸਾਡੀ ਕੌਮ ਨੇ ਸੰਤਾਪ ਹੰਢਾਇਆ, ਉਹਦੇ ਸੰਬੰਧ ਵਿੱਚ ਗੱਲਾਂ ਬਾਤਾਂ ਕਰ ਰਹੇ ਹਾਂ। ਸੋ ਤੁਸੀਂ ਸਾਡੇ ਇਸ ਪੰਜਾਬ ਦੇ ਵਿੱਚ ਜਿਹੜਾ ਜੀਓਗ੍ਰਾਫਿਕ ਸਭ ਤੋਂ ਜ਼ਿਆਦਾ ਚਰਚਿਤ ਪੰਜਾਬ ਆ, ਜਦੋਂ ਕੋਈ ਪੰਜਾਬ ਦੇ ਗੱਲ ਚਿਤਵਦਾ ਤਾਂ ਉਹ ਪੰਜਾਬ ਸਾਹਮਣੇ ਆਉਂਦਾ, ਉਸ ਪੰਜਾਬ ਨੂੰ ਬਿਲੋਂਗ ਕਰਦੇ, ਉੱਥੇ ਰਹਿੰਦੇ ਹੋ, ਅੱਜ ਤਾਂ ਅਸੀਂ ਵੀ ਉੱਥੋਂ ਹਾਂ ਤੇ ਇੱਥੇ ਅੱਜ ਕੱਲ ਜਾਣੀ ਕਿ 1947 ਨੂੰ ਕਿੰਨਾ ਕੁ ਚੇਤੇ ਕੀਤਾ ਜਾਂਦਾ, ਕਿਸ ਅੱਜ ਦੀ ਡੇਟ ਦੇ ਵਿੱਚ ਉਹਦਾ ਕੀ ਇੰਪੋਰਟੈਂਸ ਆ 1947 ਦਾ? ਉਹਦੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਦੇਸੀ ਰੇਡੀਓ ਦੇ ਜਿਹੜੇ ਸਰੋਤੇ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਮੈਨੂੰ ਆਪਣੀ ਗੱਲ ਕਹਿਣ ਲਈ ਤੁਸੀਂ ਯਾਦ ਕੀਤਾ। ਜਿੱਥੋਂ ਤੱਕ 1947 ਦੀ ਗੱਲ ਹੈ, 1947 ਦੀ ਵੰਡ ਦੀ ਗੱਲ ਹੈ, ਇਹ ਜਿੱਥੇ ਵੀ ਪੰਜਾਬੀ ਰਹਿੰਦਾ, ਕੋਈ ਚਾਹੇ ਲਹਿੰਦੇ ਪੰਜਾਬ ਰਹਿੰਦਾ, ਚਾਹੇ ਚੜ੍ਹਦੇ ਪੰਜਾਬ ਰਹਿੰਦਾ, ਜਾਂ ਇਹਨਾਂ ਦੋਨਾਂ ਪੰਜਾਬਾਂ ਚੋਂ ਉੱਠ ਕੇ ਦੁਨੀਆਂ ਭਰ ਦੇ ਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਰਹਿੰਦੇ ਆ, ਇਹ ਵੰਡ ਆ ਜਿਹੜਾ ਵੰਡ ਦਾ ਸੰਤਾਪ ਆ ਉਹਨਾਂ ਦੇ ਜਿਹਨ ਚ ਬੈਠਾ ਹੋਇਆ, ਔਰ ਇਹ ਵੰਡ ਦਾ ਜਿਹੜਾ ਸੰਤਾਪ ਆ ਉਹ ਸਿਰਫ ਇਹ ਨੀ ਹੈਗਾ ਕਿ 1947 'ਚ ਲੋਕ ਉਜੜ ਗਏ, 1 ਕਰੋੜ ਲੋਕ ਉਜੜ ਗਏ, 10 ਲੱਖ ਲੋਕ ਮਾਰੇ ਗਏ ਤੇ ਉਹ ਤੋਂ ਕੋਈ ਘਟਨਾ ਜਿਹੜੀ ਆ ਉਹ ਤੋਂ ਸਮਾਪਤ ਹੋ ਗਈ। ਇਹ ਵੰਡ ਜਿਹੜੀ ਫਿਰਕੂ ਆਧਾਰ ਤੇ ਹੋਈ ਆ ਇਸ ਰੀਜਨ ਦੇ ਵਿੱਚ, ਉਹਦੇ ਅਸਰ ਜਿਹੜੇ ਉਹਦੇ ਪ੍ਰਭਾਵ ਅੱਜ ਵੀ ਲੋਕ ਭੋਗ ਰਹੇ ਆ। ਇੱਕ ਦੋ ਪਿਛਲੇ ਦਿਨਾਂ ਤੋਂ ਖਬਰਾਂ ਆ ਰਹੀਆਂ, ਕਰਤਾਰਪੁਰ ਦਾ ਲਾਂਘਾ ਖੁੱਲਿਆ ਗੁਰਦੁਆਰਾ ਸਾਹਿਬ ਦਾ, ਤੇ 75-75 ਸਾਲ ਬਾਅਦ ਲੋਕ ਵਿਛੜੇ ਪਰਿਵਾਰਾਂ ਦੇ ਇੱਕ ਦੂਜੇ ਨੂੰ ਮਿਲਣ ਦੇ ਸਮਰੱਥ ਹੋਏ ਆ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ, ਉਹ ਵੀ ਲਾਂਘਾ ਖੁੱਲਣ ਕਰਕੇ ਜਿਹੜੇ ਆ ਲੋਕ ਜਿਹੜੇ ਆ ਉਹ ਜਿਹੜੇ ਇੱਕ ਦੂਜੇ ਦੇ ਬਾਰੇ ਕੋਈ ਜਿਉਂਦਾ ਕੋਈ ਮਰ ਗਿਆ ਜਿਹੜੇ ਪਤਾ ਹੀ ਨੀ ਸੀਗਾ, ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਇੱਕ ਭਾਰਤ ਤੇ ਪਾਕਿਸਤਾਨ ਚ ਕੁਝ ਜਥੇਬੰਦੀਆਂ ਜਿਹੜੀਆਂ ਕੰਮ ਕਰ ਰਹੀਆਂ ਲੋਕਾਂ ਨੂੰ ਨੇੜੇ ਨੇੜੇ ਲਿਆਉਣ ਲਈ, ਉਹਨਾਂ ਦੇ ਯਤਨਾਂ ਕਰਕੇ ਲੋਕ ਆਪਣੇ ਪਰਿਵਾਰਾਂ ਦੇ ਜੀਆਂ ਨੂੰ 75-75 ਸਾਲ ਬਾਅਦ ਦੇਖਣ ਦੇ ਸਮਰੱਥ ਹੋਇਆ। ਔਰ ਤੁਸੀਂ ਗਿਣਤੀ ਨੀ ਹੈਗੀ ਤੁਹਾਨੂੰ ਕਿ ਕਿੰਨੇ ਲੋਕ ਜਿਹੜੇ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਚ ਜਾਂ ਜਿਹੜੇ ਹੋਰ ਦੂਜੇ ਦੇਸ਼ਾਂ ਚ ਪੰਜਾਬੀ ਜਾ ਕੇ ਵੱਸ ਗਏ, ਉਹ ਕਿੰਨੀ ਗਿਣਤੀ ਚ ਲੋਕ ਮਰ ਗਏ ਆ ਜਿਹੜੇ ਸਹਿਕਦੇ ਹੋਏ ਕਿ ਆਪਣੇ ਪਿੰਡਾਂ ਨੂੰ, ਆਪਣੇ ਸ਼ਹਿਰਾਂ ਨੂੰ, ਆਪਣੇ ਪਰਿਵਾਰਾਂ ਦੇ ਜੀਆਂ ਨੂੰ, ਆਪਣੇ ਗੁਆਂਢੀਆਂ ਨੂੰ, ਅਸੀਂ ਮੁੜ ਕੇ ਇੱਕ ਝਲਕ ਉਹਨਾਂ ਦੀ ਦੇਖ ਸਕੀਏ। ਸਾਡੀਆਂ ਸਰਕਾਰਾਂ ਨੇ ਜਿਹੜੇ ਆ 75 ਸਾਲ ਹੋ ਗਏ ਉਹਤੇ, ਉਹਦੇ ਚ ਵੰਡ ਦੀ 50ਵੀਂ ਵਰੇਗੰਢ ਵੀ ਆਈ, ਵੰਡ ਦੀ 60ਵੀਂ ਵਰੇਗੰਢ ਵੀ ਆਈ, ਵੰਡ ਦੀ 70ਵੀਂ ਵਰੇਗੰਢ ਵੀ ਆਈ ਤੇ ਹੁਣ ਵੰਡ ਦੀ 75ਵੀਂ ਵਰੇਗੰਢ ਵੀ ਆ ਗਈ ਆ, ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸੋਚਿਆ ਹੀ ਨੀ ਕਿ ਜਿਹੜੇ ਲੋਕ ਇੱਧਰੋਂ ਉੱਧਰ ਗਏ ਆ, ਉੱਧਰੋਂ ਇੱਧਰ ਆਏ ਆ, ਉਹਨਾਂ ਨੂੰ ਇੱਕ ਵਾਰ ਮੌਕਾ ਦਈਏ ਕਿ ਤੁਸੀਂ ਜਾ ਕੇ ਆਪਣੇ ਪਿੰਡ ਸ਼ਹਿਰ ਦੇਖ ਲਓ, ਆਪਣੇ ਆਂਢੀਆਂ ਗੁਆਂਢੀਆਂ ਨੂੰ ਮਿਲੋ, ਜੇ ਤੁਹਾਡੇ ਕੋਈ ਪਰਿਵਾਰਾਂ ਦੀ ਜੀ ਵਿਛੜ ਗਏ ਆ ਜਾ ਕੇ ਉਹਨਾਂ ਦਾ ਪਤਾ ਕਰ ਲਓ। ਇਹ ਜਿਹੜੀ ਗੈਰ ਮਨੁੱਖ ਜਿਹੜੀ ਮਨੁੱਖਤਾ ਵਾਲੀ ਗੱਲ ਜਿਹੜੀ ਆ ਇਹ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕੀਤੀਆਂ, ਚਾਹੇ ਪਾਰਟੀ ਏ ਰਹੀ ਹੋਵੇ, ਬੀ ਰਹੀ ਹੋਵੇ, ਸੀ ਰਹੀ ਹੋਵੇ, ਪਾਕਿਸਤਾਨ ਦੀਆਂ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਰਹੀਆਂ ਹੋਣ, ਉਹਨਾਂ ਨੇ ਸਿਆਸਤਦਾਨਾਂ ਨੇ ਲੋਕਾਂ ਦੇ ਪੱਖ ਤੋਂ ਨਹੀਂ ਸੋਚਿਆ, ਬਲਕਿ ਜਦੋਂ ਵੀ ਕੋਈ ਭਾਰਤ ਤੋਂ ਪਾਕਿਸਤਾਨ ਜਾਂਦਾ, ਪਾਕਿਸਤਾਨ ਤੋਂ ਭਾਰਤ ਆਉਂਦਾ, ਖਾਸ ਕਰਕੇ ਪੰਜਾਬੀ ਇੰਨਾ ਪਿਆਰ ਤੇ ਸਤਿਕਾਰ ਇੱਕ ਦੂਜੇ ਨੂੰ ਦਿੰਦੇ ਆ, ਇੱਕ ਤਾਂ ਜੱਫੀਆਂ ਪਾ ਪਾ ਕੇ ਰੋਂਦੇ ਆ, ਤੇ ਉਹਦੇ ਚ ਜਿਹੜੀ ਸਾਡੀ ਸਿਆਸਤ ਹੈ, ਸਾਡੀਆਂ ਜਿਹੜੀਆਂ ਐਸਟੈਬਲਿਸ਼ਮੈਂਟ ਆ ਉਹ ਗੈਰ ਸੰਵੇਦਨਸ਼ੀਲ ਹੈ। ਭਾਰਤ ਤੇ ਪਾਕਿਸਤਾਨ ਦੇ ਲੋਕ ਅੱਜ ਵੀ 99% ਇੱਕ ਦੂਜੇ ਨਾਲ ਬਿਹਤਰ ਸੰਬੰਧ ਚਾਹੁੰਦੇ ਆ, ਤੇ ਦੋਨਾਂ ਪਾਸੇ ਪੰਜਾਬਾਂ ਦੇ ਲੋਕ ਤਾਂ ਵੱਡੀ ਪੱਧਰ ਤੇ ਚਾਹੁੰਦੇ ਆ ਕਿ ਟ੍ਰੇਡ ਤੇ ਟੂਰਿਜ਼ਮ ਲਈ ਇਹ ਸਰਹੱਦਾਂ ਖੁੱਲਣੀਆਂ ਚਾਹੀਦੀਆਂ, ਲੋਕਾਂ ਨੂੰ ਆਜ਼ਾਦੀ ਨਾਲ ਆਉਣਾ ਜਾਣਾ ਲੋਕਾਂ ਦਾ ਖੁੱਲਣਾ ਚਾਹੀਦਾ, ਤੇ ਇਸ ਕਰਕੇ ਜਿਹੜੀ ਵੰਡ ਦਾ ਸੰਤਾਪ ਆ, ਅੱਜ ਵੰਡ ਦਾ ਪ੍ਰਭਾਵ ਆ ਉਹ ਸਾਡੇ ਸਾਹਿਤ ਚ ਵੀ ਆ, ਸਾਡੇ ਲੋਕਾਂ ਦੇ ਜਿਹਨ ਚ ਵੀ ਆ, ਉਹ ਸੰਤਾਪ ਅੱਜ ਵੀ ਚਾਹੁੰਦਾ, ਉਹ ਸੰਤਾਪ ਲੋਕ ਅੱਜ ਵੀ ਭੋਗਦੇ ਆ। ਸਤਨਾਮ ਸਿੰਘ ਮਾਨਕ ਜੀ, ਜਿੱਦਾਂ ਕੋਈ ਵੀ ਘਟਨਾ ਵਾਪਰਦੀ ਹੈ, ਏਡੇ ਵੱਡੇ ਪੱਧਰ ਤੇ ਕੋਈ ਵੀ ਘਟਨਾ ਵਾਪਰਦੀ ਹੈ, ਉਹਦੇ ਲਈ ਸੈਂਸ ਆਫ ਕਲੋਜ਼ਰ ਹੋਣਾ ਜ਼ਰੂਰੀ ਹੈ ਤਾਂ ਕਿ ਲੋਕ ਸਮਝ ਲੈਣ ਕਿ ਹੁਣ ਭਾਈ ਇਹ ਹੋ ਗਿਆ। ਜਿੱਦਾਂ ਹੁਣ 84 ਦੀਆਂ ਜੋ 84 ਚ ਹੋਇਆ ਜਾਂ 47 ਚ ਹੋਇਆ, ਕਿ ਜੋ 47 ਦੇ ਵਿੱਚ ਹੋਇਆ ਉਹਦੇ ਲਈ ਜੋ ਵੀ ਜ਼ਿੰਮੇਵਾਰ ਲੋਕ ਸੀਗੇ, ਚਾਹੇ ਉਹ ਬ੍ਰਿਟਿਸ਼ ਸਰਕਾਰ ਸੀ, ਚਾਹੇ ਉਹ ਉਸ ਸਮੇਂ ਦੀਆਂ ਪੋਲੀਟੀਕਲ ਪਾਰਟੀਆਂ ਸੀ, ਚਾਹੇ ਉਸ ਸਮੇਂ ਦੇ ਰਿਲੀਜੀਅਸ ਲੀਡਰ ਸੀਗੇ, ਜੋ ਵੀ ਸੀ, ਕੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਤਲਬ ਕਿ ਮਾਫ਼ੀ ਮੰਗਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਾਂ
ਦੱਸੇ ਕਿ ਤੁਸੀਂ ਜ਼ਿੰਮੇਵਾਰ ਸੀ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ, ਕੋਈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਾਂ ਨਹੀਂ ਤੁਹਾਡੀ ਕੀ ਨਜ਼ਰ ਦੇ ਵਿੱਚ? ਦੇਖੋ ਜੀ, ਇਹਦੇ ਚ ਗੱਲ ਇਹ ਆ ਕਿ ਜਿਹੜੇ ਨੁਕਸਾਨ ਹੋ ਜਾ ਰਿਹਾ ਉਹਨਾਂ ਦੀ ਤਾਂ ਪੂਰਤੀ ਹੁੰਦੀ ਨੀ, ਪਰ ਇੱਕ ਮਾਨਸਿਕ ਤਸੱਲੀ ਹੁੰਦੀ ਆ ਜਿਹੜੀ ਆ ਇਹਦੀ ਮਾਫ਼ੀ ਜਿਹੜੀ ਆ ਮੰਗੀ ਜਾਣੀ ਚਾਹੀਦੀ ਆ। ਹੁਣ ਥੋੜੇ ਦਿਨ ਹੋਏ ਆ ਜਿਹੜਾ ਕੈਨੇਡਾ ਚ ਪੋਪ ਗਏ ਸੀਗੇ, ਉੱਥੇ ਕ੍ਰਿਸਚੀਅਨ ਸਕੂਲਾਂ ਨੇ ਜਿਹੜੇ ਉੱਥੇ ਦੇ ਜਿਹੜੇ ਆਦਿਵਾਸੀ ਲੋਕ ਸੀਗੇ ਉਹਨਾਂ ਦੇ ਬੱਚੇ ਜਬਰੀ ਲਿਆ ਕੇ ਕ੍ਰਿਸਚੀਅਨ ਸਕੂਲਾਂ ਚ ਰੱਖੇ ਤੇ ਉੱਥੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ, ਹੁਣ ਮਿਲ ਰਹੀਆਂ ਜਿਹੜੀਆਂ ਉਹ ਸਕੂਲ ਆ ਉਹਨਾਂ ਦੇ ਨੇੜੇ ਤੇੜੇ ਦੱਬੀਆਂ ਹੋਈਆਂ, ਜਿਹੜੀ ਉਹਨਾਂ ਦੀ ਨਸਲ ਕੁਸ਼ੀ ਕੀਤੀ ਗਈ ਉੱਥੇ ਦੇ ਦੇਸੀ ਲੋਕਾਂ ਦੀ ਕੈਨੇਡਾ ਦੇ ਵਿੱਚ। ਤੇ ਪੋਪ ਉੱਥੇ ਗਿਆ ਜਾ ਕੇ ਉਹਨੇ ਪੋਪ ਨੇ ਮਾਫ਼ੀ ਮੰਗੀ ਹੈ ਤੇ ਇਹਦੇ ਤੇ ਕੈਨੇਡਾ ਦੂਏ ਜੇ ਪਾਕਿਸਤਾਨ ਦੀ ਜਿਹੜੀ ਪਾਰਟੀ ਮੁਸਲਿਮ ਲੀਗ ਹੈ, ਜਿਹੜੀ ਕਾਂਗਰਸ ਹੈ ਤੇ ਬ੍ਰਿਟਿਸ਼ ਜਿਹੜੀ ਸਰਕਾਰ ਹੈ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਇਹਨਾਂ ਨੂੰ ਪਾਏ ਜਿਹੜੀਆਂ ਵੱਖ ਵੱਖ ਧਿਰਾਂ ਇਹਨਾਂ ਨੂੰ ਵੀ ਮੰਗਣੀ ਚਾਹੀਦੀ ਹੈ, ਤਿੰਨੇ ਦੇਸ਼ਾਂ ਦੀਆਂ ਸਰਕਾਰਾਂ, ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼, ਬੰਗਲਾਦੇਸ਼ ਵੀ ਉਸ ਵੇਲੇ ਪਾਕਿਸਤਾਨ ਦਾ ਹਿੱਸਾ ਸੀਗਾ, ਤਿੰਨਾਂ ਦੇਸ਼ਾਂ ਦੀ ਸਰਕਾਰਾਂ ਨੂੰ ਆਪੋ ਆਪਣੀ ਪਾਰਲੀਮੈਂਟ ਦੇ ਅੰਦਰ ਮਤੇ ਪਾਸ ਕਰਕੇ ਇਹਦੀ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ 20ਵੀਂ ਸਦੀ ਦਾ ਸਭ ਤੋਂ ਵੱਡਾ ਗੁਨਾਹ ਸੀਗਾ ਜਿਹਦੇ ਚ 10 ਲੱਖ ਲੋਕ ਜਿਹੜੇ ਆ ਮਰੇ ਆ, 1 ਕਰੋੜ ਉਜੜੇ ਆ ਤੇ 80,000 ਤੋਂ ਉੱਪਰ ਔਰਤਾਂ ਅਗਵਾ ਹੋਈਆਂ, ਜਿਹਨਾਂ ਦੇ ਜਬਰੀ ਵਿਆਹ ਕੀਤੇ ਗਏ, ਜਿਹਨਾਂ ਨਾਲ ਬਲਾਤਕਾਰ ਹੋਏ ਆ। 20ਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਮੈਂ ਮਹਿਸੂਸ ਕਰਦਾ 20ਵੀਂ ਸਦੀ ਦਾ ਵੱਡਾ ਦੁਖਾਂਤ ਅਮਰੀਕਾ ਵੱਲੋਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਬੰਬ ਸੁੱਟਣਾ, ਜਿਹੜੇ ਪਰਮਾਣੂ ਬੰਬ ਸੁੱਟੇ ਆ, 2.5-3 ਲੱਖ ਲੋਕ ਉਹਦੇ ਚ ਮਰ ਗਏ ਸੀ, ਉਹ ਵੀ ਵੱਡਾ ਦੁਖਾਂਤ ਸੀ। ਉਹਦੇ ਨਾਲੋਂ ਵੀ ਵੱਡਾ ਦੁਖਾਂਤ ਇਹ ਸੀਗਾ ਜਿਹਦੇ ਚ 10 ਲੱਖ ਲੋਕ ਮਰੇ ਆ, ਔਰ ਇਹਦੀ ਮੁਆਫ਼ੀ ਜਿਹੜੀ ਆ ਮੰਗੀ ਜਾਣੀ ਚਾਹੀਦੀ ਆ। ਇਹਦੇ ਨਾਲ ਇਸ ਖਿੱਤੇ ਦੇ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਆ ਉਹ ਇੱਕ ਦੂਜੀ ਮਿਲੇਗੀ, ਉਹ ਨਾਲ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਮਿਲੇਗੀ। ਜਿਹੜਾ ਤੁਸੀਂ ਹੀਰੋਸ਼ੀਮਾ ਦੀ ਗੱਲ ਕੀਤੀ ਆ, ਹੀਰੋਸ਼ੀਮਾ ਤੇ ਜਿੱਥੇ ਪਰਮਾਣੂ ਬੰਬ ਸੁੱਟਿਆ ਗਿਆ ਉਹ ਬਿਲਡਿੰਗ ਅੱਧੀ ਢਹੀ ਹੋਈ ਆ ਤੇ ਅੱਧੀ ਸਲਾਮਤ ਆ ਅਜੇ ਤੱਕ ਉੱਥੇ ਖੜੀ ਆ, ਔਰ ਉਹਦੇ ਆਲੇ ਦੁਆਲੇ ਦਾ ਸਾਰਾ ਏਰੀਆ ਪ੍ਰਿਜ਼ਰਵ ਕਰਕੇ ਉਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ, ਉੱਥੇ ਜਿੰਨੇ ਵੀ ਲੋਕ ਮਰੇ ਜੋ ਵੀ ਉਹਨਾਂ ਦਾ ਵਿਲਪ ਸੀ ਉਹਨਾਂ ਦੀ ਸਟੋਰੀਆਂ ਉੱਥੇ ਕੰਪਿਊਟਰਾਈਜ਼ ਕੀਤੀਆਂ ਹੋਈਆਂ, ਉਹਨਾਂ ਦੇ ਕੱਪੜੇ ਰੱਖੇ ਹੋਏ ਨੇ, ਘੜੀ ਉੱਥੇ ਮੈਂ ਆਪ ਦੇਖ ਕੇ ਆਇਆ, ਘੜੀਆਂ ਪਈਆਂ ਨੇ ਜਿਹੜੇ ਕਿ ਉਸੇ ਟਾਈਮ ਪਰਮਾਣੂ ਬੰਬ ਦੇ ਧਮਾਕੇ ਨਾਲ ਉਸੇ ਸਮੇਂ ਖੜ ਗਈਆਂ, ਉਹ ਘੜੀਆਂ ਪਈਆਂ ਨੇ ਉੱਥੇ, ਬੱਚੇ ਨੂੰ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ ਉਹਨਾਂ ਦੇ ਕੱਪੜਿਆਂ ਨੂੰ, ਕਿ ਸਾਡੇ ਕੋਲ ਵੀ ਕੁਛ ਇਸ ਤਰ੍ਹਾਂ ਦੀ ਜਗ੍ਹਾ ਹੈ ਕਿ ਇੰਨੇ ਲੱਖਾਂ ਲੋਕ ਮਰਨ ਦੇ ਬਾਵਜੂਦ ਕਿਤੇ ਕੋਈ ਯਾਦ ਬਣਾਈ ਹੋਈ ਹੈ ਉਹਦੀ ਇਸ ਤਰ੍ਹਾਂ ਦੀ? ਦੇਖੋ ਜੀ, ਉਹਦੇ ਚ ਇੱਕ ਜਿਹੜੀ ਯਾਦਗਾਰ ਅੰਮ੍ਰਿਤਸਰ ਚ ਬਣੀ ਆ ਪਾਰਟੀਸ਼ਨ ਮਿਊਜ਼ੀਅਮ, ਉਹਦੇ ਚ ਉਹਨਾਂ ਨੇ ਜਿਹਨਾਂ ਲੋਕਾਂ ਨੇ ਵੰਡ ਦੇਖੀ ਆ, ਵੰਡ ਹੰਢਾਈ ਆ, ਉਹਨਾਂ ਦੀਆਂ ਕੁਛ ਇੰਟਰਵਿਊਜ਼ ਰਿਕਾਰਡ ਕਰਕੇ ਉਹਨਾਂ ਨੇ ਰੱਖੀਆਂ ਹੋਈਆਂ, ਲੋਕ ਜਾ ਕੇ ਬਟਨ ਦਬਾ ਕੇ ਆਪ ਦੇਖ ਸਕਦੇ ਆ, ਕੋਈ ਸਮੱਗਰੀ, ਕੋਈ ਚੀਜ਼ਾਂ, ਕਿਤਾਬਾਂ, ਕੋਈ ਵਸਤਾਂ ਉਹਨਾਂ ਨੇ ਸੰਭਾਲਣ ਦਾ ਯਤਨ ਕੀਤਾ। ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਿਲਡਿੰਗ ਤਾਂ ਦੇਤੀ ਸੀ, ਜਿਹੜੀ ਉੱਥੇ ਦੀ ਕੋਈ ਪੁਲਿਸ ਦੀ ਚੌਕੀ ਸੀਗੀ ਉਹ ਬਿਲਡਿੰਗ ਦੇਤੀ ਸੀ, ਉਹਦੇ ਵਿੱਚ ਉਹਨਾਂ ਨੇ 5-4 ਜਿਹੜੇ ਕਮਰੇ ਬਣਾਏ ਹੋਏ ਆ, ਉਹਦੇ ਚ ਇਹ ਚੀਜ਼ਾਂ ਏਦਾਂ ਦੀਆਂ ਰੱਖੀਆਂ ਹੋਈਆਂ, ਉਹੀ ਇੱਕ ਯਾਦਗਾਰ ਬਣੀ ਆ। ਪਾਕਿਸਤਾਨ ਚ ਕੋਈ ਯਾਦਗਾਰ ਨਹੀਂ ਬਣੀ, ਹੋਰ ਭਾਰਤ ਚ ਕੋਈ ਯਾਦਗਾਰ ਨਹੀਂ ਬਣੀ, ਪਰ ਇੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹਦਾ ਬਕਾਇਦਾ ਐਲਾਨ ਤਾਂ ਸਰਬੱਤ ਦਾ ਭਲਾ ਟਰੱਸਟ ਦੇ ਜਿਹੜੇ ਮੁਖੀ ਆ HP ਸਿੰਘ ਅਬਰਾਏ ਕਰਨਗੇ। ਸਾਡੀ ਜਿਹੜੀ ਜਥੇਬੰਦੀ ਹਿੰਦ ਪਾਕ ਦੋਸਤੀ ਮੰਚ ਜਿਹੜੀ 1996 ਤੋਂ ਭਾਰਤ ਪਾਕਿਸਤਾਨ ਦੇ ਦਰਮਿਆਨ ਬਿਹਤਰ ਸੰਬੰਧਾਂ ਲਈ ਤੇ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 14 ਅਗਸਤ ਨੂੰ 1996 ਤੋਂ ਅਸੀਂ ਜਿਹੜੀਆਂ ਮੋਮਬੱਤੀਆਂ ਜਗਾਉਣੇ ਆ, ਹਿੰਦ ਪਾਕ ਦੋਸਤੀ ਮੰਚ, ਫੋਕਲੋਰ ਰਿਸਰਚ ਕੰਪਨੀ ਤੇ ਜਿਹੜੀ ਸਾਰਕ ਕੰਟਰੀਜ਼ ਦੇ ਪੱਤਰਕਾਰ ਆ ਉਹਨਾਂ ਦੀ ਸੰਸਥਾ, ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ ਤੇ ਕੁਝ ਹੋਰ ਜਥੇਬੰਦੀਆਂ ਨਾਲ ਰਲ ਕੇ ਕੁਲਦੀਪ ਨਈਅਰ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਸੀ, ਹੁਣ ਪਹਿਲੇ ਦਿਨ ਤੋਂ ਮੈਂ ਨਿੱਜੀ ਤੌਰ ਤੇ ਵੀ ਉਹਦੇ ਨਾਲ, ਉਹਨਾਂ ਨੇ ਅਸੀਂ ਸਰਬੱਤ ਦਾ ਭਲਾ ਟਰੱਸਟ ਨੂੰ ਬੇਨਤੀ ਕੀਤੀ ਸੀ HP ਸਿੰਘ ਬਰਾਏ ਨੂੰ ਕਿ ਤੁਸੀਂ ਵੱਡੇ ਵੱਡੇ ਕੰਮ ਕੀਤੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਜਿਹੜੀ ਅੰਮ੍ਰਿਤਸਰ ਤੋਂ ਲਾਹੌਰ ਨੂੰ ਸੜਕ ਜਾਂਦੀ ਹੈ, ਬਾਘਾ ਬਾਰਡਰ ਨੂੰ ਜਾਂਦੀ ਆ, ਉਹਦੇ ਉੱਪਰ ਜਿਹੜੀ ਆ 10 ਲੱਖ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਤੇ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਉਹ ਜ਼ਮੀਨ ਜਿਹੜੀ ਆ ਜਿਹੜੀ ਅੰਮ੍ਰਿਤਸਰ ਤੋਂ ਸੜਕ ਜਾਂਦੀ ਆ ਬਾਘੇ ਨੂੰ ਉਹਦੇ ਉੱਪਰ ਖਰੀਦ ਲਈ ਆ ਤੇ ਉਹਦੇ ਉੱਤੇ ਇੱਕ ਮੈਮੋਰੀਅਲ ਬਣਾਉਣ ਦੀ ਯੋਜਨਾ ਹੈਗੀ ਆ। ਸਾਡਾ ਯਤਨ ਹੈ ਕਿ 2-3 ਮਹੀਨੇ ਦੇ ਅੰਦਰ ਉਹਦਾ ਨੀਂਹ ਪੱਥਰ ਰੱਖ ਦਿੱਤਾ ਜਾਏ। ਸੋ ਇੱਕ ਅਸੀਂ ਆਪਣੇ ਤੌਰ ਤੇ ਜੋ ਕਰ ਸਕਦੇ ਸੀ ਉਹ ਕਰ ਰਹੇ ਹਾਂ। ਬਾਕੀ ਚਾਹੀਦਾ ਇਹ ਸੀ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਬਾਘੇ ਦੀ ਬਾਰਡਰ ਦੇ ਉੱਪਰ ਇੱਕ ਮੈਮੋਰੀਅਲ ਬਣਾਉਣੀਆਂ ਜਿੱਥੇ ਜਾ ਕੇ ਲੋਕ ਦੋਨਾਂ ਦੇਸ਼ਾਂ ਦੇ ਸਮੇਂ ਸਮੇਂ ਤੇ ਉਹਨਾਂ ਨੂੰ ਸਾਲ ਚ ਇੱਕ ਦਿਨ ਦਿੱਤਾ ਜਾਂਦਾ ਜਾ ਕੇ ਉਹ ਆਪਣੇ ਸ਼ਰਧਾਂਜਲੀਆਂ ਭੇਟ ਕਰਦੇ, ਜਿਹੜੇ ਮਾਰੇ ਗਏ ਲੋਕ ਹੈ ਉਹਨਾਂ ਨੂੰ ਯਾਦ ਕਰਦੇ
ਤੇ ਨਾਲ ਨਾਲ ਇਸ ਦਿਨ ਨੂੰ ਪਛਤਾਪ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਕਿ ਸਾਡੇ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਸੀ ਕਿ ਜਿਹੜੀ ਫਿਰਕਾ ਪ੍ਰਸਤੀ ਹੈ ਉਹ ਕਿੰਨੀ ਖਤਰਨਾਕ ਹੁੰਦੀ ਹੈ ਤੇ ਮੁੜ ਕੇ ਇਸ ਖਿੱਤੇ ਵਿੱਚ ਉਹ ਫਿਰਕਾ ਪ੍ਰਸਤੀ ਦਾ ਜਿਹੜਾ ਤਾਂਡਵ ਆ ਉਹ ਮੁੜ ਕੇ ਜਿਹੜਾ ਉਹ ਤਾਂਡਵ ਨੱਚਿਆ ਨਹੀਂ ਜਾਣਾ ਚਾਹੀਦਾ ਪਰ ਸਾਡੇ ਦੇਸ਼ਾਂ ਦੀਆਂ ਸਰਕਾਰਾਂ ਨੇ ਕੀਤਾ ਨੇ ਤੇ ਅੱਜ ਵੀ ਸਾਡੇ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਆ ਉਹ ਜਿਹੜੀਆਂ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੀਆਂ ਜਿਹੜੀ 47 ਤੋਂ ਪਹਿਲਾਂ ਜਿਹੜਾ ਕੋਨਫਲਿਕਟ ਸੀਗਾ ਜਿਹੜਾ ਉਸ ਵੇਲੇ ਦੇ ਹੁਕਮਰਾਨਾਂ ਨੇ ਅੰਗਰੇਜ਼ਾਂ ਨੇ ਜਿਹੜਾ ਪੈਦਾ ਕੀਤਾ ਸੀ ਹਿੰਦੂਆਂ ਤੇ ਮੁਸਲਮਾਨਾਂ ਚ ਉਹ ਕਨਫਲਿਕਟ ਦੋ ਦੇਸ਼ ਬਣਨ ਤੋਂ ਬਾਅਦ ਹੱਲ ਨਹੀਂ ਹੋਇਆ ਉਹ ਵੱਧ ਕੇ ਦੋ ਦੇਸ਼ਾਂ ਦਾ ਦੇ ਕਨਫਲਿਕਟ ਵਿੱਚ ਬਦਲ ਗਿਆ ਤੋ ਇਸ ਕਰਕੇ ਜਿਹੜੀ ਆ ਜਿਹੜੇ ਉਹਨਾਂ ਨੇ ਸਰਕਾਰਾਂ ਨੂੰ ਇਹ ਕੰਮ ਕਰਨਾ ਬਣਦਾ ਸੀਗਾ ਕਿ ਜਿਹੜਾ ਸਰਹੱਦ ਤੇ ਇੱਕ ਯਾਦਗਾਰ ਬਣਾ ਦੇ ਦੋਨੇ ਦੇਸ਼ਾਂ ਦੇ ਲੋਕ ਉੱਥੇ ਜਾ ਕੇ ਆਪਣੇ ਸ਼ਰਧਾਂਜਲੀਆਂ ਦਿੰਦੇ ਕੁਝ ਉਸਦੇ ਪਾਰਟੀਸ਼ਨ ਨਾਲ ਸੰਬੰਧਿਤ ਉੱਥੇ ਚੀਜ਼ਾਂ ਰੱਖੀਆਂ ਜਾਣੀਆਂ ਤੇ ਜਿਹੜਾ ਉੱਥੇ ਇਸ ਤਰ੍ਹਾਂ ਦੀ ਚੀਜ਼ ਬਣਨੀ ਚਾਹੀਦੀ ਸੀ ਉਹ ਨਹੀਂ ਬਣੀ ਤੇ ਹੁਣ ਆਪਣੇ ਤੌਰ ਤੇ ਯਤਨ ਮੈਂ ਤਾਂ ਨਈਅਰ ਸਾਹਿਬ ਦੀ ਪ੍ਰੇਰਨਾ ਨਾਲ ਇਹਨੂੰ ਆਪਣੀ ਜ਼ਿੰਦਗੀ ਦਾ ਕਮਿਸ਼ਨ ਬਣਾਇਆ ਬਹੁਤ ਸਾਰੀਆਂ ਜਥੇਬੰਦੀਆਂ ਤੋਂ ਸਹਿਯੋਗ ਲਿਆ 1996 ਤੋਂ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਜਾਰੀ ਰੱਖਣਾ ਕਿ ਤੁਹਾਨੂੰ ਪਤਾ ਹੈ ਕਿੰਨਾ ਕਠਿਨ ਕੰਮ ਹੁੰਦਾ ਜਦੋਂ ਕਿ ਸਰਕਾਰਾਂ ਜਿਹੜੀਆਂ ਤੁਹਾਡੀਆਂ ਲੱਤਾਂ ਖਿੱਚ ਰਹੀਆਂ ਹੋਣ ਤੇ ਇਹਦੇ ਬਾਵਜੂਦ ਅਸੀਂ ਇੱਕ ਜਿਹੜਾ ਸਾਡੀ ਜ਼ਮੀਰ ਦੀ ਆਵਾਜ਼ ਹੈ ਕਿ ਇਸ ਧਰਤੀ ਤੇ ਅਨਰਥ ਹੋਇਆ ਇਹ ਅਨਰਥ ਨਹੀਂ ਹੋਣਾ ਚਾਹੀਦਾ ਸੀ ਇਹਦਾ ਸਾਨੂੰ ਪਛਤਾਪ ਕਰਨਾ ਚਾਹੀਦਾ ਤੇ ਅੱਗੇ ਤੋਂ ਗਰੰਟੀ ਕਰਨੀ ਚਾਹੀਦੀ ਹੈ ਧਰਮ ਤੇ ਜਾਤ ਦੇ ਆਧਾਰ ਤੇ ਨਿਰਦੋਸ਼ ਲੋਕਾਂ ਦਾ ਖੂਨ ਨਹੀਂ ਡੋਲਣਾ ਚਾਹੀਦਾ ਸੁਖਰਾਮ ਸਿੰਘ ਵਾਣਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਹਾਂਜੀ ਇਹ ਸੀ ਸੁਖਰਾਮ ਸਿੰਘ ਵਾਣਕੀ ਜੀ ਨਾਲ ਆਪਾਂ ਚੜ੍ਹਦੇ ਪੰਜਾਬ ਤੋਂ ਗੱਲਾਂ ਬਾਤਾਂ ਕੀਤੀਆਂ ਇਹ ਪ੍ਰੋਗਰਾਮ ਇਸ ਤਰ੍ਹਾਂ ਹੀ ਜਾਰੀ ਰਹੇਗਾ ਧਿਆਨ ਹੋਵੇ ਅਸੀਂ ਅੱਜ ਪੰਜਾਬੀ ਆ ਪੰਜਾਬੀ ਕਹਾਉਂਦੇ ਆ ਮਾਣ ਨਾਲ ਵਸਦੇ ਆ ਪਰ ਅਸੀਂ ਪੰਜਾਬੀ ਬਣੇ ਕਿਵੇਂ ਆ ਧਿਆਨ ਦੇਣਾ ਬਣੇ ਹਾਂ ਪੰਜਾਬੀ ਕਿਵੇਂ ਜਦੋਂ ਯਾਦ ਆਵੇ ਮੈਨੂੰ ਚਾਰੇ ਪਾਸੇ ਖੂਨ ਨਾਲ ਲਾਲ ਦਿਸਦੇ ਕਿਤੇ ਦਿਸਦਾ ਸਰਸਾ ਦਾ ਚੜਿਆ ਉਹ ਪਾਣੀ ਤੇ ਕਿਤੇ ਨੀਹਾਂ ਵਿੱਚ ਛੋਟੇ ਛੋਟੇ ਬਾਲ ਦਿਸਦੇ ਬੜਾ ਦਿਲ ਦੁਖੇ ਜਦੋਂ ਬੱਚਿਆਂ ਦੇ ਟੋਟੇ ਰੇਖਾ ਖੋਪੜੀ ਲੋਹਾ ਲਈ ਪਰਵਾਲ ਦਿਸਦੇ ਕਿਸੇ ਕਦੀ ਗੁਰੂ ਘਰ ਮੱਸਾ ਅਬਦਾਲੀ ਨਾਲੇ ਜ਼ੁਲਮਾਂ ਦੇ ਆਏ ਹੋਏ ਪੁਚਾੜ ਦਿਸਦੇ ਦਿਸਦੀ ਏ ਖੂਹ ਦੇ ਵਿੱਚ ਡਿੱਗਦੀ ਖੂਹ ਦੀ ਮੌਣੀ ਉੱਤੇ ਉਕਰੇ ਸਵਾਲ ਦਿਸਦੇ ਦਿਸਦੀ ਏ ਵੰਡ ਵੇਲੇ ਨੀਰ ਇੱਕ ਚੁੰਨੀ ਇੱਕ ਕੁੜੀ ਦੇ ਦੁਆਲੇ ਕਈ ਕੰਗਾਲ ਦਿਸਦੇ ਕੀ ਦੱਸੇ ਕਿੰਨੀ ਵਾਰੀ ਰੋਇਆ ਏ ਮੰਗਲ ਜਦੋਂ ਜ਼ਖਮੀ ਉਹ ਬੀਤੇ ਹੋਏ ਸਾਲ ਦਿਸਦੇ ਮਸਾਂ ਕਿਤੇ ਬਾਗਾਂ ਵਿੱਚ ਕੋਇਲਾ ਕੌਣ ਲੱਗੀਆਂ ਨੇ ਮਸਾਂ ਬੰਦ ਹੋਏ ਨੇ ਖੜਾਕ ਹਥਿਆਰਾਂ ਦੇ ਮਸਾਂ ਕਿਤੇ ਨੈਣਾਂ ਵਿੱਚ ਸੁਰਮਾ ਪਾ ਨਿਕਲੇ ਨੇ ਓਏ ਮੇਲਿਆਂ ਨੂੰ ਜਾਣ ਦੇ ਲਈ ਟੋਲੇ ਮੁਟਿਆਰਾਂ ਦੇ ਮਸਾਂ ਕਿਤੇ ਕਰਫਿਊ ਹੱਡੇ ਨੇ ਰੁੱਤ ਸੋਹਣੀ ਆਈ ਸੱਥ ਵਿੱਚ ਖੇਡਦੇ ਨੇ ਤਾਸ਼ ਯਾਰ ਯਾਰਾਂ ਦੇ ਮਸਾਂ ਕਿਤੇ ਪਿੰਡਾਂ ਵਿੱਚ ਖੇਡ ਮੇਲੇ ਸ਼ੁਰੂ ਹੋਏ ਮਸਾਂ ਇਕੱਠ ਹੋਏ ਯਾਰੋ ਲੱਖਾਂ ਤੇ ਹਜ਼ਾਰਾਂ ਦੇ ਲੰਬੇ ਸਮੇਂ ਪਿੱਛੋਂ ਸਾਡੇ ਖੁਸ਼ੀ ਆਈ ਦੇਸੀ ਰੇਡੀਓ 1602 AM Thank you.
ਡਿਵੈਲਪਮੈਂਟ ਹੋ ਰਹੀਆਂ ਵਾ
ਉੱਥੇ ਉਹਨਾਂ ਦੀਆਂ ਵੱਖ ਵੱਖ ਸਮੱਸਿਆਵਾਂ ਜਿੱਦਾਂ ਪਾਕਿਸਤਾਨ ਤੋਂ ਦੱਸ ਰਹੇ ਸੀਗੇ ਰਾਜਾ ਅਹਿਮਦ ਹੋਣੀ ਤੇ ਲੇਕਿਨ ਇੱਥੇ ਆਪਣੇ ਕੋਲ ਕਾਫੀ ਸਹੂਲਤਾਂ ਵੀ ਆ ਲੇਕਿਨ ਆਪਣਾ ਧਿਆਨ ਨਹੀਂ ਆ ਆਪਾਂ ਅਵੇਅਰ ਨਹੀਂ ਆ ਪਰ ਅਵੇਅਰ ਹੁਣ ਹੁੰਦੇ ਜਾ ਰਹੇ ਹਾਂ ਇਸ ਕਰਕੇ ਆਪਾਂ ਪਹਿਲੀ ਵਾਰੀ ਜਿਹੜਾ ਵਾ 14 ਤਰੀਕ ਨੂੰ ਸ਼ਾਮ ਨੂੰ 8 ਤੋਂ 9 ਵਜੇ ਤੱਕ ਪਾਰਲੀਮੈਂਟ ਦੇ ਸਾਹਮਣੇ ਕੈਂਡਲ ਲਾਈਟ ਵਿਜਲ ਸ਼ੁਰੂ ਕਰ ਰਹੇ ਹਾਂ ਇਸ ਵਾਰੀ ਪਹਿਲੀ ਵਾਰੀ ਆ ਜੀ ਸੋ ਇਹ ਮਤਲਬ ਤੁਸੀਂ ਕੰਟੀਨਿਊ ਰੱਖ ਰਹੇ ਹੋ ਮਤਲਬ ਅੱਗੇ ਨੂੰ ਅਗਲੇ ਵਰਿਆਂ ਚ ਵੀ ਆਉਂਦੇ ਵਰਿਆਂ ਚ ਹਮੇਸ਼ਾ ਹੁੰਦਾ ਰਹੂਗਾ ਜੀ ਆਸ ਆ ਕੇ ਜੇ ਜਿਉਂਦੇ ਰਹੇ ਤਾਂ ਜਰੂਰ ਰੱਖਾਂਗੇ ਤੇ ਓਕੇ ਇਹ ਵੀ ਗੱਲ ਬੜੀ ਇੰਪੋਰਟੈਂਟ ਆ ਡਿਸਕਸ ਕਰਨ ਵਾਲੀ ਪੰਜਾਬੀਆਂ ਦੇ ਵਿੱਚ ਕਿ ਜਿਉਂਦੇ ਰਹੇ ਤਾਂ ਜਰੂਰ ਹੋਵਾਂਗੇ ਪੰਜਾਬੀਆਂ ਦੇ ਵਿੱਚ ਸਕਸੈਸ਼ਨ ਪਲਾਨ ਕਿਉਂ ਨਹੀਂ ਹੁੰਦਾ ਉਹ ਇਹ ਕਿਉਂ ਨਹੀਂ ਸੋਚਦੇ ਕਿ ਮੇਰੇ ਮਰਨ ਤੋਂ ਬਾਅਦ ਵੀ ਹੋਊਗਾ ਇਹ ਕੰਮ ਦੇਖੋ ਤੁਸੀਂ ਮੈਨੂੰ ਪੁੱਛ ਰਹੇ ਜੇ ਤੁਸੀਂ ਕਰੋਗੇ ਨਾ ਪੰਜਾਬੀਆਂ ਦੇ ਕੋਈ ਵੀ ਜਥੇਬੰਦੀ ਬਣਦੀ ਹੈ ਸਕਸੈਸ਼ਨ ਪਲਾਨ ਜ਼ਰੂਰ ਚਾਹੀਦਾ ਦੇਖੋ ਜੇ ਤੇ ਮੈਂ ਮਰ ਗਿਆ ਫਿਰ ਤੇ 100% ਚੱਲੂਗਾ ਤੇ ਜੇ ਮੈਂ ਜਿਉਂਦਾ ਰਿਹਾ ਫਿਰ ਇਹਦੇ ਵਿੱਚ ਹੋ ਸਕਦਾ ਨਾ ਹੋਵੇ ਤੁਹਾਨੂੰ ਲੰਬੀ ਉਮਰ ਬਖਸ਼ੇ ਕਿਉਂਕਿ ਜਦੋਂ ਬੰਦਾ ਕੋਈ ਗੱਲ ਸ਼ੁਰੂ ਕਰਦਾ ਵਾ ਨਾ ਜੀ ਜਦੋਂ ਉਹ ਮਰ ਜਾਂਦਾ ਵਾ ਫਿਰ ਉਹਦੇ ਨਾਂ ਤੇ ਜਿਹੜੇ ਬਾਕੀ ਲੋਕ ਹੁੰਦੇ ਉਹ ਵੀ ਉੱਠ ਪੈਂਦੇ ਆ ਉਹ ਫਿਰ ਕਰਦੇ ਆ ਹਨਾ ਜੀ ਤੇ ਇਸ ਕਰਕੇ ਕੋਈ ਏਡੀ ਗੱਲ ਨਹੀਂ ਆ ਜਿਉਂਦੇ ਰਹੇ ਤਾਂ ਵੀ ਕਰਾਂਗੇ ਮਰ ਕੇ ਤਾਂ ਵੀ ਹੋਣਾ ਹੀ ਹੋਣਾ ਵਾ ਤੇ ਇਹ ਜਿਹੜਾ ਆਪਾਂ ਇੱਕ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ ਕਿੰਗ ਜਾਰਜ 5th ਜਿਹੜਾ ਵਾ ਉਹ ਉਹਦਾ ਰੂਲ ਸੀਗਾ ਉਹਦਾ ਜਲਿਆਂ ਵਾਲੇ ਬਾਗ ਦੇ ਜਦੋਂ ਸਾਕਾ ਹੋਇਆ ਜਦੋਂ ਬਜ ਬਜ ਘਾਟ ਦਾ ਸਾਕਾ ਹੋਇਆ ਜਦੋਂ ਗੁਰੂ ਕੇ ਬਾਗ ਦਾ ਸਾਕਾ ਹੋਇਆ ਜਦੋਂ ਪੰਜਾ ਸਾਹਿਬ ਦਾ ਸਾਕਾ ਹੋਇਆ ਤੇ ਆਪਾਂ ਉਹਦੇ ਸਟੈਚੂ ਦੇ ਲਾਗੇ ਜਿਹੜਾ ਉਦੋਂ ਕੈਂਡਲ ਲਾਈਟ ਵਿਜਲ ਕਰ ਰਹੇ ਹਾਂ ਔਰ ਮੀਡੀਆ ਵੱਲੋਂ ਆਪਾਂ ਨੂੰ ਕਾਫੀ ਸਹਿਯੋਗ ਮਿਲ ਰਿਹਾ ਵਾ ਮੀਡੀਆ ਜਿਹੜਾ ਉੱਥੇ ਹਾਜ਼ਰ ਹੋਊਗਾ ਜੀ ਜਿਹੜੇ ਸਟੈਚੂਆਂ ਦੀ ਜਿੱਦਾਂ ਗੱਲ ਕਰਦੇ ਬ੍ਰਿਟਿਸ਼ ਪਾਰਲੀਮੈਂਟ ਨੇ ਕਾਨੂੰਨ ਵੀ ਬਣਾਇਆ ਨਵਾਂ ਸ਼ਾਇਦ ਤੁਹਾਨੂੰ ਪਤਾ ਕਿ ਸਟੈਚੂ ਨੂੰ ਅਗਰ ਕੋਈ ਨੁਕਸਾਨ ਪਹੁੰਚਾਉਂਦੇ ਆ ਤਾਂ ਉਹ ਕਾਫੀ ਜਿੱਦਾਂ ਬਹੁਤ ਵੱਡਾ ਹੀ ਸੰਗੀਨ ਜੁਰਮ ਮਤਲਬ ਸਟੈਚੂ ਬੜਾ ਇੱਕ ਇੰਪੋਰਟੈਂਟ ਚੀਜ਼ ਆ ਸੋ ਜਿਹੜਾ ਮਤਲਬ ਜੇ ਬ੍ਰਿਟਿਸ਼ ਪਾਰਲੀਮੈਂਟ ਦੇ ਨੇੜੇ ਔਰ ਦਿੱਲੀ ਦੇ ਵਿੱਚ ਦੋਨੋਂ ਜਗ੍ਹਾ ਤੇ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਹੋਇਆ ਉਹਦਾ ਕੀ ਕਾਰਨ ਆ ਦੇਖੋ ਹੁਣ ਫਿਰ ਤੁਸੀਂ ਗੱਲ ਉਹੀ ਸ਼ੁਰੂ ਕਰ ਲਈ ਕਿ ਆਪਾਂ 1947 ਲਈ ਜ਼ਿੰਮੇਵਾਰ ਕੌਣ ਹੈ 1947 ਲਈ ਇੰਡੀਆ ਸਾਈਡ ਵੱਲੋਂ ਗਾਂਧੀ ਨਹਿਰੂ ਸਾਰੇ ਇਹ ਜ਼ਿੰਮੇਵਾਰ ਆ ਪਾਕਿਸਤਾਨ ਸਾਈਡ ਵੱਲੋਂ ਜਿਹੜਾ ਉਹ ਵੀਰ ਨੇ ਨਾਂ ਨਹੀਂ ਲਿਆ ਲੇਕਿਨ ਜਿਨਾਹ ਸਾਹਿਬ ਜਿਹੜੇ ਉਹ ਜ਼ਿੰਮੇਵਾਰ ਆ ਤੇ ਇੱਥੋਂ ਜਿਹੜੇ ਯੂਕੇ ਤੋਂ ਆ ਜਿਹੜੀ ਉਹ ਯੂਕੇ ਦੀ ਲੀਡਰਸ਼ਿਪ ਹੀ ਉਸ ਵੇਲੇ ਲਾਰਡ ਮਾਊਂਟ ਬੈਟਨ ਜਾਂ ਹੋਰ ਇਹ ਸਾਰੇ ਜ਼ਿੰਮੇਵਾਰ ਆ ਔਰ ਇਹਨਾਂ ਨੇ ਜਿਹੜਾ ਜਦੋਂ ਫਸਟ ਵਰਲਡ ਵਾਰ ਸੀਗਾ ਨਾ ਜਦੋਂ ਗਾਂਧੀ ਸਾਹਿਬ ਤੇ ਇੰਜੋਏ ਕਰ ਰਹੇ ਸੀਗੇ ਸਾਊਥ ਅਫਰੀਕਾ ਦੇ ਵਿੱਚ ਜਿਨਾਹ ਸਾਹਿਬ ਇੱਥੇ ਲੰਡਨ ਦੇ ਵਿੱਚ ਇੰਜੋਏ ਕਰ ਰਹੇ ਸੀਗੇ ਔਰ ਗਦਰੀ ਬਾਬਿਆਂ ਨੇ ਕੈਨੇਡਾ ਤੋਂ ਅਮਰੀਕਾ ਤੋਂ ਜਾ ਕੇ ਤੇ ਉੱਥੇ ਮੂਵਮੈਂਟ ਸ਼ੁਰੂ ਕਰ ਦਿੱਤੀ ਸੀ ਭਾਰਤ ਦੀ ਆਜ਼ਾਦੀ ਦੀ ਤਿੰਨ ਰੰਗਾ ਜਿਹੜਾ ਉਹਨਾਂ ਨੇ ਝੰਡਾ ਗਦਰੀ ਬਾਬਿਆਂ ਨੇ ਜਿਹੜਾ ਉਹ ਸਥਾਪਿਤ ਕੀਤਾ ਸੀਗਾ ਗਦਰੀ ਬਾਬਿਆਂ ਨੇ ਉਹਨੂੰ ਉਹ ਬਣਾਇਆ ਸੀਗਾ ਪਹਿਲੀ ਵਾਰੀ ਤਿੰਨ ਰੰਗਾ ਤਿੰਨਾਂ ਕੌਮਾਂ ਨੂੰ ਸ਼ਾਮਿਲ ਕੀਤਾ ਸੀ ਹਿੰਦੂ ਨੂੰ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਉਹ ਬਾਅਦ ਦੇ ਵਿੱਚ ਗਾਂਧੀ ਨੇ ਉਹ ਚਰਖਾ ਲਾ ਕੇ ਆਪਣਾ ਕਬਜ਼ਾ ਕਰ ਲਿਆ ਹਨਾ ਜੀ ਕਿਉਂ ਉਹ ਬਾਅਦ ਚ ਕਾਪੀ ਕਰਦੇ ਰਹੇ ਨਾ ਜੀ ਹੁਣ ਵੀ ਕਾਪੀ ਕੀਤੀ ਸੰਵਿਧਾਨ ਇੰਡੀਆ ਦਾ ਜਿਹੜਾ ਵੀ ਕਾਪੀ ਆ ਸਾਰੇ ਸਾਰੇ ਸੰਵਿਧਾਨਾਂ ਦੇ ਕਾਪੀ ਚ ਬੜੇ ਮਾਰ ਆ ਅੱਛਾ ਤੇ ਉਹ ਗਾਂਧੀ ਜਿਹੜਾ ਸੀਗਾ ਫਿਰ ਇਹਨਾਂ ਨੇ ਆਈਡੀਅਲ ਬਣਾ ਕੇ ਇੱਥੋਂ ਭੇਜਿਆ ਜਾਂਦਾ ਨਹੀਂ ਸੀ ਗਾਂਧੀ ਉੱਥੋਂ ਸਾਊਥ ਅਫਰੀਕਾ ਤੋਂ ਨਾ ਜੀ ਫਿਰ ਉਹਦੀ ਕੁਰਕੀ ਹੋਈ ਉੱਥੇ ਇਹ ਹਿਸਟਰੀ ਆ ਤੁਸੀਂ ਪੜ੍ਹ ਸਕਦੇ ਜੇ ਸਰਚ ਕਰ ਸਕਦੇ ਜੇ ਔਰ ਜਨਾਹ ਸਾਹਿਬ ਦੀ ਇੱਥੇ ਕੁਰਕੀ ਹੋਈ ਔਰ ਜਨਾਹ ਸਾਹਿਬ ਦੇ ਪਿਤਾ ਜੀ ਦੀ ਕਰਾਚੀ ਦੇ ਵਿੱਚ ਕੁਰਕੀ ਹੋਈ ਔਰ ਉਹਨਾਂ ਨੂੰ ਪੂਰਾ ਦਬਾਅ ਪਾ ਕੇ ਜੁੱਤੀ ਨਾਲ ਭੇਜਿਆ ਗਿਆ ਵੀ ਜਾਓ ਜਾ ਕੇ ਜਿਹੜੀ ਮੂਵਮੈਂਟ ਗਦਰੀ ਬਾਬਿਆਂ ਨੇ ਸ਼ੁਰੂ ਕੀਤੀ ਆ ਉਹਨਾਂ ਨੂੰ ਜੇਲਾਂ ਜੁਲਾਂ ਚ ਪਾ ਕੇ ਫਾਂਸੀਆਂ ਫੁਸੀਆਂ ਤੇ ਚਾੜ ਦੇਣਾ ਵਾ ਤੇ ਤੁਸੀਂ ਬਾਅਦ ਦੇ ਵਿੱਚ ਮੂਵਮੈਂਟ ਸਾਂਭ ਲਓ ਹਨਾ ਜੀ ਤੇ ਉਹਨਾਂ ਨੇ ਫਿਰ ਬਾਅਦ ਚ ਵਾਕਿਆ ਸਾਂਭ ਲਈ ਤੇ ਉਹ ਗਾਂਧੀ ਹੋਣਾ ਨੇ ਜਿਹੜਾ ਇਹਨਾਂ ਦਾ ਬੰਦਾ ਸੀ ਉਹਦੇ ਬੁੱਤ ਤੇ ਫਿਰ ਇਹਨਾਂ ਨੇ ਆਪਣੇ ਬੰਦੇ ਦੇ ਹੀ ਲਾਉਣਿਆ ਨਾ ਜੀ ਮੈਂ ਇੱਕ ਬੇਨਤੀ ਹੁਣ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਇੱਕ ਬੇਨਤੀ ਇਹ ਕਰਨੀ ਚਾਹੂੰਗਾ ਕਿ ਜਿੰਨੀ ਦੇਰ ਤੱਕ ਹਿੰਦੁਸਤਾਨ ਤੇ ਪਾਕਿਸਤਾਨ ਗਾਂਧੀ ਤੇ ਜਨਾਹ ਦੇ ਨਾਂ ਤੋਂ ਮੁਕਤ ਨਹੀਂ ਹੁੰਦਾ ਉਨੀ ਦੇਰ ਤੱਕ ਭੁੱਖਾ ਹੀ ਮਰਦਾ ਰਹੂਗਾ ਕੁਲਜੀਤ ਕੌਰ ਜੀ ਤੁਸੀਂ ਜਦੋਂ ਇੱਥੋਂ ਦੇ ਜਿਹੜੇ ਬੋਰਨ ਜਨਰੇਸ਼ਨ ਆ ਉਹਨਾਂ ਦੇ ਵਿੱਚ ਵਿਚਰਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਉਹ ਜਿਹੜਾ 1947 ਆ ਉਹਦੇ ਪ੍ਰਤੀ ਕਿੰਨੇ ਕੁ ਅਵੇਅਰ ਨੇ ਉਹਨਾਂ ਚ ਅਵੇਅਰਨੈਸ ਕਿੰਨੀ ਕੁ ਮੇਰੇ ਖਿਆਲ ਦੇ ਨਾਲ ਕਿ ਹੁਣ ਅਵੇਅਰਨੈਸ ਕਾਫੀ ਵੱਧ ਰਹੀ ਹੈ ਕਿਉਂਕਿ ਪਹਿਲਾਂ ਤਾਂ 15 ਅਗਸਤ ਨੂੰ ਮਨਾਇਆ ਜਾਂਦਾ ਸੀਗਾ ਕਿ ਜੀ ਸਾਡਾ ਦੇਸ਼ ਆਜ਼ਾਦ ਹੋ ਗਿਆ ਇੱਕ ਇੰਡੀਪੈਂਡੈਂਸ ਇੱਕ ਮਤਲਬ ਕਿ ਅੱਛੀ ਚੀਜ਼ ਸਮਝ ਕੇ ਮਨਾਇਆ ਜਾਂਦਾ ਸੀਗਾ ਪਰ ਹੁਣ ਜਿਵੇਂ ਜਿਵੇਂ ਬੱਚਿਆਂ ਨੂੰ ਇੱਥੋਂ ਦਿਆਂ ਨੂੰ ਨਵੀਂ ਪੀੜ੍ਹੀ ਨੂੰ ਪਤਾ ਚੱਲ ਰਿਹਾ ਹੈ ਕਿ ਇਹਦੇ ਵਿੱਚ ਕਿੰਨਾ ਖੂਨ ਖਰਾਬਾ ਕਿੰਨਾ ਵਾਇਲੈਂਸ ਕਿੰਨਾ ਭੁੱਖ ਮਾਰ ਵੀ ਹੋਈ ਤੇ ਇਹ ਕੋਈ ਮਨਾਉਣ ਵਾਸਤੇ ਕੋਈ ਜਸ਼ਨ ਨਹੀਂ ਹੈ ਇਹ ਕੋਈ ਸੈਲੀਬ੍ਰੇਸ਼ਨ ਨਹੀਂ ਹੈ ਇੱਕ ਬੜੀ ਅਫਸੋਸ ਵਾਲੀ ਗੱਲ ਹੈ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਹੁਣ ਮੇਰੇ ਹਿਸਾਬ ਨਾਲ ਜਿੰਨੇ ਵੀ ਨਵੀਂ ਪੀੜ੍ਹੀ ਆ ਰਹੀ ਹੈ ਇੱਕ ਤਾਂ ਉਹਨਾਂ ਨੂੰ ਅਵੇਅਰਨੈਸ ਹੋ ਵੀ ਰਹੀ ਹੈ ਤੇ ਔਰ ਉਹ ਗਾਹਾਂ ਅਵੇਅਰਨੈਸ ਵਧਾ ਵੀ ਰਹੇ ਨੇ ਸੋ ਇਹ ਵੀ ਇੱਕ ਬੜੀ ਅੱਛੀ ਗੱਲ ਹੈ ਕਿਉਂਕਿ
ਦੇਖੋ ਪੰਜਾਬ ਇੱਕ ਸਾਂਝਾ ਪੰਜਾਬ ਹੈ ਜਿਹਨੂੰ ਅਸੀਂ ਕਹਿੰਦੇ ਹਾਂ। ਪੰਜਾਬ ਸਿਰਫ ਮੇਰਾ ਪੰਜਾਬ ਜਾਂ ਪਾਕਿਸਤਾਨ ਵਿੱਚ ਜਾਂ ਇੰਡੀਆ ਦੇ ਵਿੱਚ ਨਹੀਂ ਹੈ, ਪੰਜਾਬ ਦੋਨੋਂ ਪਾਸੇ ਸਾਂਝਾ ਪੰਜਾਬ ਹੈ। ਤੇ ਬਹੁਤ ਸਾਰਾ ਹੁਣ ਅਸੀਂ ਕਹਿ ਸਕਦੇ ਹਾਂ ਕਿ ਐਫਰਟ ਹੋ ਰਹੀ ਹੈ, ਇੱਕ ਉਪਰਾਲਾ ਹੋ ਰਿਹਾ ਆਉਣ ਵਾਲੀਆਂ ਪੀੜ੍ਹੀਆਂ ਤੋਂ ਕਿ ਜਿਹੜਾ ਉਹ ਸਾਂਝੇ ਪੰਜਾਬ ਨੂੰ ਮਨਾਇਆ ਜਾਵੇ ਮਹਾਂ ਪੰਜਾਬ ਦੀ ਯਾਦ ਵਿੱਚ, ਤੇ ਉਹਨੂੰ ਦੁਬਾਰਾ ਤਾਜ਼ਾ ਕੀਤਾ ਜਾਵੇ। ਤੇ ਇਹ ਚੀਜ਼ਾਂ ਅਵੇਅਰਨੈਸ ਦੇ ਵਿੱਚ ਕਾਫੀ ਆ ਰਹੀਆਂ ਨੇ ਹੁਣ। ਮਨਜੀਤ ਸਿੰਘ ਸ਼ਾਲਾਪੁਰੀ ਜੀ, ਗੱਲ ਬਾਰ ਬਾਰ ਸਾਂਝੇ ਪੰਜਾਬ ਦੀ ਹੈ, ਯੂਨਾਈਟਿਡ ਪੰਜਾਬ ਦੀ, ਜਾਂ ਵੱਡੇ ਪੰਜਾਬ ਦੀ ਗੱਲ, ਤੁਹਾਡੀ ਮਤਲਬ ਵੱਡੇ ਪੰਜਾਬ ਤੋਂ ਕੀ ਅੰਡਰਸਟੈਂਡਿੰਗ ਹੈ, ਕੀ ਮਤਲਬ? ਵੱਡਾ ਪੰਜਾਬ ਆਪਾਂ ਜਦੋਂ ਦੇਖਦੇ ਹਾਂ ਨਾ, ਇੱਕ ਤਰ੍ਹਾਂ ਯੂਰਪ, ਆਪਾਂ ਜੇ ਯੂਰਪ ਦੇ ਨਾਲ ਆਪਾਂ ਜੇ ਕੰਪੇਅਰ ਅੱਜ ਕਰਨਾ ਹੋਵੇ ਪੰਜਾਬ ਨੂੰ, ਪੰਜਾਬੀ ਕਹਿ ਲਓ ਕਿ ਉਹ ਪੰਜਾਬ ਨੂੰ ਤੇ ਪਾਕਿਸਤਾਨ ਨੂੰ, ਭਾਰਤ ਨੂੰ ਤੇ ਪਾਕਿਸਤਾਨ ਨੂੰ ਜੇ ਇੱਕ ਸੁਰਜੀਤ ਕਰਨਾ, ਉਹ ਦੋਵਾਂ ਦੇਸ਼ਾਂ ਨੂੰ ਜੇ ਕਹਿੰਦੇ ਕਿ ਆਪਾਂ ਵਰਲਡ ਲੈਵਲ ਤੇ ਲਿਆਉਣਾ, ਉਹਦੇ ਵਿੱਚ ਪੰਜਾਬ ਜਿਹੜਾ ਉਹ ਇੱਕ ਰੀੜ ਦੀ ਹੱਡੀ ਦਾ ਜਿਹੜਾ ਕਹਿ ਲਓ ਕਿ ਉਹ ਰੋਲ ਅਦਾ ਕਰ ਸਕਦਾ। ਜਦੋਂ ਆਪਾਂ ਕਹਿੰਦੇ ਕਿ ਵੱਡਾ ਪੰਜਾਬ, ਵੱਡੇ ਪੰਜਾਬ ਦੇ ਵਿੱਚ ਜਿੰਨਾ ਆਪਣਾ ਲਹਿੰਦਾ ਪੰਜਾਬ ਆ ਗਿਆ, ਇੱਧਰ ਪੰਜਾਬ ਆ ਗਿਆ, ਹਰਿਆਣਾ ਆ ਗਿਆ, ਹਿਮਾਚਲ ਆ ਗਿਆ, ਅਸੀਂ ਇੱਕੋ ਹੀ ਖਿੱਤੇ ਦੇ ਲੋਕ ਹੈਗੇ ਹਾਂ। ਸਾਡਾ ਜਿਹੜਾ ਜਿਹੜੀ ਸਾਡੀ ਬੋਲੀ ਹੋ ਗਈ, ਸਾਡਾ ਸੱਭਿਆਚਾਰ, ਸਾਡਾ ਰਹਿਣ ਸਹਿਣ, ਸਾਡੀਆਂ ਜੋ ਜਿੰਨੀਆਂ ਵੀ ਕਹਿ ਲਓ ਆਦਤਾਂ ਤਕੀਆਂ, ਉਹ ਸਾਰਾ ਸੇਮ ਆ। ਜੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਸਾਡੇ ਬੁੱਧੀਜੀਵੀ ਜਿਹੜੇ ਹੈਗੇ ਆ, ਜਿਸ ਤਰ੍ਹਾਂ ਸਾਡੇ ਹਰਮੀਤ ਸਿੰਘ ਭਾਜੀ ਹੋਣੀ ਹੈਗੇ ਆ, ਤੁਹਾਡੇ ਵਰਗੀਆਂ ਸ਼ਖਸੀਅਤਾਂ, ਸਾਡੀਆਂ ਭੈਣਾਂ, ਜਿਸ ਤਰ੍ਹਾਂ ਆਪਣੇ ਉੱਥੋਂ ਪਾਕਿਸਤਾਨ ਤੋਂ ਭਾਜੀ ਹੋਣੀ, ਜਿਹੜੇ ਲੱਗੇ ਹੋਏ ਦਿਨ ਰਾਤ ਕਰਨ ਲੱਗੇ ਹੋਏ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪੰਜਾਬ ਨੂੰ, ਪੰਜਾਬੀਆਂ ਨੂੰ ਇੱਕ ਕੀਤਾ ਜਾਵੇ, ਧਰਮ ਤੇ ਜਾਤ ਤੋਂ ਉੱਪਰ ਉੱਠ ਕੇ। ਜਦੋਂ ਅਸੀਂ ਪੰਜਾਬੀ ਕਹਿੰਦੇ ਹੈਗੇ ਹਾਂ ਕਿ ਅਸੀਂ ਪੰਜਾਬੀ ਹਾਂ, ਉਦੋਂ ਅਸੀਂ ਕੋਈ ਵੀ ਜਿਹੜੀ ਪੋਸੀਬਲ ਚੀਜ਼ ਜਿਹੜੀ ਹੈਗੀ ਆ ਉਹਨੂੰ ਸਰ ਕਰ ਸਕਦੇ ਹਾਂ। ਇਹੀ ਚੀਜ਼ ਜਿਹੜੀ ਹੈਗੀ ਆ, ਇਸੇ ਨੂੰ ਤੋੜਨ ਵਾਸਤੇ ਬੜੇ ਚਿਰਾਂ ਤੋਂ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ ਆਈਆਂ, ਮੇਰੀ ਪੰਜਾਬੀਆਂ, ਦੁਨੀਆਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ, ਚਾਹੇ ਉਹ ਲਹਿੰਦਾ ਪੰਜਾਬ ਆ, ਚਾਹੇ ਚੜ੍ਹਦਾ ਪੰਜਾਬ ਆ, ਚਾਹੇ ਉਹ ਜਿਹੜਾ ਪੰਜਾਬ ਸਾਡੇ ਵਿੱਚ ਤੋੜਿਆ ਗਿਆ, ਹਰਿਆਣਾ ਕਹਿ ਲਓ, ਭਾਵੇਂ ਉਹ ਹਿਮਾਚਲ ਕਹਿ ਲਓ, ਉਹਦੇ ਵਿੱਚ ਆਪਦਾ ਜਿਹੜਾ ਹੈਗਾ ਯੋਗਦਾਨ ਪਾਓ। ਤੇ ਹਮੇਸ਼ਾ ਹੀ ਜੇ ਇਹ ਚਾਰ ਰੱਖੋ ਕਿ ਜੇ ਪੰਜਾਬ ਖੁਸ਼ਹਾਲ ਹੋਊਗਾ, ਉਹਦੇ ਨਾਲ ਹੀ ਪੰਜਾਬੀਆਂ ਦੀ ਖੁਸ਼ਹਾਲੀ ਜਿਹੜੀ ਹੈਗੀ ਆ, ਸਪੈਸ਼ਲੀ ਜਿਹੜੇ ਦੋ ਦੇਸ਼ ਹੈਗੇ ਆ, ਇਹ ਦੋਵਾਂ ਦੇਸ਼ਾਂ ਦੇ ਵਿਚਲਾ ਜਿਹੜਾ ਇੱਕ ਵੰਡ ਜਿਹੜੀ ਇਹ ਕੀਤੀ ਗਈ ਸੀ ਪੰਜਾਬ ਦੀ ਉਸ ਵਕਤ, ਇਹ ਇੱਕ ਸੋਚੀ ਸਮਝੀ ਤਰੀਕੇ ਨਾਲ ਕੀਤੀ ਗਈ ਸੀ ਕਿ ਪੰਜਾਬੀ ਜਿਹੜੇ ਮੁੜ ਕੇ ਨਾ ਉੱਠਣ, ਹੈ ਨਾ। ਤੇ ਇਸ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਗੌਰਮੈਂਟ ਹੈਗੀ ਆ, ਇਸ ਵਕਤ ਘੱਟੋ ਘੱਟ ਜਿਹੜੀ ਚੜ੍ਹਦੇ ਪੰਜਾਬ ਦੀ ਗੌਰਮੈਂਟ ਆਈ ਹੈਗੀ ਆ, ਇਹਨਾਂ ਨੂੰ ਚਾਹੀਦਾ ਕਿ ਜਿਹੜਾ ਜਿਹੜਾ ਵੰਡ ਦਾ, ਜਿਹੜਾ 47 ਦੀ ਵੰਡ ਦਾ ਸਿਲੇਬਸ ਆ, ਉਹ ਬੱਚਿਆਂ ਨੂੰ ਪੜ੍ਹਾਇਆ ਜਾਵੇ। ਬੱਚਿਆਂ ਨੂੰ 5ਵੀਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਦੀ ਕਲਾਸ ਦੇ ਵਿੱਚ ਪੜ੍ਹਾਇਆ ਜਾਵੇ ਕਿ ਕਿਸ ਤਰ੍ਹਾਂ ਉਸ ਵਕਤ ਜਿਹੜਾ ਪੰਜਾਬੀਆਂ ਦਾ ਕਤਲੇਆਮ ਹੋਇਆ ਸੀਗਾ, ਕਿਸ ਤਰ੍ਹਾਂ ਜਿਹੜੇ ਸੀ ਪੰਜਾਬੀ ਜਿਹੜੇ ਸੀ ਉਹਨਾਂ ਨੂੰ ਦਬਾਉਣ ਵਾਸਤੇ ਕਿਸ ਤਰ੍ਹਾਂ ਪੰਜਾਬ ਦੀ ਵੰਡ ਹੋਈ, ਕਿਸ ਤਰ੍ਹਾਂ ਇਹਨਾਂ ਦੇ ਵਿੱਚ ਨਫ਼ਰਤ ਦਾ ਬੀਜ ਜਿਹੜਾ ਉਹ ਬੀਜਿਆ ਗਿਆ, ਧਰਮ ਦੇ ਆਧਾਰ ਦੇ ਉੱਤੇ ਨਫ਼ਰਤ ਦਾ ਬੀਜ ਬੀਜ ਕੇ ਇੱਕ ਜਿਹੜਾ ਕਰੋ ਕਿ ਪਿਛਲੀ ਸਦੀ ਦਾ, ਜਿਸ ਤਰ੍ਹਾਂ ਭਾਜੀ ਉਹਨਾਂ ਨੇ, ਹਰਮੀਤ ਭਾਜੀ ਉਹਨਾਂ ਨੇ ਦੱਸਿਆ ਕਿ ਇੱਕ ਬੜਾ ਵੱਡਾ ਘੱਲੂਘਾਰਾ ਸੀ ਜਿਹਦੇ ਵਿੱਚ 10 ਲੱਖ ਪੰਜਾਬੀ ਜਿਹੜੇ ਉਹ ਮਾਰੇ ਗਏ, ਬੇਗੁਨਾਹ 10 ਲੱਖ ਤੋਂ ਵੱਧ ਜਿਹੜੇ ਉਹ ਪੰਜਾਬੀ ਮਾਰੇ ਗਏ। ਉਹ ਸਾਡੇ ਸਿੱਖ ਭਰਾ ਸੀ, ਸਾਡੇ ਹਿੰਦੂ ਭਰਾ ਸੀ, ਸਾਡੇ ਮੁਸਲਮਾਨ ਭਰਾ ਸੀ, ਸਾਡੇ ਈਸਾਈ ਭਰਾ ਵੀ ਸੀ, ਹਨਾ। ਤੇ ਨਾਲ ਜਿਹੜਾ ਅਰਬਾਂ ਖਰਬਾਂ ਦੀ ਜਿਹੜੀ ਪ੍ਰੋਪਰਟੀ ਜਿਹੜੀ ਉਹ ਡਿਸਟਰੋਏ ਹੋਈ, ਜਿਹੜੇ ਉੱਧਰ ਲਹਿੰਦੇ ਪੰਜਾਬ ਦੇ ਵਿੱਚ ਸੀ ਦੇ ਪੰਜਾਬੀ, ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਛੱਡ ਕੇ ਜਿਹੜੇ ਆਉਣੇ ਪਏ। ਜਿਸ ਤਰ੍ਹਾਂ ਕਿ ਮੇਰੇ ਆਪਣੇ ਕਹਿ ਲਓ ਕਿ ਮੇਰੇ ਨਾਨਾ ਜੀ, ਮੇਰੇ ਫੁੱਫੜ ਜੀ, ਉਹਨਾਂ ਉਹ ਕਾਫੀ ਵੱਡੇ ਜਿਮੀਦਾਰ ਸੀ, ਤੇ ਆਪਣੇ ਨਨਕਾਣਾ ਸਾਹਿਬ ਦੇ ਲਾਗੇ ਹੀ ਉਹਨਾਂ ਦਾ ਪਿੰਡ ਸੀ। ਉਹਨਾਂ ਨੂੰ ਵੀ ਹੋਰ ਲੱਖਾਂ ਪੰਜਾਬੀਆਂ ਨੂੰ ਉੱਥੇ ਛੱਡ ਕੇ ਜਦੋਂ ਇੱਧਰ ਵੀ ਆਇਆ, ਤੇ ਇਹ ਨੀ ਉਸੇ ਵੇਲੇ ਉਹ ਵੱਸ ਗਏ, ਇੱਥੋਂ ਪਏ ਹਜ਼ਾਰਾਂ ਪੰਜਾਬੀ ਜਿਹੜੇ ਉਹਨਾਂ ਨੂੰ ਕੂਚ ਕਰਨੀ ਪਈ, ਕੋਈ ਕਿਸੇ ਨੂੰ ਯੂਪੀ ਜਾਣਾ ਪਿਆ, ਕਿਸੇ ਨੂੰ ਹੋਰ ਥਾਂ ਤੇ ਜਾਣਾ ਪਿਆ, ਦੋ ਦਹਾਕੇ ਬਾਅਦ ਦੇ ਵਿੱਚ ਲੱਗ ਗਏ ਉਹਨਾਂ ਨੂੰ ਉਸੇ ਥਾਂ ਤੇ ਦੁਬਾਰਾ ਆਉਣ ਵਾਸਤੇ। ਇਹ ਇੱਕ ਜਿਹੜਾ ਹੈਗਾ ਸੀਗਾ ਉਹ ਬੜਾ ਇੱਕ ਵੱਡਾ ਦੁਖਾਂਤ ਸੀਗਾ, ਤੇ ਪੰਜਾਬੀਆਂ ਨੂੰ, ਦੁਨੀਆਂ ਵਿੱਚ ਵੱਸਦੇ ਪੰਜਾਬੀ ਜਿਹੜੇ ਹੈਗੇ ਆ, ਉਹ ਪੰਜਾਬ ਨੂੰ ਖੁਸ਼ਹਾਲ ਕਰਨ ਵਾਸਤੇ, ਚਾਹੇ ਉਹ ਪਾਕਿਸਤਾਨ ਨਾਲ ਜੁੜੇ ਹੋਏ, ਭਾਵੇਂ ਉਹ ਭਾਰਤ ਨਾਲ ਜੁੜੇ ਹੋਏ, ਜੇ ਉਹ ਪੰਜਾਬ ਤੇ ਪੰਜਾਬੀ ਦੇ ਨਾਲ, ਮੈਂ ਕਹਿੰਦਾ ਕਿ ਵਫ਼ਾਦਾਰ ਰਹਿਣ ਤੇ ਇੱਕ ਦੂਸਰੇ ਨਾਲ ਸੰਪਰਕ ਬਣਾ ਕੇ ਰੱਖਣ, ਆਪਣੀਆਂ ਜਨਰੇਸ਼ਨਾਂ ਨੂੰ, ਜਿਹੜਾ ਸਾਡੇ ਨਾਲ ਪਿੱਛੇ ਜੋ ਵਰਤਾਰਾ ਹੋਇਆ ਪੰਜਾਬੀਆਂ ਦੇ ਨਾਲ, ਜਿਹੜਾ ਏਡਾ ਵੱਡਾ ਦੁਖਾਂਤ ਹੋਇਆ ਹੈਗਾ, ਉਸ ਬਾਰੇ ਸੁਚੇਤ ਕਰਨ, ਉਸ ਬਾਰੇ ਦੱਸਣ, ਆਉਣ ਵਾਲਾ ਟਾਈਮ ਜਿਹੜਾ ਹੈਗਾ ਵਾ ਉਹ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਹੋਊਗਾ। ਤੇ ਪੰਜਾਬ, ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਵੱਡਾ ਪੰਜਾਬ ਜਿਹੜਾ ਹੈਗਾ, ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆਂ ਦੇ ਵਿੱਚ ਫਿਰ ਨੰਬਰ 1 ਤੇ ਜਾ ਸਕਦਾ। ਇਹ ਪੰਜਾਬੀਆਂ ਦੀ ਕਹਿ ਲਓ ਕਿ ਸੂਝ ਬੂਝ ਦੇ ਨਾਲ,
ਹੀ ਅੱਗੇ ਜਾ ਸਕਦਾ ਕਿ ਬਸ ਉਸ ਵਾਸਤੇ ਸਾਨੂੰ ਜਿਹੜਾ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਵੰਡਿਆ ਹੈ ਜਾਂਦਾ ਨਾ ਉਸ ਤੋਂ ਉੱਪਰ ਉੱਠਣਾ ਚਾਹੀਦਾ ਹਮੇਸ਼ਾ ਹੀ ਜਦੋਂ ਵੀ ਪੰਜਾਬੀ ਢਾਏ ਗਏ ਆ ਉਹਨਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਹੀ ਇੱਕ ਦੂਜੇ ਦੇ ਨਾਲ ਲੜਾ ਕੇ ਤੇ ਉਹ ਥੱਲੇ ਨੱਪਿਆ ਗਿਆ ਸੰਤਾਲੀ ਦੇ ਵਿੱਚ ਵੀ ਸਾਡੇ ਨਾਲ ਇਹੀ ਹੋਇਆ ਸੀ ਦਾ ਬੜੀ ਮਿਹਰਬਾਨੀ ਚ ਹਾਂਜੀ ਗੁਪਤਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਦੇਸੀ ਰੇਡੀਓ ਦਾ ਇਹ ਪ੍ਰੋਗਰਾਮ ਚੱਲ ਰਿਹਾ ਮੈਂ ਸੁਣ ਰਹੀ ਹਾਂ ਜੀ ਸੋ ਸ਼੍ਰੀ ਗੁਪਤਾ ਜੀ ਅੱਜ ਅਸੀਂ ਗੱਲਾਂ ਅੱਜ ਅਸੀਂ ਗੱਲਾਂਬਾਤਾਂ ਕਰ ਰਹੇ ਹਾਂ ਸੰਤਾਲੀ ਦੇ ਬਾਰੇ ਚ ਜਿਹੜਾ ਸੰਤਾਪ ਤੁਸੀਂ ਵੀ ਹੰਡਾਇਆ ਤੇ ਅਸੀਂ ਵੀ ਹੰਡਾਇਆ ਸੋ ਸੰਤਾਲੀ ਦੀ ਜਦੋਂ ਮਤਲਬ ਤੁਹਾਨੂੰ ਪਹਿਲੀ ਵਾਰ ਕਿੱਦਾਂ ਕਦੋਂ ਪਤਾ ਲੱਗਿਆ ਕਿ ਸੰਤਾਲੀ ਕੀ ਹੈ ਜਾਂ ਕਦੋਂ ਬਚਪਨ ਚ ਜਾਂ ਜਵਾਨੀ ਚ ਕਿਹੜੇ ਟਾਈਮ ਚ ਆ ਕੇ ਤੁਹਾਨੂੰ ਪਤਾ ਲੱਗਿਆ ਕਿ ਸੰਤਾਲੀ ਚ ਕੋਈ ਸਾਡਨਾ ਹੋਇਆ ਸੀ ਮੈਨੂੰ ਜੀ ਕਿਉਂਕਿ ਸਲੀਮ ਖਾਨ ਗਿੰਨੀ ਸਾਹਿਬ ਮੇਰੇ ਵਾਲਿਦ ਸਾਹਿਬ ਬਹੁਤ ਜ਼ਿਆਦਾ ਪੰਜਾਬੀ ਦੇ ਪੂਰੇ ਉਹ ਮੁੱਢਲੇ ਜਿਹੜੇ ਜਦੋਂ 70-80 ਦੀ ਦਹਾਈ ਸੀ 70 ਵਾਲੀ ਉਸ ਤੋਂ ਵੀ ਪਹਿਲੇ ਦੇ ਤੇ ਉਹ ਸਾਂਝੇ ਪੰਜਾਬ ਦੀਆਂ ਕਹਾਣੀਆਂ ਲਿਖਦੇ ਸੀ ਨਾਵਲ ਲਿਖਦੇ ਸੀ ਤੇ ਉਦੋਂ ਸਾਨੂੰ ਇੰਨੀ ਸਮਝ ਨਹੀਂ ਸੀ ਮੈਂ ਬਹੁਤ ਛੋਟੀ ਸਾਂ ਘੱਟ ਗੱਲਾਂ ਬਾਤਾਂ ਹੁੰਦੀਆਂ ਸੀ ਫਿਰ ਉਹਦੇ ਬਾਅਦ ਆਪਣੇ ਉਸ ਟਾਈਮ ਦੇ ਉੱਤੇ ਨਾ ਇੰਡੀਆ ਵਾਲੇ ਪਾਸਿਓਂ ਪੰਜਾਬ ਤੋਂ ਨਾ ਜਿਹੜਾ ਵੀ ਕੋਈ ਆਉਂਦਾ ਸੀ ਤੇ ਉਹ ਸਾਡੇ ਘਰ ਦੇ ਵਿੱਚ ਆਉਂਦਾ ਹੁੰਦਾ ਸੀ ਤੇ ਫਿਰ ਜਿਹੜੇ ਉਹ ਇਕੱਠੇ ਬਹਿ ਕੇ ਗੱਲਾਂ ਬਾਤਾਂ ਹੁੰਦੀਆਂ ਸੀ ਕਿ 47 ਚ ਆਇਆ ਹੋਇਆ ਰੋਲੇ ਪੈ ਗਏ ਤੇ ਉਸ ਤੋਂ ਇਲਾਵਾ ਸਾਡੇ ਘਰ ਚ ਮੇਰੀ ਆਪਣੀ ਅੰਮੀ ਜੀ ਮੇਰਾ ਨਾਨਕਾ ਦਾਦਕਾ ਉੱਥੋਂ ਰੋਲਿਆਂ ਚ ਉੱਥੇ ਉਹਨਾਂ ਦੇ ਕਾਰੋਬਾਰ ਸਨ ਵੱਡੇ ਜ਼ਿੰਮੇਦਾਰ ਸੀ ਮੇਰੇ ਨਾਨਕੇ ਮੇਰਾ ਨਾਨਾ ਤੇ ਉਹ ਮੇਰੀ ਮਾਂ ਨੂੰ ਹਮੇਸ਼ਾ ਦੁੱਖ ਰਿਹਾ ਕਿ ਅਸੀਂ ਜਿੰਨੇ ਉੱਥੇ ਚੰਗੇ ਥਾਂ ਆ ਕੇ ਇੱਥੇ ਜ਼ਮੀਨਾਂ ਨੀ ਪਈਆਂ ਇਹ ਗੱਲਾਂ ਬਾਤਾਂ ਸਾਡੇ ਨਾਲ ਮੇਰੀ ਆਪਣੀ ਮਾਂ ਦੀਆਂ ਅਸੀਂ ਬਹਿੰਦੇ ਸਾਂ ਰਾਤ ਨੂੰ ਤੇ ਉਹ ਇੱਕ ਮਾਹੌਲ ਸੀ ਘਾਟ ਕੇ ਕਹਾਣੀਆਂ ਵੀ ਸੁਣਾਉਣੀਆਂ ਤੇ ਉਹਦੇ ਚ ਬਹੁਤੀਆਂ ਕਹਾਣੀਆਂ ਉਹ ਪੁਰਾਣੀਆਂ ਹੀ ਹੁੰਦੀਆਂ ਸੀ ਕਿ ਕਿਸ ਤਰ੍ਹਾਂ ਪੱਤਣ ਦੇ ਵਿੱਚ ਪੱਤਣ ਪੂਰਾ ਲਹੂ ਨਾ ਭਰਿਆ ਪਿਆ ਸੀ ਤੇ ਪੱਤਣ ਤੋਂ ਕਿਵੇਂ ਹੋਇਆ ਫਿਰ ਸਾਡੇ ਜਿਹੜੇ ਮੇਰੇ ਮਾਮਿਆਂ ਦੇ ਜਿਹੜੇ ਦੋਸਤ ਬੇਲੀ ਸੀ ਪੰਜਾਬੀ ਸਿੱਖ ਪੰਜਾਬੀ ਤੇ ਪੰਜਾਬੀ ਜਿਹੜੇ ਹਿੰਦੂ ਸੀ ਉਹਨਾਂ ਨੇ ਪੱਤਣ ਤੋਂ ਪਾਰ ਕਰਵਾਇਆ ਨਾ ਮਤਲਬ ਇਹਨਾਂ ਨੂੰ ਬਚਾ ਕੇ ਫਿਰ ਮੇਰੇ ਆਪਣੇ ਅੱਬਾ ਜੀ ਦੇ ਦੋਸਤ ਤੇ ਇਹ ਮੈਨੂੰ ਉਦੋਂ ਤੋਂ ਹੀ ਪਰ ਇਹਦੇ ਬਾਅਦ ਅਸੀਂ ਸਕੂਲਾਂ ਚ ਜਦੋਂ ਗਏ ਉੱਥੇ ਮਾਸ਼ਰ ਤੋਂ ਲੂਮ ਲੱਗੀ ਗਈ ਸੀ ਮਾਸ਼ਰ ਤੇ ਲੂਮ ਦੇ ਵਿੱਚ ਉਹ ਹੋਰ ਚੀਜ਼ ਸੀ ਇੱਕ ਕੰਫਲਿਕਟ ਵੀ ਮੇਰੇ ਅੰਦਰ ਰਿਹਾ ਤੇ ਬਾਕੀ ਵੀ ਰਿਹਾ ਕਿਉਂਕਿ ਉਹਦੇ ਵਿੱਚ ਕੀ ਸੀ ਉਹਦੇ ਚ ਸੀ ਕਿ ਸਾਡੇ ਫਾਊਂਡਰ ਪਾਕਿਸਤਾਨ ਤੇ ਆਜ਼ਾਦੀ ਤੇ ਇਹ ਸਭ ਕੁਛ ਸੀ ਸੋ ਇਹ ਨਾਲ ਹੀ ਰਿਹਾ ਪਰ ਮੈਂ ਜਿਹੜਾ ਸਵਾਲ ਤੁਸੀਂ ਕੀਤਾ ਮੈਂ ਆਪਣੇ ਅੰਦਰੋਂ ਇੱਕ ਆਵਾਜ਼ ਇੱਕ ਆਪਣੇ ਅੰਦਰ ਵੀ ਹੁੰਦੀ ਹੈ ਨਾ ਬੰਦੇ ਦੀ ਜੋ ਬੰਦਾ ਦੇਖਦਾ ਕਿ ਕੰਫਿਊਜ਼ ਵੀ ਹੁੰਦੇ ਹੋ ਫਿਰ ਕਲੀਅਰ ਵੀ ਹੁੰਦੇ ਹੋ ਤੇ ਉਹ ਅੱਬਾ ਜੀ ਦੱਸਦੇ ਹੁੰਦੇ ਸੀ ਕਿ ਅੰਮੀ ਜੀ ਵੀ ਦੱਸਦੇ ਹੁੰਦੇ ਸਨ ਨਾਨੀ ਦੀਆਂ ਗੱਲਾਂ ਮੇਰੀ ਦਾਦੀ ਦੀਆਂ ਗੱਲਾਂ ਤੇ ਉਸ ਜ਼ਮਾਨੇ ਚ ਮੇਰੇ ਦਾਦਾ ਜੀ ਜਿਹੜੇ ਸੀ ਉਹ ਮੇਲ ਓਵਰ ਸਿੰਘ ਸੀ ਉਹ ਕਿ ਉਹਨਾਂ ਦਾ ਬੜਾ ਪਿਆਰ ਦਾ ਮਾਹੌਲ ਮੈਨੂੰ ਬਚਪਨ ਤੋਂ ਹੀ ਪਤਾ ਹੈ ਕਿ ਉੱਥੇ ਕਿੰਨੇ ਇੱਕ ਦੂਜੇ ਨਾਲ ਖੁਸ਼ ਸਨ ਸਾਰੇ ਪੰਜਾਬੀ ਉਹ ਫਿਰ ਜ਼ਾਹਿਰ ਉਦੋਂ ਤੋਂ ਹੀ ਸ਼ੁਰੂ ਤੋਂ ਹੀ ਸਾਰੀ ਸਮਝ ਸੀ ਤੇ ਹੁਣ ਫਿਰ ਜਦੋਂ ਮੈਂ ਜੁੜ ਗਈ ਪੰਜਾਬੀ ਦੇ ਨਾਲ ਪੂਰੀ ਤਰ੍ਹਾਂ ਤੇ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਇੰਗਲੈਂਡ ਚ ਵੀ ਆਪਣੇ ਪਾਕਿਸਤਾਨ ਚ ਵੀ ਫਿਰ ਉਹਦੇ ਬਾਅਦ ਆਪਣੇ ਇੰਡੀਆ ਪੰਜਾਬ ਨਾਲ ਤੇ ਫਿਰ ਬਹੁਤੀ ਜਾਣਕਾਰੀ ਹੁੰਦੀ ਗਈ ਕਿ ਬਈ ਅਸਲ ਤਵਾਰੀਖ ਨੂੰ ਪੜਿਆ ਬਾਕੀ ਦੇਖਿਆ ਤੇ ਪਤਾ ਚੱਲਿਆ ਹੋਏ ਹੋਏ ਇੱਥੇ ਸਾਰਾ ਦੁਖਾਨ ਹੀ ਸਾਰਾ ਪੰਜਾਬੀਆਂ ਦੇ ਨਾਲ ਜਦੋਂ ਕੁਛ ਜਲਿਆਂ ਵਾਲੇ ਬਾਗ ਚ ਕੀਤਾ ਇਹ ਅਸਲ ਤੇ ਸਾਰਾ ਇਹ ਰੋਲੇ ਰੱਪੇ ਜਿਹੜੇ ਨੇ ਇਹ ਬਿਲਕੁਲ ਮੈਂ ਆਪਣੇ ਜਿਹੜੇ ਮੇਰੇ ਇੱਥੇ ਮਿੱਤਰ ਬੈਠੇ ਨੇ ਔਰ ਉਹਨਾਂ ਨੇ ਗੱਲ ਕੀਤੀ ਆ ਕਿ ਮਜ਼ਹਬ ਦਾ ਨਾਂ ਲੈ ਕੇ ਡਿਵਾਈਡ ਕੀਤਾ ਔਰ ਅਸੀਂ ਸਭ ਦੇਖੋ ਕਿਸੇ ਦਾ ਮਜ਼ਹਬ ਕਿਸੇ ਨੂੰ ਕੋਈ ਨੁਕਸਾਨ ਨੀ ਪਹੁੰਚਾਉਂਦਾ ਬਟ ਇਹਨੂੰ ਯੂਜ਼ ਕੀਤਾ ਗਿਆ ਔਰ ਇਹਨਾਂ ਨੂੰ ਪੰਜਾਬੀ ਸਾਡੇ ਉਸ ਵਕਤ ਥੋੜੇ ਜਜ਼ਬਾਤੀ ਤੇ ਬੇਵਕੂਫੀ ਹੋਣੇ ਵੈਸੇ ਥੋੜੇ ਜਿਹੇ ਮਤਲਬ ਅਕਲ ਨਹੀਂ ਸੀ ਨਾ ਹੁਣ ਜਿਹੜਾ ਟਾਈਮ ਆ ਗਿਆ ਨਾ ਜਿਹੜਾ ਮੈਂ ਸਮਝਦੀ ਹਾਂ ਹੁਣ ਨਵੀਂ ਪੀੜ੍ਹੀ ਨੂੰ ਵੀ ਸਮਝ ਹੈ ਅਸੀਂ ਲੋਕ ਵੀ ਇੱਕ ਡਾਇਰੈਕਸ਼ਨ ਚ ਹੈ ਕਿਉਂਕਿ ਪਹਿਲੇ ਕਨਫਿਊਜ਼ਨ ਦੀ ਸਟੇਜ ਨਿਕਲ ਗਈ ਹੈ ਨਾ ਤੇ ਪਤਾ ਚੱਲਦਾ ਜਾਂਦਾ ਇਸ ਤਰ੍ਹਾਂ ਇੱਕ ਦੂਜੇ ਨਾਲ ਜਿਸ ਤਰ੍ਹਾਂ ਅਸੀਂ ਇੰਗਲੈਂਡ ਰਹਿੰਦੇ ਹਾਂ ਸਾਰੇ ਲੋਕ ਹੀ ਡਾਇਸਪੁਰਾ ਤੇ ਪੰਜਾਬੀ ਤੇ ਅਸੀਂ ਬਾਕੀ ਮੁਲਕਾਂ ਦੇ ਨਾਲ ਵੀ ਤੇ ਆਪਣੇ ਪਿੱਛੇ ਆਪਣੇ ਦੇਸ਼ਾਂ ਦੇ ਲੋਕਾਂ ਨਾਲ ਵੀ ਜੁੜ ਰਹੇ ਹਾਂ ਤੇ ਉੱਥੇ ਵੀ ਇੱਕ ਇੱਕ ਤਹਿਕ ਵੀ ਚੱਲ ਪਈ ਹੈ ਜਿਸ ਤਰ੍ਹਾਂ ਬਟੂ ਸਾਹਿਬ ਨੇ ਦੱਸਿਆ ਕਿ ਉੱਥੇ ਵੀ ਬਹੁਤ ਕੁੱਝ
हो रहा है इस तरह दूसरा साढ़े मित्र ने दसिया कि इंडिया की जिस तरह हो रहा तो यह जरा शर्मा जी की सपोर्ट के नाल जो अपने अमित फगना जी और बाकी जो सारे मिलते दोस्त थे कट्ठे एक दूजे को सपोर्ट कर रहे हैं एक दूजे ने क्योंकि असल जी अपनी पंजाब के पंजाबियत को सपोर्ट कर रहे हैं तो रियलाइजेशन जी है ना ये बड़ा ही एक वड्डा और बड़ा इंपॉर्टेंट कदम आ जिस तरह की सैंडल लाइट का जरा सिलसिला दसा तू जरा उ होना 14 अरोगल का ओडे भी सब लोग की बहुत दिलचस्पी आ और पहली दफा हो रहा तो यह भी बड़ी एक वधिया गल है पर ये नाल नाल जिस तरह हम जी यूथ है जिस तरह मुख्तलिफ जगह पर अस जाते हाँ किसी कवि दरबार च या तिया के फंक्शन से या पंजाबी के हवाले न उत जी नवी नस्ल आती है वह भी उस चीज न सोच रही है समझ रही है और उन्होंने एक जरा जागकारी आ रही है वह बड़ी जरूरी है और असी बिल्कुल नाल है जी भगना जी के नाल मैं भी मेरे घर वाले लोधी साहब भी पूरे अपने लेंदे पंजाब के जिन्हें होर दोस्त ने बेशक उंज एक्टिवली आ नहीं सकते लेकिन वह इस चीज न समझते हैं कि पंजाबियों नाल जरा पूरा प्लैन करके पंजाब न डिवाइड किया तो किन्ने 10 लाख लोग उधरों मरे अरदास करना तो बनता है वह तो खास ही क्रिश्चन पंजाबी हैं खास ही मुसलमान पंजाबी हैं खास ही सिख पंजाबी हैं पहले तो पंजाबी हैं ना तो जिन्होंने मारिया वढ़िया कटिया उन्होंने अरदास बनता है गुरुद्वार च भी बनता मस्जिदा च भी बनता है और उसके बाद है वैसे अपने जड़े मतलब मैं तो कहूंगी चर्चा च भी बनता है तो इस चीज में जो फील करांगे तो फिर क्योंकि काम तो सारा अपना सारा ये अपने फरंगिया ने किया ना प्लैन तो सारा किया तो बाद जो आप कहते हैं फैसिलिटेटर जोड़े ने साढ़े लीडर हो गए नाल मिल गए मकसद से उन्हों का एक अपनी सी ना कुर्सियां बनाना हुकूमत करना सब कुछ पंजाबियों नाल बड़ा ही जड़ा दुख वाली गल है ये तो तुम देखो जिन्हों के बेचारे छुट गए प्यारे और जरा समझदा कि जे मैं ओदी जगह ते हुंदा ते मेरे नाल ऐ हुंदा मेरे टब्बर नाल हुंदा कईआं दे मतलब मैं कहनी पई आ साडे मेरे नानकियां दासियां दे जड़े लोग नहीं रहे उन्हां नूं हले तक उन्हां दे विचारे रोंदे ने मेरे घर के मेरे वालदैन दसते थे कि असी तो बचे ही अपने सिख मित्रां दा जिन्होंने सानू बचा के छपिया नाल ते जत्थियां दे नाल ते किथे सानू पत्तन तो अगे तक पहुंचाया असी उन्हां दा उन्हां सारियां दी अरदास करना उन्हां वास्ते दुआ करना ते सारे पंजाबियों का जिहड़ी जिहड़ी जगह ते दुनिया ते बैठे ने पाकिस्तान इंडिया तो अलावा इंग्लैंड च आस्ट्रेलिया च जिथे जिथे पंजाबी बैठे है उन्होंने मैं तो यही कहांगी कि असी अपने तौर पर जी कोशिश करनी पे हाँ फिर जिथे जिथे बनते पे हैं उत्थे उन्हों का बनता है ताकि असी पहला स्टैप उन्होंने अरदास उन्होंने करिए दुआ करिए उन्होंने सब शहीदों सारे शहीद ने साढ़े लेकिन उन्होंने जिन्होंने उस हद तक पहुंचाया उन्होंने कुछ साढ़ा पूछना बनता कि नहीं बनता अपने जड़ी टीम साडे जड़े साडे मित्र साडे स्टूडियो च बैठे ने कि बिल्कुल साडा बनदा है कि भाई तुसी जो कीता उहदे ते सॉरी कर दिओ सॉरी करन तो बाद जो साडा बाकी दा जड़ा फिर अग्गे साडा जड़ा स्टैप है ओह ते फिर अग्गे चलेगा ना ते इहदे विच इक बहुत वड्डा स्टैप हो रहा 12 सितंबर नूं और इहदे सारे पंजाबी शामिल हो रहे ने और सारे और इहदा क्रेडिट जाएगा कि सारे पंजाबी
MPs ਆਣਗੇ, ਲਾਰਡਸ ਆਣਗੇ, ਉਹਦੇ ਵਿੱਚ ਬਹੁਤ ਵੱਡਾ ਮੇਰਾ ਹਾਲ ਹੈ। ਪਹਿਲੀ ਦਫ਼ਾ ਹੀ ਉੱਥੇ ਕੈਂਡਲ ਲਾਈਟ ਦਾ ਵੀ ਹੋਣਾ ਹੈ, ਇਹ ਵੀ ਇੱਕ ਬੜੇ ਅਰਸੇ ਤੋਂ ਚਿੰਤਾ ਕਰ ਰਿਹਾ ਸੀ। ਸਾਨੂੰ ਪੰਜਾਬੀਆਂ ਨੂੰ ਫਿਰ ਆਪਸ 'ਚ ਵੀ ਇੱਕ ਦੂਜੇ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਆ। ਮਤਲਬ ਆਪਣਾ ਪੰਜਾਬੀ ਮੁਸਲਮਾਨ ਹੈ ਉਹ ਮਾਫ਼ੀ ਮੰਗੇ ਆਪਣੇ ਦੂਜੇ ਪੰਜਾਬੀਆਂ ਕੋਲੋਂ, ਦੂਜੇ ਪੰਜਾਬੀ ਮੰਗਣਾ ਉਹ ਵੀ, ਕਿਉਂਕਿ ਕਿਸੇ ਨੇ ਨੀ ਸੋਚਿਆ ਕਿ ਬਈ ਜੋ ਕੀਤਾ ਇਹ ਜਿਹੜੇ ਟਰੋਮਾਸ ਨੇ ਸਾਡੇ ਅੰਦਰ, ਤੁਸੀਂ ਸੋਚੋ ਕਿ ਕਿਹੜੀਆਂ ਨਸਲਾਂ ਕਿੰਨੇ ਵਰ੍ਹਿਆਂ ਤੋਂ ਅੱਗੇ ਚੱਲਦੇ ਪਏ ਆ, ਔਰ ਹੁਣ ਦਿਸ ਇਜ਼ ਅ ਹਾਈ ਟਾਈਮ ਕਿ ਹੁਣ ਅਸੀਂ ਕਮ ਅਜ਼ ਕਮ ਇੱਕ ਦੂਜੇ ਤੋਂ ਇਲਾਵਾ ਫਿਰ ਜਿਹੜੀਆਂ ਕੁਵਤਾਂ ਨੇ ਪੂਰਾ ਪਲਾਨ ਕੀਤਾ ਤੇ ਉਸੇ ਲੰਡਨ ਦੀ ਪਾਰਲੀਮੈਂਟ ਚ ਉਸੇ ਜਾ ਤੇ ਜਿਹੜਾ ਕੀਤਾ ਇੰਨੇ ਸਾਲ ਪਹਿਲੇ, ਤੇ ਉਹਦਾ ਕਿੰਨਾ ਸਾਨੂੰ ਨੁਕਸਾਨ ਹੋਇਆ। ਮਤਲਬ ਉਹ ਨਫ਼ਰਤਾਂ ਹੀ ਨਫ਼ਰਤਾਂ, ਕਦੀ ਮਜ਼ਹਬ ਦਾ ਨਾਂ ਲੈ ਕੇ ਨਫ਼ਰਤ, ਕਦੀ ਹਕੂਮਤਾਂ ਦਾ ਨਾਂ ਲੈ ਕੇ ਨਫ਼ਰਤ, ਤੇ ਅਸੀਂ ਕਿਉਂ, ਅਸੀਂ ਸਾਰੇ ਪੰਜਾਬੀ ਜਿਹੜੇ ਆ ਅਸੀਂ ਤੇ ਬੜੇ ਬੀਬੇ ਲੋਕ ਆ, ਅਸੀਂ ਇੰਨੇ ਬੀਬੇ ਲੋਕ ਆ, ਅਸੀਂ ਕਿਉਂ ਉਹ ਚੀਜ਼ ਦਾ ਐਜੂਕੇਸ਼ਨ ਜਿਹੜੀ ਲੈ ਕਰਨੀ ਬਹੁਤ ਜ਼ਰੂਰੀ ਆ। ਤੇ ਬੜੀ ਮਿਹਰਬਾਨੀ, ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਡੀਸੀ ਰੇਡੀਓ ਦੀ, ਔਰ ਬਾਅਦ ਜਿਹੜੇ ਸਾਡੇ ਦੋਸਤ ਆ ਕੇ ਸਪੋਂਸਰ ਕਰਕੇ ਜੋ ਸ਼ੋ ਕਰਦੇ ਨੇ ਉਹ ਵੀ ਵਾਕਈ ਕਾਬਲੇ ਸਤਾਇਸ਼ ਨੇ ਕਿ ਪੰਜਾਬੀ ਲਈ ਬਹੁਤ ਕੰਮ ਕਰਦੇ ਪਏ ਨੇ। ਬੜੀ ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਬਾਏ ਬਾਏ। ਸ਼੍ਰੀ ਗੁਪਤਾ ਜੀ ਜਿਹੜੇ ਕਿ ਰਹਿੰਦੇ ਪੰਜਾਬ ਨਾਲ ਸੰਬੰਧ ਰੱਖਦੇ ਨੇ ਪਰ ਰਹਿੰਦੇ ਇੰਗਲੈਂਡ ਦੇ ਵਿੱਚ, ਉਹ ਆਪਣੀਆਂ ਗੱਲਾਂ ਬਾਤਾਂ ਕਰਕੇ। ਸੋ ਕੁਲਜੀਤ ਕੌਰ ਜੀ, ਇਹ ਤੇ ਆਪਣਾ ਇੱਕ ਇਵੈਂਟ ਹੋ ਗਿਆ ਕਿ ਇਵੈਂਟ ਕਰ ਰਹੇ ਹਾਂ ਇੱਕ ਸਾਲ ਚ ਇੱਕ ਵਾਰੀ ਜਾਂ ਦੋ ਵਾਰੀ। ਰੈਗੂਲਰ ਤੌਰ ਤੇ ਸਾਨੂੰ ਆਪਣੀ ਫੈਮਿਲੀ ਚ, ਸਾਨੂੰ ਆਪਣੀ ਕਮਿਊਨਿਟੀ ਚ, ਜਾਂ ਸਾਨੂੰ ਜਿੱਥੇ ਅਸੀਂ ਵਿਚਰਦੇ ਹਾਂ ਵਰਕ ਦੇ, ਕੀ ਸਾਨੂੰ ਕਰਨਾ ਚਾਹੀਦਾ, ਕੀ ਮਤਲਬ ਕਿਸ ਤਰ੍ਹਾਂ ਦੀਆਂ ਗੱਲਾਂ, ਕਿਸ ਤਰ੍ਹਾਂ ਦੇ ਸਾਨੂੰ ਸਿਚੁਏਸ਼ਨ ਕਰਨੇ ਚਾਹੀਦੇ ਬੱਚਿਆਂ ਨਾਲ ਜਾਂ ਆਪਣੀ ਫੈਮਿਲੀ ਨਾਲ, ਕਿੱਦਾਂ ਅਸੀਂ ਇਸ ਚੀਜ਼ ਨੂੰ ਬਤੀ ਅਵੇਅਰਨੈਸ ਕਿੱਦਾਂ ਰੇਜ਼ ਕਰ ਸਕਦੇ। ਆਈ ਥਿੰਕ ਆਪਾਂ ਨੂੰ ਬਿਲਕੁਲ ਨੋਰਮਲਾਈਜ਼ ਕਰ ਦੇਣਾ ਚਾਹੀਦਾ ਇਹ ਸਾਰੀਆਂ ਗੱਲਾਂ ਬਾਤਾਂ। ਸਾਨੂੰ ਇੱਕ ਸਭ ਤੋਂ ਪਹਿਲੀ ਚੀਜ਼ ਹੈ, ਸ਼ਾਇਦ ਕਿਸੇ ਨੇ ਪਹਿਲਾਂ ਵੀ ਕਿਹਾ ਅੱਜ, ਕਿ ਜਿਹੜੀ ਬੋਲੀ ਹੈ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਪੰਜਾਬੀ ਦੇ ਨਾਲ ਪੰਜਾਬ ਹੈ। ਅਸੀਂ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਨ ਤੋਂ ਝਿਜਕੀਏ ਨਾ, ਅਸੀਂ ਇਸ ਚੀਜ਼ ਤੋਂ ਇਸ ਨੂੰ ਸ਼ਰਮ ਨਾ ਮਹਿਸੂਸ ਕਰੀਏ, ਤੇ ਇਹਦੇ ਨਾਲ ਅਸੀਂ ਦਰਵਾਜ਼ੇ ਖੋਲਦੇ ਹਾਂ, ਫਿਰ ਹੋਰ ਗੱਲਬਾਤ ਸ਼ੁਰੂ ਹੋ ਸਕਦੀ ਹੈ। ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੀ ਹਿਸਟਰੀ ਬਾਰੇ ਗੱਲ ਕਰਦੇ ਹਾਂ, ਜਿੰਨੀ ਅਵੇਅਰਨੈਸ ਸਾਡੇ ਅੰਦਰ ਪੈਦਾ ਹੁੰਦੀ ਹੈ, ਖਾਸ ਕਰਕੇ ਜਿਹੜੇ ਇੱਥੋਂ ਦੇ ਜੰਮੇ ਪਲੇ ਨੇ, ਜਿਹੜੀ ਇੱਥੋਂ ਦੀ ਪੀੜ੍ਹੀ ਹੈ, ਇਹਨਾਂ ਦੇ ਵਿੱਚ ਕਾਫੀ, ਭੈਣ ਜੀ ਨੇ ਹੁਣੇ ਗੱਲ ਕੀਤੀ ਸੀਗੀ ਆਪਣੀ ਕੌਨਫਲਿਕਟ ਦੀ, ਅੰਦਰੂਨੀ ਕੌਨਫਲਿਕਟ ਦੀ, ਇੱਥੋਂ ਦੇ ਜੰਮ ਪਲ ਦੇ ਵਿੱਚ ਇਹ ਬਹੁਤ ਆਮ ਚੀਜ਼ ਹੈ ਇੱਕ ਕੌਨਫਲਿਕਟ, ਕਿ ਮੈਂ ਕੌਣ ਆ, ਮੈਂ ਕਿੱਥੇ ਬਿਲੋਂਗ ਕਰਦੀ ਹਾਂ, ਮੈਂ ਪੰਜਾਬ ਦੀ ਹਾਂ ਕਿ ਮੈਂ ਇੰਗਲੈਂਡ ਦੀ ਹਾਂ। ਇਹ ਹਰ ਇੱਕ ਦੇ ਵਿੱਚ, ਹਰ ਇੱਕ ਇਨਸਾਨ ਦੇ ਵਿੱਚ ਇਹ ਸਵਾਲ ਪੈਦਾ ਉੱਠਦਾ ਹੈ। ਜਦੋਂ ਅਸੀਂ ਆਪਣੀ ਹਿਸਟਰੀ ਨੂੰ ਪੂਰੀ ਤਰ੍ਹਾਂ ਜਾਣ ਜਾਈਦਾ, ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣ ਜਾਂਦੇ ਹਾਂ, ਉਦੋਂ ਅਸੀਂ ਪੂਰੀ ਤਰ੍ਹਾਂ ਇੰਪਾਵਰ ਹੋ ਜਾਂਦੇ ਹਾਂ। ਅਸੀਂ ਕਿਵੇਂ ਮਾਣ ਕਰੀਏ ਆਪਣੇ ਤੋਂ ਜਿਹੜੇ ਪਿੱਛੇ ਆਏ ਨੇ, ਜੇ ਸਾਨੂੰ ਉਹਨਾਂ ਬਾਰੇ ਪਤਾ ਹੀ ਨੀਗਾ, ਤੇ ਇੱਕ ਹੋਰ, ਅਸੀਂ ਜਿਹੜੇ ਜਾਣਦੇ ਉਹ ਮਾਣ ਕਰਦੇ ਵੀ ਨੇ। ਅਸੀਂ ਆਪਣੇ ਬਹੁਤ ਗੱਲਾਂ ਕੀਤੀਆਂ ਨੇ ਪੰਜਾਬ ਬਾਰੇ ਤੇ ਆਪਣੇ ਪੰਜਾਬੀ ਸ਼ਹੀਦਾਂ ਬਾਰੇ ਵੀ, ਤੇ ਸਾਨੂੰ ਉਹਨਾਂ ਤੇ ਕਿੰਨਾ ਮਾਣ ਹੈ। ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਕੱਲ ਨੂੰ ਅਸੀਂ ਵੀ ਕਿਸੇ ਦੇ ਐਨਸੈਸਟਰਸ ਬਣਨਾ ਹੈ। ਵੀਰ ਜੀ ਨੇ ਕਿਹਾ ਸੀਗਾ, ਅਗਰ ਮੈਂ ਜਿਉਂਦਾ ਰਹਾ ਤਾਂ ਜ਼ਰੂਰ ਕਰਾਂਗਾ। ਅਸੀਂ ਇਹ ਸਾਰਿਆਂ ਤੇ ਆਉਣੀ ਹੈ, ਇਹ ਚੀਜ਼ ਮੌਤ ਤਾਂ ਸਾਰਿਆਂ ਤੇ ਆਉਣੀ ਹੈ, ਤੇ ਸਾਡੇ ਤੋਂ ਬਾਅਦ ਅਸੀਂ ਕੀ ਗਾਹਾਂ ਵਾਲੀ ਪੀੜ੍ਹੀ ਲਈ ਛੱਡ ਕੇ ਜਾ ਰਹੇ ਹਾਂ ਕਿ ਉਹ ਸਾਡੇ ਤੇ ਵੀ ਮਾਣ ਕਰਨ। ਇਹ ਇੱਕ ਪੰਜਾਬੀਆਂ ਨੂੰ ਮਾਣ ਹੈ ਆਪਣੇ ਇਤਿਹਾਸ ਤੇ, ਆਪਣੇ ਸ਼ਹੀਦਾਂ ਤੇ, ਪਰ ਅਸੀਂ ਇਹ ਉਹਨਾਂ ਦੇ ਨਾਲ ਹੀ ਖਤਮ ਹੋ ਜਾਣਾ ਹੈ ਕਿ ਅਸੀਂ ਵੀ ਕੁਛ ਗਾਹਾਂ ਵਾਲੀ ਪੀੜ੍ਹੀ ਲਈ ਛੱਡ ਕੇ ਜਾ ਰਹੇ ਹਾਂ। ਇਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਣੇ ਘਰਾਂ ਦੇ ਵਿੱਚ ਅਸੀਂ ਪੰਜਾਬੀ ਬੋਲਣੀ ਸ਼ੁਰੂ ਕਰੀਏ, ਤੇ ਇਹ ਜੋ ਸਾਡਾ ਇਤਿਹਾਸ ਹੈ ਉਹਨੂੰ ਬਿਲਕੁਲ ਨੋਰਮਲਾਈਜ਼ ਕੀਤਾ ਜਾਏ। ਹਰਮੀਤ ਸਿੰਘ ਭਕਨਾ ਜੀ, ਇੱਕ ਤਾਂ ਤੁਸੀਂ ਜਿਹੜਾ ਇੰਨੇ ਲੰਬੇ ਸਮੇਂ ਤੋਂ ਮਤਲਬ ਪੰਜਾਬੀ ਲਈ ਕੰਮ ਕਰ ਰਹੇ ਹੋ, ਜਿੱਥੇ ਵੀ ਪੰਜਾਬੀ ਲੈਂਗੁਏਜ ਪ੍ਰਤੀ ਕੋਈ ਵੀ, ਚਾਹੇ ਉਹ ਜਨਗਣਨਾ ਦਾ ਮਸਲਾ ਹੋਵੇ, ਚਾਹੇ ਉਹ ਕਿਸੇ ਸਕੂਲ ਚ ਪੰਜਾਬੀ ਲਾਗੂ ਕਰਾਉਣ ਦਾ ਮਸਲਾ ਹੋਵੇ, ਚਾਹੇ ਉਹ ਵੰਡ ਦਾ ਮਸਲਾ, ਉੱਥੇ ਬੜਾ ਵੱਧ ਚੜ ਕੇ ਕੰਮ ਕਰਦੇ ਆ, ਤੁਹਾਨੂੰ ਕਿਹੜੀ ਚੀਜ਼ ਇੰਸਪਾਇਰ ਕਰਦੀ? ਮੇਰਾ, ਮੈਂ ਤਾਂ ਇਹ ਕਹਿ ਸਕਦਾ, ਮੇਰੇ
ਪਿੰਡ ਤੋਂ ਬਾਬਾ ਸੋਹਣ ਸਿੰਘ ਜੀ ਭਗਰਾਂ ਦੇ ਪਿੰਡ ਤੋਂ ਆ ਮੈਂ ਤੇ ਉਹ ਉਹਨਾਂ ਨੇ ਜਿਹੜਾ ਸਕੂਲ ਬਣਾਇਆ ਸੀ ਮੈਂ ਉੱਥੇ ਪੜਿਆ ਵਾਂ ਤੇ ਉਹ ਸਕੂਲ ਦੇ ਗੇਟ ਦੇ ਸਾਹਮਣੇ ਉਹਨਾਂ ਦੀ ਸਮਾਧ ਆ ਤੇ ਉੱਥੇ ਉਹਨਾਂ ਨੇ ਜਿਹੜੇ ਜੀਵਨ ਸੰਗਰਾਮ ਕਿਤਾਬ ਵੀ ਲਿਖੀ ਆ ਉਹਦੇ ਉਹਨਾਂ ਨੇ ਕੁਛ ਜਿਹੜੇ ਵਾਕ ਆ ਜਿਹੜੇ ਉੱਥੇ ਲਿਖੇ ਆ ਬੜੇ ਪਿਆਰੇ ਤੇ ਉਹ ਸਾਰੇ ਬੱਚੇ ਪੜ੍ਹਦੇ ਆ ਆਉਂਦੇ ਜਾਂਦੇ ਆ ਤੇ ਉਹ ਸਾਰਾ ਇੰਸਪਾਇਰ ਕਰਦਾ ਰਿਹਾ ਲੇਕਿਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਉਹ ਇੱਕ ਟ੍ਰਿਗਰ ਪੁਆਇੰਟ ਸੀਗਾ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ 1947 ਦੀ ਤੇ 1947 ਦਾ ਜਿਹੜਾ ਐਕਟ ਆ ਨਾ ਜੀ ਉਹ 75 ਸਾਲ ਪਹਿਲਾਂ ਇੱਥੇ ਹੀ ਪਾਰਲੀਮੈਂਟ ਚ ਪਾਸ ਹੋਇਆ ਸੀਗਾ 5 ਜੁਲਾਈ 1947 ਨੂੰ ਤੇ ਉਹ ਉਹਨੂੰ ਜਿਹੜਾ ਵਾ ਉਹ 15 ਅਗਸਤ ਨੂੰ ਰਾਤ ਨੂੰ ਲਾਗੂ ਕੀਤਾ ਗਿਆ ਸੀਗਾ ਇੰਡੀਆ ਦੇ ਵਿੱਚ ਇੰਡੀਆ ਦਾ ਟਾਈਮ ਪਾਕਿਸਤਾਨ ਦਾ ਟਾਈਮ ਤੇ ਆਪਾਂ ਜਦੋਂ ਇੱਥੇ 8 ਤੋਂ 9 ਕਰ ਰਹੇ ਹਾਂ 8 ਵਜੇ ਜਿਹੜੇ ਇੱਥੇ ਦੇ 8 ਹੋਣੇ ਆ ਉੱਥੇ ਪਾਕਿਸਤਾਨ 12 ਵਜੇ ਹੋਣੇ ਆ ਤੇ ਆਪਾਂ ਉਸੇ ਟਾਈਮ ਤੇ ਇੱਥੇ ਵਿਜਲ ਕਰ ਰਹੇ ਹਾਂ ਕੈਂਡਲ ਲਾਈਟ ਵਿਜਲ ਉੱਥੇ ਵੀ ਸਤਰਾਮ ਸਿੰਘ ਮਾਨਕ ਹੋਣੀ ਜਿਹੜੇ ਉਹ ਬੜੇ ਚਿਰ ਤੋਂ ਉਹ ਵੀ ਉਸੇ ਟਾਈਮ ਤੇ ਕਰਦੇ ਆ ਰਹੇ ਆ ਮਤਲਬ ਆਪਾਂ ਇੰਸਪਾਇਰ ਜਿਹੜੇ ਆ ਉਹ ਆਲੇ ਦੁਆਲੇ ਤੋਂ ਵੀ ਹੁੰਦੇ ਰਹਿੰਦੇ ਆ ਲੇਕਿਨ ਇੱਕ ਬੇਸਿਕ ਚੀਜ਼ ਜਿਹੜੀ ਹੁੰਦੀ ਜਦੋਂ ਬਚਪਨ ਦੇ ਵਿੱਚ ਜਿਹੜੀ ਤੁਹਾਨੂੰ ਇੰਸਪਾਇਰ ਕਰਦੀ ਆ ਉਹ ਮੈਨੂੰ ਤੇ ਬਾਬਾ ਸੋਹਣ ਸਿੰਘ ਭਕਰੇ ਹੋਣਾ ਦੀ ਸ਼ਖਸੀਅਤ ਨੇ ਇੰਸਪਾਇਰ ਕੀਤਾ ਸੀਗਾ ਉਸ ਤੋਂ ਬਾਅਦ 84 ਤੋਂ ਜਿਹੜਾ ਸੀਗਾ ਦਰਬਾਰ ਸਾਹਿਬ ਤੇ ਅਟੈਕ ਉਹ ਟ੍ਰਿਗਰ ਪੁਆਇੰਟ ਹੋ ਗਿਆ ਫਿਰ ਆਲੇ ਦੁਆਲੇ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਆ ਉਹ ਵੀ ਇੰਸਪਾਇਰ ਕਰਦੇ ਰਹਿੰਦੇ ਆ ਤੇ ਆਪਾਂ ਸਿੱਖਦੇ ਰਹਿੰਦੇ ਮੈਂ ਤਾਂ ਹੁਣ ਵੀ ਸਿੱਖ ਰਿਹਾ ਜੀ ਸੋ ਪੰਜਾਬੀਆਂ ਲਈ 47 ਜਿਹਦਾ ਆਪਾਂ ਡਿਸਕਸ ਕੀਤਾ ਕਿ ਬੜਾ ਇੰਪੋਰਟੈਂਟ ਹੈ ਔਰ 47 ਜਿਹੜਾ ਹੈਗਾ ਸਾਨੂੰ ਮਤਲਬ ਭਾਵੇਂ ਕਿ ਅਸੀਂ ਉਸ ਤੋਂ ਬਾਅਦ ਚ ਜੰਮੇ ਆ ਸਾਡੀ ਉਸ ਤੋਂ ਬਾਅਦ ਦੀ ਬਰਥ ਆ ਜਿਹੜੀਆਂ ਇਹਨਾਂ ਦੀਆਂ ਯਾਦਾਂ ਨੇ 47 ਦੀਆਂ ਜਿੱਦਾਂ ਅਸੀਂ ਸਤਨਾਮ ਸਿੰਘ ਮਾਨਕ ਹੋਣਾ ਨਾਲ ਗੱਲਬਾਤ ਕੀਤੀ ਕਿ ਉਹ ਇੱਕ ਮਿਊਜ਼ੀਅਮ ਸ਼੍ਰੋਮਣੀ ਕਮੇਟੀ ਨੇ ਬਣਾਇਆ ਅੰਮ੍ਰਿਤਸਰ ਜਿੱਥੇ ਥੋੜਾ ਬਹੁਤ ਹੈ ਕਿ ਅਸੀਂ ਕੁਛ ਇਸ ਤਰ੍ਹਾਂ ਦਾ ਵੀ ਕਰ ਰਹੇ ਹਾਂ ਕਿ ਇਹਨਾਂ ਯਾਦਾਂ ਨੂੰ ਸੰਭਾਲਿਆ ਜਾਵੇ ਜਿੱਦਾਂ ਕਿ ਲਹਿੰਦੇ ਪੰਜਾਬ ਦੇ ਵਿੱਚ ਨਸੀਰ ਢਿੱਲੋਂ ਹੋਣੀ ਕਾਫੀ ਜਿੱਦਾਂ ਲੋਕਾਂ ਨੂੰ ਲੱਭ ਲੱਭ ਕੇ ਉਹਨਾਂ ਦੀਆਂ ਜਿਹੜੇ ਪੰਜਾਬ ਹਾਲੇ ਜਿਉਂਦੇ ਬਜ਼ੁਰਗ ਨੇ ਉਹਨਾਂ ਦੀ ਲੱਭ ਲੱਭ ਕੇ ਰਿਕਾਰਡ ਕਰਕੇ ਯੂਟਿਊਬ ਤੇ ਪਾ ਰਹੇ ਨੇ ਕੋਈ ਇਸ ਤਰ੍ਹਾਂ ਦਾ ਕੋਈ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਵੀ ਕਰਨਾ ਨਹੀਂ ਚਾਹੀਦਾ ਕਿ ਜਿਹੜੀਆਂ ਉਸ ਸਮੇਂ ਦੀਆਂ ਯਾਦਾਂ ਸੰਭਾਲੀਆਂ ਜਾਣ ਬਿਲਕੁਲ ਠੀਕ ਹੈ ਲੇਕਿਨ ਅੱਜ ਕੱਲ ਜਿਹੜੇ ਆਪਣੇ ਫਿਜ਼ੀਕਲ ਮਿਊਜ਼ੀਅਮ ਜਿਹੜੇ ਸੀਗੇ ਉਹ ਅੱਜ ਕੱਲ ਡਿਜੀਟਲ ਮਿਊਜ਼ੀਅਮ ਬਣਦੇ ਜਾ ਰਹੇ ਆ ਤੇ ਡਿਜੀਟਲੀ ਜਿਹੜਾ ਜਿਸ ਤਰ੍ਹਾਂ ਦੇਸੀ ਰੇਡੀਓ ਆ ਇਹ ਇਹ ਜਿਹੜੇ ਪ੍ਰੋਗਰਾਮ ਆਪਣੇ ਕਰਦਾ ਵਾ ਇਹਨਾਂ ਨੂੰ ਸੰਭਾਲ ਕੇ ਰੱਖ ਲੈਂਦਾ ਵਾ ਇਹ ਵੀ ਇੱਕ ਡਿਜੀਟਲ ਲਾਇਬ੍ਰੇਰੀ ਹੋ ਗਈ ਨਾ ਜੀ ਤੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜੀਟਲ ਲਾਇਬ੍ਰੇਰੀਆਂ ਹਰ ਟੀਵੀ ਪੰਜਾਬੀ ਚੈਨਲ ਹਰ ਰੇਡੀਓ ਚੈਨਲ ਉਹਨਾਂ ਦੇ ਕੋਲ ਬਣਦੀਆਂ ਜਾ ਰਹੀਆਂ ਆਟੋਮੈਟਿਕ ਬਣਦੇ ਜਾ ਰਹੀਆਂ ਯੂਟਿਊਬ ਚੈਨਲ ਜਿਹੜੇ ਲੋਕੀ ਚਲਾ ਰਹੇ ਕਿਉਂਕਿ ਆਪਣੇ ਕੋਲ ਸੋਰਸਿਸ ਤੇ ਹੁੰਦੇ ਕਿਆ ਕੋਈ ਆਪਣੀ ਨਾ ਸਰਕਾਰ ਆ ਨਾ ਆਪਣਾ ਕੋਈ ਦੇਸ਼ ਆ ਤੇ ਆਪਾਂ ਪੰਜਾਬੀ ਆਪਣੇ ਤੌਰ ਤੇ ਸਾਰੇ ਲੱਗੇ ਆ ਹੁਣ ਆਪਣੇ ਤੌਰ ਤੇ ਇਹ ਸਾਰੇ ਜਿਹੜੇ ਉਹ ਅੱਗੇ ਵੱਧਦੇ ਜਾ ਰਹੇ ਆ ਲੇਕਿਨ ਆਪਣੇ ਕੋਲ ਆਪਾਂ ਨੂੰ ਕੋਈ ਏਡ ਨਹੀਂ ਹੈਗੀ ਨਾ ਯੂਕੇ ਦੇ ਵਿੱਚ ਕੋਈ ਏਡ ਆ ਪੰਜਾਬੀ ਲੈਂਗੁਏਜ ਕੈਂਪੇਨ ਆਪਾਂ ਚਲਾਈ ਆ ਯੂਕੇ ਸਰਕਾਰ ਵੱਲੋਂ ਕੋਈ ਏਡ ਨਹੀਂ ਦਿੱਤੀ ਗਈ ਵੀ ਇਹ ਬੰਦੇ ਜਿਹੜੇ ਆ ਚਲਾ ਰਹੇ ਆ ਤੇ ਅਸੀਂ ਇਹਨਾਂ ਦਾ ਜਿਹੜਾ ਵਾ ਆਹ ਜਿਹੜਾ ਘਰ ਫੂਕ ਕੇ ਤਮਾਸ਼ਾ ਇਸ ਪ੍ਰੋਜੈਕਟ ਵਾ ਸਾਰੇ ਘਰ ਫੂਕ ਕੇ ਦੇਸੀ ਰੇਡੀਓ ਦੀ ਗੱਲ ਕਰ ਲਓ ਤੁਸੀਂ ਦੇਸੀ ਰੇਡੀਓ ਜਦੋਂ ਸ਼ੁਰੂ ਹੋਇਆ ਸੀਗਾ ਅਮਰ ਭਾਜੀ ਹੁਣੀ ਇੱਥੇ ਆਏ ਸੀਗੇ ਉਹ ਇੱਥੇ ਰਹਿੰਦੇ ਰਹੇ ਇੱਥੇ ਸੁਣਦੇ ਰਹੇ ਇੱਥੇ ਕੰਮ ਕਰਦੇ ਰਹੇ ਸਾਰੇ ਜੀਵਨ ਲਾ ਦਿੱਤਾ ਨਾ ਇੱਕ ਸੈਕਰੀਫਾਈਸ ਕਰਨਾ ਪੈਂਦਾ ਇੱਕ ਇੱਕ ਸੰਸਥਾ ਨੂੰ ਜਿਹੜਾ ਵਾ ਉਹ ਖੜਾ ਕਰਨ ਵਾਸਤੇ ਸੈਕਰੀਫਾਈਸ ਪੂਰਾ ਕਰਨਾ ਪੈਂਦਾ ਵਾ ਫੇਰ ਜਾ ਕੇ ਉਹ ਸੰਸਥਾ ਖੜੀ ਹੁੰਦੀ ਇਸੇ ਤਰ੍ਹਾਂ ਹੁਣ ਜੇ ਮੈਂ ਹੁਣ ਬਰਮਿੰਗਮ ਤੋਂ ਆਇਆ ਵਾ ਕੰਮ ਵੀ ਛੱਡਿਆ ਵਾ ਉਸ ਤੋਂ ਬਾਅਦ ਫਿਰ ਆ ਕੇ ਇੱਥੇ ਸਪੌਂਸਰ ਵੀ ਕੀਤਾ ਪੈਸੇ ਸਪੌਂਸਰ ਵੀ ਕੀਤਾ ਮਤਲਬ ਫਿਰ ਹੁਣ ਆਹ ਪ੍ਰੋਗਰਾਮ ਵੀ ਦੋ ਲੀਕੇ ਆ ਉਹਨਾਂ ਪ੍ਰੋਗਰਾਮ ਦਾ ਕਿੰਨਾ ਕੰਮ ਆ ਹਨਾ ਤੇ ਇਹ ਘਰ ਫੂਕ ਤਮਾਸ਼ਾ ਦੇਖਣ ਲਈ ਆਪਾਂ ਆਪਣੇ ਪੰਜਾਬੀਆਂ ਦੇ ਜਿਹੜਾ ਵਾ ਉਹ DNA ਚ ਹੀ ਆ ਕਿ ਆਪਾਂ ਜੁਝਾਰੂ ਜਿਸ ਤਰ੍ਹਾਂ ਭੈਣ ਜੀ ਨੇ ਗੱਲ ਕਰ ਰਹੇ ਜੁਝਾਰੂ ਕੌਮ ਹੈ ਤੇ ਇਹ ਪੰਜਾਬ ਦੀ ਮਿੱਟੀ ਦਾ ਅਸਰ ਆ ਤੇ ਆਪਣੇ ਸਾਰਿਆਂ ਦੇ ਵਿੱਚ ਸਾਰਿਆਂ ਦੇ ਖੂਨ ਸ਼ਾਮਿਲ ਹੈ ਆਪਾਂ ਸਾਰੇ ਜਿਹੜੇ ਆਪਣੇ ਆਪਣੇ ਥਾਂ ਦੇ ਉੱਤੇ ਜਿਹੜਾ ਉਹ ਵਰਕ ਕਰ ਰਹੇ ਹਾਂ ਮਨਜੀਤ ਸਿੰਘ ਸ਼ਾਲਾਪੁਰੀ ਜਿੱਦਾਂ ਇਹਨਾਂ ਨੇ ਹਰਮੀਤ ਸਿੰਘ ਜੀ ਕਹਿੰਦੇ ਕਿ ਨਾ ਸਾਡੀ ਕੋਈ ਸਰਕਾਰ ਆ ਨਾ ਸਾਡਾ ਕੋਈ ਮੁਲਕ ਹੈ ਤੁਸੀਂ ਪੰਜਾਬ ਤੁਹਾਡੇ ਸੁਪਨਿਆਂ ਦਾ ਪੰਜਾਬ ਕਿੱਦਾਂ ਦਾ ਜੇ ਤੁਹਾਨੂੰ ਕਿ ਆਹ ਪੰਜਾਬ ਹੋਣਾ ਚਾਹੀਦਾ ਕੀ ਹੋਊਗਾ ਤੁਹਾਡੇ ਸੁਪਨਿਆਂ ਦਾ ਪੰਜਾਬ ਮੇਰੇ ਸੁਪਨਿਆਂ ਦਾ ਪੰਜਾਬ ਕਹਿ ਲਓ ਕਿ ਜਿੱਥੇ ਸਪੈਸ਼ਲੀ ਨਫ਼ਰਤ ਹੇਠ ਨਾ ਹੋਵੇ ਬਿਲਕੁਲ ਹੇਠ ਨਾ ਹੋਵੇ ਹੁਣ ਅਸੀਂ ਇੱਥੇ ਇੰਗਲੈਂਡ ਵਿੱਚ ਰਹਿ ਰਹੇ ਹਾਂ ਸਾਰੀਆਂ ਕਮਿਊਨਿਟੀਆਂ ਇੱਥੇ ਰਹਿ ਰਹੀਆਂ ਤੁਸੀਂ ਆਪਦੇ ਘਰ ਦੇ ਅੰਦਰ ਵੜ ਕੇ ਜੋ ਮਰਜ਼ੀ ਕਰਿਓ ਪਰ ਇਹ ਨਹੀਂ ਕਿ ਤੁਸੀਂ ਸਟੇਟਾਂ ਸਟੇਜਾਂ ਤੇ ਚੜ ਕੇ ਨਫ਼ਰਤ ਫੈਲਾਓਗੇ ਮੇਰੇ ਸੁਪਨਿਆਂ ਦਾ ਪੰਜਾਬ ਪੜ੍ਹਿਆ ਲਿਖਿਆ ਪੰਜਾਬ ਜਿੱਥੇ ਕਿ ਹਰ ਇੱਕ ਬੱਚਾ ਜਿਹੜਾ ਛੋਟੇ ਤੋਂ ਛੋਟਾ ਗਰੀਬ ਤੋਂ ਗਰੀਬ ਬੱਚਾ ਉਹਨੂੰ ਘੱਟੋ ਘੱਟ ਐਜੂਕੇਸ਼ਨ ਦਾ ਹੱਕ ਜਿਹੜਾ ਇੱਕ ਬਣਦਾ ਇੱਕ ਇਨਸਾਨੀਅਤ ਇੱਕ ਇਨਸਾਨ ਦਾ ਬੱਚਾ ਜੰਮਿਆ ਉਹਨੂੰ ਐਜੂਕੇਸ਼ਨ ਦਾ ਹੱਕ ਜਿਹੜਾ ਉਹ ਹੋਵੇ ਮੇਰੇ ਸੁਪਨਿਆਂ ਦਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਕਿ ਜਿੱਥੇ ਹਰ ਇੱਕ ਬੰਦਾ ਜਿਹੜਾ ਉਹਦੇ ਕੋਲ ਰੁਜ਼ਗਾਰ ਹੋਵੇ ਇੱਕ ਹਰ ਇੱਕ ਬੰਦੇ ਦੀ ਇਹ ਸੋਚ ਹੋਵੇ ਕਿ ਮੈਂ ਕੁਛ ਨਾ ਕੁਛ
अचीव करना है, कुछ ना कुछ क्रिएटिव करना अपनी लाइफ दे विच। मेरे सुपने दा पंजाब के जेड़ा हर एक बंदा जेड़ा के जिस तरह के कह लो कि सानू सिखाया भी गया कि जिन्ना किसी की हेल्प हो सकती है साडे धर्म दे विच भी आ कि जिन्नी असीं किसी की हेल्प कर सकते हैं वो करिए। मेरे सुपने दा पंजाब के कोई भी जेड़ा हैगा कि वह भुख ना मरे। मेरे सुपने दा पंजाब के हरेक दे सिर दे उत्ते छत होवे, जिहड़ियां एक बेसिक एक नीडां हैगियां वह घट्टो घट होण। मेरे सुपने दा पंजाब के दुनिया दे कोने कोने दे विच लोकी पंजाबियां नूं जानण, जिहड़ा साडा माण मत्ता इतिहास आ पिछले 550 साल दा, जदों दे बाबा नानक जी धरती ते आए ते उदों तों लैके जो महाराज रणजीत सिंह जी होए, कह लो कि पंजाब जिहड़ा अज दा भारत अनडिवाइडेड भारत कह लो जिहदे विच पाकिस्तान भी आ जांदा ते भारत भी आ जांदा, उसदा कह लो कि सुनहरी राज जिहड़ा सीगा उह महाराजा रणजीत सिंह दा जिहड़ा 50 सालां दा राज सी, जिहदे विच किसे नाल भी कोई किसे मजलूम ना किसे ना कोई धर्म दे आधार ते कोई धक्का नहीं होया, कोई बेईमानी नहीं हुई। जे मेरे सुपनिया दा पंजाब के उदां दा जिहड़ा हैगा पंजाब असी पढ़ लिख के साडी आउण वाली जनरेशन जिहड़ी हैगी आ उह पढ़ के एजुकेट हो के एक दूजे घट्टो घट यह समझ लैण के जिहड़ियां हुण तक सानू जिहड़ियां हैगियां के सियासती लोग जिहड़े हैगे आ जिहड़े हैगे आ के गौरमेंटां ट्रैप करके धर्म दे नां दे उत्ते जात दे नां दे उत्ते लड़ा खित्तियां दे नां दे उत्ते जिहड़ियां आपस विच वंडदियां आ रहियां, जिस तरह के हिमाचल बणिया किसे दी उह डिमांड नहीं सी, हरियाणा बनिया पंजाब दे चो किसी की डिमांड नहीं सी, जिहड़ा लहिंदा पंजाब भी बनिया वो किसी की डिमांड नहीं सी। एक तरह सानू वंडिया गया एक पंजाबियां दी जिहड़ी एक पावर सी उहनू खत्म करन दा करके एक लीक खिची गई। आजाद भारत होया 15 तरीक नू, 14 अगस्त नू बनिया पाकिस्तान, पर टुटे पंजाब दे होए, मरे सब नू वध जदों भारत गुलाम भी सी दा अंग्रेजां दा, उदों भी सब तो वध फांसियां जिहड़ियां उह पंजाबियां ने दित्तियां, उदों भी जिहड़ियां हैगियां सब तो वध जिहड़ियां सी कुर्बानियां उह पंजाबियां ने दित्तियां। सैकंड फर्स्ट वर्ल्ड वार विच सब नूं वध जिहड़ा सीगा उह ब्रिटिश वास्ते उह पंजाबी लड़े। सैकंड वर्ल्ड वार विच मेरे दादा जी ने आप जिहड़ी हैगी उह जंग लड़ी, उह उहनां दी खास खुशकिस्मती सी कि उह मरे नहीं, बट उहनां दे नाल जिहड़े कह लो कि साडे लागे लागे 5-6 पिंडां दे घट्टो घट 3500 बंदा जिहड़ा सीगा नौजवान 18-22 साल दे सी जिहड़े कि मेरे दादा जी नूं जाणदे सी उह मरे, तकरीबन 3500 साडे लागले पिंडां दा ਮਰਿਆ ਸੈਕਿੰਡ ਵਰਲਡ ਵਾਰ ਦੇ ਵਿੱਚ ਨਾ। ਸਭ ਨੂੰ ਵੱਧ ਮਰੇ ਜਿਹੜੇ ਪੰਜਾਬੀ, ਸਭ ਨੂੰ ਵੱਧ ਜਿਹੜਾ ਦੁੱਖ ਉਹ ਝੱਲਿਆ ਉਹ ਪੰਜਾਬੀਆਂ ਨੇ, ਸਭ ਨੂੰ ਵੱਧ ਖਾਂ ਤੇ ਜਿਹੜਾ ਪੰਜਾਬ ਦੀ ਇੱਕ ਦੇ ਉੱਤੇ ਜਿਹੜਾ ਸੰਥਾਲੀ ਦੇ ਵਿੱਚ ਵਰਤਿਆ ਗਿਆ। ਸੋ ਜਿਸ ਤਰ੍ਹਾਂ ਸਾਡੇ ਹੁਣ ਭਰਾ ਜਿਹੜੇ ਹੈਗੇ ਉਹ ਉਪਰਾਲਾ ਕਰ ਰਹੇ ਕਿ ਘੱਟੋ ਘੱਟ ਜਿਹੜੇ ਸਾਡੇ ਉਸ ਦੇ 47 ਦੇ ਵਿੱਚ 10 ਲੱਖ ਤੋਂ ਵੱਧ ਪੰਜਾਬੀ ਜਿਹੜੇ ਮਰੇ ਉਹਨਾਂ ਨੂੰ ਘੱਟੋ ਘੱਟ ਸ਼ਰਧਾਂਜਲੀ ਤੇ ਬਣਦੀ ਉਹਨਾਂ ਦਾ ਹੱਕ ਹੈਗਾ ਕਿ ਅਸੀਂ ਉਹਨਾਂ ਨੂੰ ਨਮਨ ਕਰੀਏ, ਉਹਨਾਂ ਨੂੰ ਯਾਦ ਕਰੀਏ ਜਿਹੜੇ ਸਾਡੇ ਪੁਰਖੇ ਸੀ ਬੇਗੁਨਾਹ ਜਿਹੜੇ ਮਾਰੇ ਗਏ। ਤੇ ਜਿਸ ਤਰ੍ਹਾਂ ਕਿ ਹੁਣ ਪਾਰਲੀਮੈਂਟ ਦੇ ਬਾਹਰ ਬ੍ਰਿਟਿਸ਼ ਪਾਰਲੀਮੈਂਟ ਦੇ ਬਾਹਰ ਕੈਂਡਲ ਮਾਰਚ ਜਿਹੜਾ ਰੱਖਿਆ ਗਿਆ ਹੈ 14 ਅਗਸਤ ਨੂੰ ਰਾਤ 8 ਵਜੇ ਤੋਂ ਲੈ ਕੇ 9 ਵਜੇ ਤੱਕ, ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਪੰਜਾਬੀ ਹੈਗੇ ਆ ਘੱਟੋ ਇੰਗਲੈਂਡ ਦੇ ਵਿੱਚ ਵੱਸਦੇ ਹਰ ਇੱਕ ਪੰਜਾਬੀ, ਭਾਵੇਂ ਉਹ ਲਹਿੰਦੇ ਪੰਜਾਬ ਦਾ ਪੰਜਾਬੀ ਹੈਗਾ ਚੜ੍ਹਦੇ ਪੰਜਾਬ ਦਾ ਪੰਜਾਬੀ ਹੈਗਾ, ਉਹ ਪੰਜਾਬੀ ਸਮਝ ਕੇ ਆਪਣੇ ਆਪ ਨੂੰ ਉਹ ਆਪਦਾ ਉੱਥੇ ਹੈਗਾ ਕਿ ਸਾਡੇ ਜਿਹੜੇ ਸੀ ਬਜ਼ੁਰਗ ਜਿਹੜੇ ਸੀ ਜਿਹਨਾਂ ਨੇ ਸ਼ਹਾਦਤ ਦਿੱਤੀ ਜਾਂ ਜਿਹਨਾਂ ਨੇ ਕਹਿ ਲਓ ਕਿ ਬਣੀਆਂ ਬਣਾਈਆਂ ਜਾਇਦਾਦਾਂ ਛੱਡ ਕੇ ਨੰਗੇ ਧੜ ਜਿਹੜਾ ਸੀ ਉਹਨਾਂ ਨੂੰ ਪਲਾਇਨ ਕਰਨਾ ਪਿਆ ਉਹਨਾਂ ਦੀ ਸ਼ਹਾਦਤ ਦੇਣ ਵਾਸਤੇ ਉੱਥੇ ਪਹੁੰਚਣ। ਬੜੀ ਮਿਹਰਬਾਨੀ, ਧੰਨਵਾਦ ਜੀ। ਕੁਲਜੀਤ ਜੀ, ਜਦੋਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕੰਫਲਿਕਟ ਦੀ, ਸੈਂਸ ਆਫ ਬਿਲੋਂਗਿੰਗ ਦੀ, ਤੁਸੀਂ ਆਪਣੇ ਆਪ ਨੂੰ ਕਿੱਦਾਂ ਆਈਡੈਂਟੀਫਾਈ ਕਰਦੇ ਹੋ ਕਿ ਤੁਸੀਂ ਕੌਣ ਹੋ? ਪੰਜਾਬੀ ਫਸਟ ਹਮੇਸ਼ਾ, ਪਰ ਇੱਥੋਂ ਦੀ ਜੰਮਪਲ ਹੋ ਕੇ ਮੇਰੇ ਅੰਦਰ ਵੀ ਕਾਫੀ ਕੰਫਲਿਕਟ ਰਿਹਾ। ਤੇ ਜਿਵੇਂ ਮੈਂ ਗੱਲ ਕੀਤੀ ਹੈ ਇੰਪਾਵਰਮੈਂਟ ਦੀ, ਅਸੀਂ ਪੂਰੀ ਤਰ੍ਹਾਂ ਇੰਪਾਵਰ ਹੋ ਹੀ ਨਹੀਂ ਸਕਦੇ ਜਦੋਂ ਤੱਕ ਸਾਨੂੰ ਇਤਿਹਾਸ ਦਾ ਪਤਾ ਨਹੀਂ ਚੱਲਦਾ। ਜਿਵੇਂ ਜਿਵੇਂ ਮੈਨੂੰ ਪਤਾ ਚੱਲਦਾ ਰਿਹਾ ਤਿਵੇਂ ਤਿਵੇਂ ਮੈਨੂੰ ਪੰਜਾਬੀਅਤ ਤੇ ਪੰਜਾਬੀ ਹੋਣ ਤੇ ਮਾਣ ਹੁੰਦਾ ਰਿਹਾ, ਔਰ ਤਿਵੇਂ ਤਿਵੇਂ ਮੈਂ ਹੋਰ ਇੰਪਾਵਰਡ ਹੁੰਦੀ ਗਈ ਹਰ ਪੱਖੋਂ। ਹਰਮੀਤ ਸਿੰਘ ਭਕਨਾ ਜੀ, ਇੱਕ ਵਾਰੀ ਤੁਸੀਂ ਜਿਹੜਾ ਸਾਰਾ ਇਹ ਪ੍ਰੋਗਰਾਮ ਆ ਉਹ ਚੰਗੀ ਤਰ੍ਹਾਂ ਉਹਦੀ ਤਫਸੀਲ ਦੱਸ ਦਿਓ ਸਾਡੇ ਲਿਸਨਰਸ ਨੂੰ, ਤਾਂ ਕਿ ਜੇ ਕਿਸੇ ਨੇ ਉੱਥੇ ਪਹੁੰਚਣਾ ਜਾਂ ਜਿਹੜਾ ਪਾਰਲੀਮੈਂਟ ਵਾਲਾ ਪ੍ਰੋਗਰਾਮ ਆ ਕੀ ਉਹ ਇਨਵੀਟੇਸ਼ਨ ਓਨਲੀ ਆ ਜਾਂ ਇਨਵੀਟੇਸ਼ਨ ਓਨਲੀ ਆ ਤਾਂ ਕਿੱਦਾਂ ਇਨਵੀਟੇਸ਼ਨ ਉਹਦਾ ਕੀ ਇਹ ਸਾਰਾ ਕਿਸ ਤਰ੍ਹਾਂ? ਜੀ, ਜਿਹੜਾ 12 ਸਤੰਬਰ ਦਾ ਪ੍ਰੋਗਰਾਮ ਹੈ ਉਹ ਇਨਵੀਟੇਸ਼ਨ ਬੇਸਡ ਆ ਕਿਉਂਕਿ ਪਾਰਲੀਮੈਂਟ ਦੇ ਅੰਦਰ ਹੋਣਾ ਵਾ ਜੀ, ਤੇ ਉਹਦੇ ਤੇ ਲਿਮਿਟਡ ਜੇ 50 ਜਿਹੜੇ ਸਰੀਰ ਹੀ ਜਾ ਸਕਣੇ ਆ, ਤੇ ਉਹਦੇ ਵਿੱਚ 10 ਤੋਂ ਜ਼ਿਆਦਾ ਤੇ MP ਹੋਣੇ ਆ, 4-5 ਲਾਰਡ ਹੋਣੇ ਆ,
ਇਸ ਕਰਕੇ ਉੱਥੇ ਤੇ ਲਿਮਿਟਡ ਸੀਟਾਂ। ਲੇਕਿਨ ਆਹ ਜਿਹੜਾ ਆਪਾਂ 14 ਤਰੀਕ ਨੂੰ ਸ਼ਾਮ ਨੂੰ 8 ਤੋਂ 9 ਵਜੇ ਤੱਕ ਜਿਹੜਾ ਕੈਂਡਲ ਲਾਈਟ ਵਿਜਿਟ ਕਰ ਰਹੇ ਤੇ ਜਿੰਨੇ ਮਰਜ਼ੀ ਸੰਗਤਾਂ ਆ ਸਕਦੀਆਂ ਵਾ, ਤੇ ਉੱਥੇ ਆਪਾਂ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਵਾ ਤੇ ਜਿਹੜਾ ਕਿੰਗ ਜਾਰਜ 5th ਆ ਬਹੁਤੇ ਆਪਾਂ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਆਪਾਂ ਤੇ ਉਹਦੇ ਲਾਗੇ ਹੀ ਮੋਮਬੱਤੀਆਂ ਜਗਾਉਣੀਆਂ। ਆਪਣੇ ਆਮ ਤੌਰ ਤੇ ਇਹ ਹੋ ਜਾਂਦਾ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਉਸ ਦਾ ਬੜਾ ਖਿਆਲ ਰੱਖਣਾ ਪੈਂਦਾ ਕਿਉਂਕਿ ਇੱਥੇ ਬੜਾ ਸਖਤ ਕਾਨੂੰਨ ਬਣਾਇਆ ਹੋਣਾ ਰੀਸੈਂਟਲੀ ਇਹਨਾਂ ਨੇ। ਹਾਂਜੀ, ਇਹੋ ਜਿਹੀ ਕੋਈ ਗੱਲ ਨਹੀਂ, ਸਿਰਫ ਮੋਮਬੱਤੀਆਂ ਪਹਿਲੀ ਵਾਰੀ ਜਗਾ ਕੇ ਆਪਾਂ ਠੀਕ ਉਸੇ ਤਰ੍ਹਾਂ ਉਹਨਾਂ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣੀ ਜਿੱਦਾਂ ਅਟਾਰੀ ਵਾਹਗਾ ਬਾਰਡਰ ਤੇ ਆਪਣੇ ਲੰਮੇ ਸਮੇਂ ਤੋਂ ਕੁਲਦੀਪ ਨਈਅਰ ਹੋਣਾ ਨੇ ਸ਼ੁਰੂ ਕੀਤਾ ਸੀਗਾ। ਬਸ ਉਹ ਉਸੇ ਤਰ੍ਹਾਂ ਹੀ ਆਪਾਂ ਇੱਥੇ ਸਿਰਫ ਸ਼ਰਧਾਂਜਲੀ ਦੇਣੀ ਆ ਤੇ ਇਹ ਆਪਾਂ ਐਰਕੀ ਪਹਿਲੀ ਵਾਰੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹੀ ਉਹ ਕਾਨੂੰਨ ਜਿਹੜਾ 47 ਦੇ ਵਿੱਚ ਪਾਸ ਕੀਤਾ ਗਿਆ ਸੀ ਪੰਜਾਬ ਨੂੰ ਵੰਡਣ ਦਾ, ਇਸ ਕਰਕੇ ਆਪਾਂ ਬ੍ਰਿਟਿਸ਼ ਪਾਰਲੀਮੈਂਟ ਦੇ ਬਾਹਰ ਜਿਹੜਾ ਵਾ ਉਹ ਕੈਂਡਲ ਲਾਈਟ ਵਿਜਲ ਰੱਖਿਆ ਵਾ ਤੇ ਇਹ ਜਿਹੜੇ ਜਲਿਆਂ ਵਾਲੇ ਬਾਗ ਚ ਮਾਰੇ ਗਏ ਸੀਗੇ ਉਹ ਵੀ ਬ੍ਰਿਟਿਸ਼ ਪੰਜਾਬੀ ਸੀਗੇ ਜਿੱਦਾਂ ਭੈਣ ਜੀ ਹੋਣਾ ਨੇ ਗੱਲ ਕੀਤੀ ਆ। ਜਿਹੜੇ ਬਜਬਜ ਘਾਟ ਵਾਲੇ ਆ ਸ਼ਹੀਦ ਉਹ ਵੀ ਬ੍ਰਿਟਿਸ਼ ਪੰਜਾਬੀ ਆ, ਜਿਹੜੇ 1947 ਵਾਲੇ ਬ੍ਰਿਟਿਸ਼ ਪੰਜਾਬੀ ਆ ਤੇ ਜਿਹੜੇ ਗੁਰੂ ਕੇ ਬਾਗ ਜਾਂ ਜਿੰਨੇ ਵੀ ਮੋਰਚੇ ਲੱਗੇ ਆ ਉਹਨਾਂ ਚ ਸ਼ਹੀਦ ਹੋਏ ਜੈਤੋਂ ਦਾ ਮੋਰਚਾ ਸਾਰੇ ਬ੍ਰਿਟਿਸ਼ ਪੰਜਾਬੀ ਸੀਗੇ। ਹੁਣ ਵੀ ਆਪਾਂ ਜਿਹੜੇ ਇੱਥੇ ਬ੍ਰਿਟਿਸ਼ ਪੰਜਾਬੀ ਜਿਹੜੇ ਆ ਉਹ ਬ੍ਰਿਟਿਸ਼ ਗੌਰਮੈਂਟ ਤੋਂ ਇਹ ਮੰਗ ਕਰ ਰਹੇ ਆ ਕਿ ਅਪੋਲੋਜੀ ਜਿਹੜੀ ਆ ਉਹ ਇਹਨਾਂ ਬ੍ਰਿਟਿਸ਼ ਪੰਜਾਬੀਆਂ ਦੀ ਜਿਹੜੀ ਆ ਉਹ ਕੀਤੀ ਜਾਵੇ। ਵੈਸੇ ਇਹ ਬ੍ਰਿਟਿਸ਼ ਗੌਰਮੈਂਟ ਜਿਹੜੀ ਆ ਇਸ ਵੇਲੇ ਜਿਹੜੀ ਆ ਪੰਜਾਬੀਆਂ ਦੇ ਹੱਕ ਚ ਬਹੁਤ ਜ਼ਿਆਦਾ ਫੈਸਲੇ ਲੈ ਰਹੀ ਹੈ, ਜਗ੍ਹਾ ਜਗ੍ਹਾ ਜਿਹੜੇ ਬੁੱਤ ਲੱਗ ਰਹੇ ਨੇ ਵਰਲਡ ਵਾਰ 1 ਵਰਲਡ ਵਾਰ 2 ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਔਰ ਰਿਕੋਗਨਾਈਜ਼ ਕਰ ਰਹੀ ਹੈ ਬ੍ਰਿਟਿਸ਼ ਗੌਰਮੈਂਟ ਕਿਉਂਕਿ ਉਹ ਫੀਲ ਕਰਦੇ ਆ ਕਿ ਇਹਨਾਂ ਨਾਲ ਬਹੁਤ ਵੱਡਾ ਧੱਕਾ ਹੋਇਆ, ਇਹਨਾਂ ਨੂੰ ਪ੍ਰਾਪਤੀ ਕੁਛ ਨਹੀਂ ਹੋਈ, ਇਹਨਾਂ ਨੂੰ ਮਿਲਿਆ ਕੁਛ ਨਹੀਂ, ਔਰ ਇਹਨਾਂ ਨੂੰ ਉਜਾੜਿਆ ਗਿਆ ਮਾਰਿਆ ਗਿਆ। ਔਰ ਇਹਦੇ ਨਾਲ ਨਾਲ ਉਹ ਜਿਹੜਾ ਬ੍ਰਿਟਿਸ਼ ਅੰਪਾਇਰ ਆ ਉਹ ਵੀ ਇਸ ਸੰਕੇਤ ਦਿੰਦੇ ਰਹਿੰਦੇ ਆ ਜਗ੍ਹਾ ਜਗ੍ਹਾ ਤੇ ਮੀਡੀਆ ਦੇ ਵਿੱਚ ਵੀ ਜੋ ਵੀ 47 ਤੋਂ ਪਹਿਲਾਂ ਹੋਇਆ ਉਹ ਮਾੜਾ ਹੋਇਆ ਵਾ ਤੇ ਉਹਦੇ ਵਾਸਤੇ ਅਪੋਲੋਜੀ ਹੋਣੀ ਚਾਹੀਦੀ ਹੈ। ਸੋ ਗੌਰਮੈਂਟ ਬ੍ਰਿਟਿਸ਼ ਗੌਰਮੈਂਟ ਵੀ ਤਿਆਰ ਆ, ਬ੍ਰਿਟਿਸ਼ ਅੰਪਾਇਰ ਵੀ ਤਿਆਰ ਆ ਤੇ ਆਪਾਂ ਜਿਹੜਾ ਵਾ ਉਹ ਥੋੜੀ ਆਵਾਜ਼ ਚੁੱਕਣੀ ਹੈ ਸਾਰੇ ਪੰਜਾਬੀਆਂ ਨੇ। ਔਰ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੇ ਨਵੇਂ PM ਜਿਹੜੇ ਆਉਣਗੇ ਹੋ ਸਕਦਾ ਰਿਸ਼ੀ ਸੋਨੇਕ ਆ ਜਾਣ ਤੇ ਉਹ ਪੰਜਾਬੀਆਂ ਦੀ ਜਿਹੜੀ ਦਰਦ ਆ ਉਹਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਆ ਤੇ ਮੈਨੂੰ ਲੱਗਦਾ ਅਪੋਲੋਜੀ ਤਾਂ ਹੋ ਜਾਊਗੀ, ਲੇਕਿਨ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਬੋਲੀ ਨੂੰ ਆਪਾਂ ਲਾਗੂ ਕਰਾਉਣਾ ਵਾ, ਪੰਜਾਬੀ ਗੁਰਮੁਖੀ ਪੰਜਾਬੀ ਸ਼ਾਹਮੁਖੀ ਨੂੰ ਸਿੱਖ ਰੈਜੀਮੈਂਟ ਬਣਾਉਣੀ ਆ, ਪੰਜਾਬ ਰੈਜੀਮੈਂਟ ਬਣਾਉਣੀ ਆ, ਉਹਦੇ ਵਾਸਤੇ ਆਪਾਂ ਨੂੰ ਹਜੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਜੀ। ਕੁਲਜੀਤ ਜੀ, ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੋਈ ਵੀ ਇਵੈਂਟ ਹੁੰਦਾ ਅਸੀਂ ਕੈਂਡਲ ਲਾਈਟ ਮਾਰਚ ਕਰਦੇ ਹਾਂ, ਕੈਂਡਲ ਲਾਈਟ ਮਾਰਚ ਦਾ ਕੀ ਸਿਗਨੀਫਿਕੈਂਸ ਆ, ਇਹ ਕਿਉਂ ਕੀਤਾ ਜਾਂਦਾ, ਇਹਦੇ ਨਾਲ ਕੀ ਫਰਕ ਪੈਂਦਾ? ਇਹ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਇਹ ਕਰਨ ਦੇ ਨਾਲ ਜਿੰਨੀਆਂ ਵੀ ਸੰਗਤਾਂ ਉੱਥੇ ਆਉਣਗੀਆਂ ਉਹਨਾਂ ਨੂੰ ਅਵੇਅਰਨੈਸ ਹੋਰ ਹੋਏਗੀ ਕਿ ਜਿਵੇਂ ਵੀਰ ਜੀ ਨੇ ਕਿਹਾ ਕਿ ਅੱਗੇ ਅੱਗੇ ਕੀ ਕਰਨਾ ਹੈਗਾ, ਉਹਨਾਂ ਦਾ ਇੰਟਰਸਟ ਵਧੂਗਾ। ਕੈਂਡਲ ਲਾਈਟ ਵਿਜਲ ਇੱਕ ਇਹ ਚੀਜ਼ ਹੁੰਦੀ ਹੈ ਕਿ ਇੱਕ ਰਿਮੈਂਬਰੈਂਸ ਹੁੰਦੀ ਹੈ, ਇੱਕ ਅਸੀਂ ਚੀਜ਼ ਨੂੰ ਯਾਦ ਕਰਦੇ ਹਾਂ ਜੋ ਕਿ ਹੋਇਆ, ਜੋ ਅਸੀਂ ਅੱਜ ਵੀ ਇੱਥੇ ਗੱਲਬਾਤ ਕੀਤੀ ਹੈ, ਅਸੀਂ ਸਾਰੇ ਸਾਂਝੇ ਪੰਜਾਬ ਦੀਆਂ ਗੱਲਾਂ ਕੀਤੀਆਂ, ਆਪਾਂ ਮਹਾ ਪੰਜਾਬ ਨੂੰ ਯਾਦ ਕੀਤਾ, ਅਸੀਂ ਪ੍ਰੀ ਪਾਰਟੀਸ਼ਨ ਦੀਆਂ ਗੱਲਾਂ ਕੀਤੀਆਂ ਨੇ ਤੇ ਪਾਰਟੀਸ਼ਨ ਦੇ ਦੌਰਾਨ ਕਿੰਨਾ ਕਤਲੇਆਮ ਹੋਇਆ ਔਰ ਕਿੰਨੇ ਦੁੱਖ ਹੰਡਾਏ ਗਏ, ਅਸੀਂ ਉਹਨਾਂ ਬਾਰੇ ਵੀ ਗੱਲਾਂ ਕੀਤੀਆਂ। ਸੋ ਇੱਕ ਤਾਂ ਉਹਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਲ ਤੇ ਦੂਸਰਾ ਹੋਰ ਅਵੇਅਰਨੈਸ ਵਧਾਉਣ ਵਾਸਤੇ ਤਾਂ ਕਿ ਜਿਹੜੇ ਆਉਣ ਕੇ ਉਹ ਇਨਵੋਲਵ ਵੀ ਕਿਵੇਂ ਹੋ ਸਕਦੇ ਨੇ, ਉਹ ਜਿਹੜੇ ਉੱਥੇ ਆਰਗਨਾਈਜ਼ਰ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ, ਤੇ ਇਹਦੇ ਨਾਲ ਕੀ ਹੁੰਦਾ ਕਿ ਬੰਦੇ ਹੋਰ ਜੁੜਦੇ ਨੇ, ਇਨਸਾਨ ਜੁੜਦੇ ਨੇ ਕੌਜ਼ ਦੇ ਨਾਲ, ਤੇ ਜਿੰਨੇ ਇੰਨੇ ਇਨਸਾਨ ਜੁੜਨਗੇ ਓਨਾ ਹੀ ਉਹਦੇ ਨਾਲ ਅਸੀਂ ਹੋਰ ਗਾਹਾਂ ਵੱਧ ਸਕਾਂਗੇ। ਮਨਜੀਤ ਸਿੰਘ ਜੀ, ਜਿਹੜੀ ਕੈਂਡਲ ਲਾਈਟ ਜਾਂ ਦੀਵੇ ਜਗਾਏ ਜਾਂਦੇ ਨੇ ਜਾਂ ਕਿਸ ਤਰ੍ਹਾਂ, ਜੇ ਅਸੀਂ ਪੰਜਾਬੀ ਹਿਸਟਰੀ ਦੇ, ਤੁਸੀਂ ਵੀ ਹਰਮੀਤ ਸਿੰਘ ਜੀ, ਮਤਲਬ ਸਾਂਝਾ ਸਵਾਲ ਆ, ਮੈਂ ਸਿਰਫ ਜਾਣਕਾਰੀ ਚ ਵਾਧਾ ਕਰਨ ਕਿ ਜਿਹੜੀ ਹਿਸਟੋਰੀਕਲੀ ਅਗਰ ਪੰਜਾਬੀ ਦੇ ਤੌਰ ਤੇ ਦੇਖੀ ਜਾਏ ਤਾਂ ਦੀਵਾਲੀ ਨੂੰ ਜਾਂ ਜਦੋਂ ਬੰਦੀ ਛੋੜ ਦਿਹਾੜੇ ਤੇ ਖੁਸ਼ੀ ਚ ਦੀਵੇ ਜਗਾਏ ਗਏ ਨੇ, ਜਾਂ ਫਿਰ ਦੀਵੇ ਜਗਾਉਣ ਦਾ ਜਿਹੜਾ ਦੀਵਾਲਾ ਨਿਕਲੇ ਤੇ ਦੀਵਾ ਜਗਾਇਆ ਜਾਂਦਾ ਸੀ ਪੰਜਾਬ ਦੇ ਵਿੱਚ, ਜਦੋਂ ਕਿ ਬੰਦੇ ਦਾ ਦੀਵਾਲਾ ਨਿਕਲ ਜਾਂਦਾ ਸੀ ਆਪਣੀ ਹੱਟੀ ਤੇ ਦੀਵਾ ਬਾਲ ਕੇ ਰੱਖ ਦਿੰਦਾ ਸੀ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਇਹਦੇ ਪੱਲੇ ਕੱਖ ਨਹੀਂ। ਸੋ ਇਹ ਪੰਜਾਬੀ ਕੰਟੈਕਸਟ ਦੇ ਵਿੱਚ ਦੀਵੇ ਜਗਾਉਣਾ ਜਾਂ ਮੋਮਬੱਤੀਆਂ ਜਗਾਉਣ ਦਾ ਕੀ ਇੰਪੋਰਟੈਂਸ ਹੈ? ਐਕਚੁਅਲੀ ਆਪਾਂ ਜਿਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਨਾ, ਉਹਨਾਂ ਦੀ ਸੰਸਕ੍ਰਿਤੀ ਦਾ ਪ੍ਰਭਾਵ ਪੈਂਦਾ ਹੀ ਪੈਂਦਾ ਵਾ। ਇਹਨਾਂ ਦੀ ਸੰਸਕ੍ਰਿਤੀ ਦੇ ਵਿੱਚ ਕੈਂਡਲ ਦਾ ਮਹੱਤਵ ਹੈਗਾ, ਆਪਾਂ ਸਾਰੇ ਜਾਣਦੇ ਹਾਂ। ਤੇ ਜਦੋਂ ਵੀ ਕੋਈ ਵੀ ਇੱਥੇ ਮਾੜੀ ਘਟਨਾ ਵਾਪਰਦੀ ਕਿਸੇ ਵੀ ਦੇਸ਼ ਦੇ ਵਿੱਚ, ਅਮਰੀਕਾ ਜਾਂ ਇੱਥੇ ਜਾਂ ਸਕੂਲਾਂ 'ਚ ਫਾਇਰਿੰਗ ਹੁੰਦੀ ਰਹਿੰਦੀ ਹੈ, ਉੱਥੇ ਤੁਸੀਂ ਦੇਖੋਗੇ ਤੇ ਉੱਥੇ ਉਹ ਮੋਮਬੱਤੀਆਂ ਜਗਾਉਂਦੇ ਆ, ਹਨਾ। ਉਹ ਪ੍ਰਭਾਵ ਜਿਹੜਾ ਵਾ ਆਪਾਂ ਕਬੂਲ ਰਹੇ ਹਾਂ
ਤੇ ਆਪਾਂ ਵੀ ਜਿਹੜੇ ਇਹਨਾਂ ਨੂੰ ਆਪਣਾ ਮਕਸਦ ਕੀ ਆ, ਮਕਸਦ ਇਹਨਾਂ ਨੂੰ ਦੱਸਣਾ ਵਾ ਕਿ ਅਸੀਂ ਵਰਲਡ ਵਾਰ 1 ਚ ਕੁਰਬਾਨੀਆਂ ਕੀਤੀਆਂ ਤੁਹਾਡੇ ਵਾਸਤੇ, ਵਰਲਡ ਵਾਰ 2 ਚ ਕੀਤੀਆਂ, ਅਸੀਂ ਸਾਰਾ ਗੜੀ ਚ ਕੁਰਬਾਨੀਆਂ ਕੀਤੀਆਂ ਤੇ ਤੁਸੀਂ ਸਾਡੇ ਲਈ ਕੀ ਕੀਤਾ ਤੇ ਅਸੀਂ ਤੁਹਾਡੇ ਲਈ ਕੀ ਕੀਤਾ, ਅਸੀਂ ਤੁਹਾਡੇ ਲਈ ਕੁਰਬਾਨੀਆਂ ਕੀਤੀਆਂ ਤੇ ਤੁਸੀਂ ਸਾਡੇ ਨਾਲ 47 ਚ ਆ ਕੀਤਾ। ਆਪਾਂ ਇਹਨਾਂ ਨੂੰ ਅਹਿਸਾਸ ਦਵਾਉਣਾ ਵਾ ਤਾਂ ਕਿ ਇਹ ਅਪੋਲੋਜੀ ਕਰਨ, ਤਾਂ ਕਿ ਪੰਜਾਬੀ ਬੋਲੀ ਨੂੰ ਲਾਗੂ ਕਰਨ, ਜੇ ਉਦੋਂ ਨੇ ਕੀਤਾ ਤੇ ਹੁਣ ਕਰ ਲੋ। ਮੇਰੇ ਖਿਆਲ ਦੇ ਵਿਚ ਕੈਂਡਲ ਤੋਂ ਆਪਾਂ ਇਹੀ ਕਹਿ ਰਹੇ ਕਿ ਜਿਸ ਤਰ੍ਹਾਂ ਆਪਣੀ ਵੀ ਹੈ ਨਾ, ਅੱਜ ਵੀ ਜਿਹੜੇ ਉੱਥੇ ਕਹਿ ਲੋ ਕਿ ਮੜੀਆਂ ਤੇ ਕਹਿੰਦੇ ਕਿ ਉਹਨਾਂ ਦੀਵਾ ਜਗਾਇਆ ਜਾਂਦਾ, ਦੀਵਾ ਜਗਾਉਂਦੇ ਉਹਨਾਂ ਨੂੰ ਯਾਦ ਕਰਨ ਵਾਸਤੇ ਜਿਹੜੇ ਬਜ਼ੁਰਗ ਹੈਗੇ, ਜਾਂ ਜਿਸ ਤਰ੍ਹਾਂ ਖਾਸ ਤੌਰ ਤੇ ਪੀਰਾਂ ਦੀਆਂ ਮਜ਼ਾਰਾਂ ਤੇ ਦੀਵੇ ਜਗਾਏ ਜਾਂਦੇ, ਦੀਵੇ ਜਗਾਏ ਜਾਂਦੇ, ਇਹ ਉਹ ਤੋਂ ਹੀ ਜਿਹੜਾ ਕੈਂਡਲ ਦਾ ਕਹਿ ਲੋ ਕੰਸੈਪਟ ਹੈਗਾ ਨਾ, ਉਹ ਦੀਵੇ ਤੋਂ ਹੀ ਨਿਕਲਦਾ, ਕਿਉਂਕਿ ਦੀਵੇ ਵਿੱਚ ਤੇਲ ਹੁੰਦਾ ਵਾ, ਉਹਨੂੰ ਲੈ ਕੇ ਆਪਾਂ ਚੱਲ ਨੀ ਸਕਦੇ। ਤੋ ਕੈਂਡਲ ਇੱਕ ਈਜ਼ੀ ਆ ਕੈਰੀ ਕਰਨਾ, ਤੇ ਬਟ ਉਹ ਐਂਡਲ ਦੀ ਡੇ ਉਹ ਲਾਈਟ ਹੁੰਦੀ ਆ, ਦੀਵੇ ਦੀ ਵੀ ਲਾਈਟ ਹੁੰਦੀ ਆ ਤੇ ਕੈਂਡਲ ਦੀ ਵੀ ਲਾਈਟ ਆ, ਤੇ ਉਹ ਇੱਕ ਤਰ੍ਹਾਂ ਨਾਲ ਇੱਕ ਉਹਨਾਂ ਨੂੰ ਸ਼ਰਧਾਂਜਲੀ ਹੋ ਜਾਂਦੀ ਹੈ ਕਿ ਐਂਡ ਆਫ ਦੀ ਡੇ ਅਸੀਂ ਉਹ ਜਿਹੜੀ ਜੋਤ ਸਾਡੇ ਵਿੱਚੋਂ ਵਿਛੜੀ ਹੋਈ ਹੈਗੀ ਹੈ, ਆਪਾਂ ਕਹਿ ਲੋ ਕਿ ਇੱਕ ਸਰੀਰ ਦਿੱਤਾ ਰੱਬ ਨੇ, ਰੱਬੀ ਜੋਤ, ਉਹ ਆਪਾਂ ਉਹ ਮੋਮਬੱਤੀ ਜਾਂ ਦੀਵਾ ਜਗਾ ਕੇ ਉਹ ਜੋਤ ਸਮਝਦੇ ਕਿ ਉਸ ਜਿਹੜਾ ਸਰੀਰ ਸਾਡੇ ਤੋਂ ਵਿਛੜ ਗਿਆ ਸੀਗਾ, ਇਹ ਉਹ ਕੈਂਡਲ ਜਲਾ ਕੇ ਅਸੀਂ ਉਹਨੂੰ ਉਹਨੂੰ ਕਹਿ ਲੋ ਕਿ ਉਹਨੂੰ ਸਨਮੁੱਖ ਹੋ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਜਿਹੜੇ ਹੈ ਉਹ ਕਿ ਨਮਨ ਕਰ ਰਹੇ ਹੈਗੇ। ਹਰਮੀਤ ਸਿੰਘ ਬਕਨਾ ਜੀ, ਮਨਜੀਤ ਸਿੰਘ ਸ਼ਾਲਾਪੁਰੀ ਜੀ ਔਰ ਕੁਲਜੀਤ ਕੌਰ ਜੀ, ਇੱਕ ਤਾਂ ਅਸੀਂ ਦੇਸੀ ਰੇਡੀਓ ਦੇ ਲਿਸਨਰਸ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਪੰਜਾਬ ਪੰਜਾਬੀ ਪੰਜਾਬੀ ਇਸ ਲਈ ਕਾਜ਼ ਕਰ ਰਹੇ ਹੋ, ਔਰ ਬੜੀ ਹਿੰਮਤ ਨਾਲ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ ਇਸ ਪਾਸੇ ਲੱਗੇ ਹੋਏ, ਔਰ ਬੜੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ੀਲ ਹੋ, ਬੜੇ ਲੰਬੇ ਸਮੇਂ ਤੋਂ ਤੁਸੀਂ ਕਰ ਰਹੇ ਹੋ, ਉਹਦੇ ਲਈ ਅਸੀਂ ਪੂਰੀ ਕਮਿਊਨਿਟੀ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਦੂਜਾ, ਤੁਸੀਂ ਇਸ ਕੈਂਪੇਨ ਦੌਰਾਨ ਆਪੋ ਆਪਣੇ ਕੰਮ ਛੱਡ ਕੇ ਇੰਟਰਵਿਊ ਲਈ ਆਏ, ਇੱਥੇ ਗੱਲਾਂ ਬਾਤਾਂ ਕੀਤੀਆਂ, ਸਾਡੇ ਲਿਸਨਰ ਨੂੰ ਜਾਣਕਾਰੀ ਦਿੱਤੀ, ਉਹਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਹਰਮੀਤ ਸਿੰਘ ਭਕਨਾ ਜੀ, ਤੁਹਾਡਾ ਧੰਨਵਾਦ, ਤੇ ਤੁਸੀਂ ਸਪੋਂਸਰ ਵੀ ਕਰਦੇ ਹੋ ਨਾਲ ਦੀ ਨਾਲ ਪ੍ਰੋਗਰਾਮ ਨੂੰ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਬਿੱਟੂ ਜੀ, ਮੈਂ ਇਹ ਗੱਲ ਕਹਿਣਾ ਕਿ ਹਰਮੀਤ ਭਾਜੀ ਹੋਣਾਂ ਨੇ ਇਹ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਆ, ਅਸੀਂ ਰਹਿੰਦੀ ਦੁਨੀਆ ਕਹਿ ਲੋ ਕਿ ਜਿੰਨਾ ਚ ਸਾਹ ਚ ਸਾਹ ਹੈਗੇ, ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਸਾਡੇ ਵੱਡੇ ਭਰਾ ਹੈਗੇ ਆ, ਤਨ ਮਨ ਧਨ ਹਰ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਖੜੇ ਹਾਂ। ਵਾਹਿਗੁਰੂ ਤਰੱਕੀਆਂ ਬਖਸ਼ੇ, ਵਾਹਿਗੁਰੂ ਹਿੰਮਤ ਬਖਸ਼ੇ, ਆਉਣਾ ਟਾਈਮ ਦੇ ਵਿੱਚ ਅਸੀਂ ਪੂਰੀ ਦੁਨੀਆਂ ਚ ਵੱਸਦੇ ਹੋਏ ਪੰਜਾਬੀਆਂ ਨੂੰ ਜਿਹੜਾ ਹੈਗਾ ਉਹ ਇਹ ਸੁਨੇਹਾ ਦੇਵਾਂਗੇ, ਉਹਨਾਂ ਨੂੰ ਜਿਹੜਾ ਹੈਗਾ ਕਿ ਉਹਨਾਂ ਨੂੰ ਦੱਸਾਂਗੇ ਕਿ ਸਾਡੇ ਕੀ ਬਣਦੇ ਹੈਗੇ ਆ, ਰਾਈਟਸ ਕੀ ਹੈਗੇ ਆ ਤੇ ਕੀ ਕਰਨਾ ਚਾਹੀਦਾ ਹੈਗਾ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਅੱਜ ਆਪਾਂ 1947 ਦੇ ਬਾਰੇ ਵਿੱਚ ਗੱਲਾਂ ਬਾਤਾਂ ਕੀਤੀਆਂ, ਸਾਡੇ ਕੋਲ ਸਟੂਡੀਓ ਚ ਹਰਮੀਤ ਸਿੰਘ ਭਕਨਾ ਜੀ ਔਰ ਮਨਜੀਤ ਸਿੰਘ ਸ਼ਾਲਾਪੁਰੀ ਔਰ ਕੁਲਜੀਤ ਕੌਰ ਜੀ ਆਏ, ਤੇ ਇਸ ਤੋਂ ਇਲਾਵਾ ਅਸੀਂ ਅਹਿਮਦ ਰਜਾ ਜੀ ਨਾਲ ਲਹਿੰਦੇ ਪੰਜਾਬ ਤੋਂ, ਤੇ ਸਤਨਾਮ ਸਿੰਘ ਮਾਨਕੀ ਜੀ ਨਾਲ ਚੜ੍ਹਦੇ ਪੰਜਾਬ ਤੋਂ ਇੱਥੋਂ ਸ਼ਗੁਫਤਾ ਗਿੰਮੀ ਜੀ ਨਾਲ ਗੱਲਾਂ ਬਾਤਾਂ ਕੀਤੀਆਂ। ਹੁਣ ਬਿੱਟੂ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਦੇਸੀ ਰੇਡੀਓ ਤੇ।